ਸਿੰਘ ਜੀ ਗਿੱਲ 1100 ਰੁਪਇਆ, ਗੁਰਚਰਨ ਸਿੰਘ ਜੀ 1100 ਰੁਪਇਆ, ਇੰਦਰਜੀਤ ਸਿੰਘ ਜੀ ਰੌਤਾ 1100 ਰੁਪਇਆ, ਜਗਦੀਸ਼ ਸਿੰਘ ਜੀ ਗਿੱਲ 1100 ਰੁਪਇਆ, ਗੁਰੂ ਰਾਮਦਾਸ ਸਕੂਲ ਵਾਲੇ ਇਹ ਵੀ ਆਪੇ ਇਹਨਾਂ ਨੇ 1100 ਰੁਪਏ ਸਨਮਾਨ 'ਚ ਲੈਣਗੇ। ਔਰ ਨਾਲ ਹੀ ਗੁਰਤੇਜ ਸਿੰਘ ਜੀ ਗਿੱਲ, ਬਲਵੀਰ ਸਿੰਘ ਜੀ ਗਿੱਲ, ਗੁਰਦੀਪ ਸਿੰਘ ਜੀ ਖਹਿਰਾ, ਮਨਜੀਤ ਸਿੰਘ ਜੀ ਬਰਾੜ, ਔਰ ਸਰਦੇਵ ਸਿੰਘ ਜੀ ਦੇਬੀ, ਗੁਰਬਖਸ਼ ਜੀ ਗੁਰਬਖਸ਼ ਸਿੰਘ ਠੇਕੇਦਾਰ, ਗੁਰਬਖਸ਼ਜੀਤ ਸਿੰਘ ਠੇਕੇਦਾਰ, ਇਹਨਾਂ ਨੇ 1100 ਰੁਪਏ ਵੀ ਆ ਕੇ ਸਨਮਾਨ 'ਚ ਲੈਣਗੇ। ਸੁਭਾਸ਼ ਸ਼ੂਦ ਜੀ ਪਹੁੰਚੇ ਨੇ, ਇਹਨਾਂ ਨੇ ਵੀ 1100 ਰੁਪਏ ਇਹ ਵੀ ਸਨਮਾਨ 'ਚ ਲੈਣ ਜੀ ਆ ਕੇ। ਔਰ ਨਾਲ ਹੀ ਅਜੈਬ ਸਿੰਘ ਜੀ ਇਹ ਵੀ ਆਪਣਾ ਸਨਮਾਨ 'ਚ ਲੈਣਗੇ। ਹਾਕਮ ਸਿੰਘ ਜੀ 1100 ਰੁਪਇਆ ਇਹ ਵੀ ਸਨਮਾਨ 'ਚ ਲੈਣ, ਬਿੰਦਰ ਸਿੰਘ ਜੀ ਬਿੰਦੀ ਇਹ ਵੀ ਸਨਮਾਨ 'ਚ ਲੈਣ ਜੀ, ਔਰ ਮੇਜਰ ਸਿੰਘ ਜੀ ਰੰਧਾਵਾ, ਮੇਜਰ ਸਿੰਘ ਜੀ ਰੰਧਾਵਾ 1100 ਰੁਪਇਆ, ਔਰ ਗੁਰਮੇਜ ਸਿੰਘ ਜੀ ਗੇਲੀ 1100 ਰੁਪਇਆ, ਚੰਦ ਸਿੰਘ ਜੀ 1100 ਰੁਪਇਆ, ਇਕਬਾਲ ਸਿੰਘ ਜੀ 1100 ਰੁਪਇਆ, ਪ੍ਰੇਮ ਕੁਮਾਰ ਜੀ ਚੱਕੀ ਵਾਲੇ MC 1100 ਰੁਪਇਆ, ਮੇਜਰ ਸਿੰਘ ਜੀ ਸਟ੍ਰੈਟੀ ਵਾਲੇ 1100 ਰੁਪਇਆ, ਗੁਰਨੈਬ ਸਿੰਘ ਜੀ ਲਾਭੀ 1100 ਰੁਪਇਆ, ਚੰਦਰ ਮੋਹਨ ਜੀ ਫੋਕਲ ਪੁਆਇੰਟ ਵਾਲੇ ਇਹਨਾਂ ਨੇ ਵੀ 1100 ਰੁਪਇਆ। ਇਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਹੋਵੇ ਤਾਂ ਸਟੇਜ 'ਤੇ ਆ ਕੇ ਸਨਮਾਨ 'ਚ ਲੈਣ ਜੀ। ਸੋ ਮੇਰੀ ਬੇਨਤੀ ਹੈ ਪ੍ਰਧਾਨ ਸਾਹਿਬ, ਜਿਹੜਾ ਸਨਮਾਨ ਚਿੰਨ੍ਹ ਦੀ ਰਸਮ ਸ਼ੁਰੂ ਕੀਤੀ ਜਾਵੇ, ਜਿਵੇਂ ਜਿਵੇਂ ਆਪਣੇ ਕੋਈ ਸੱਜਣ ਬੈਠੇ ਨਾਲ ਦੀਆਂ ਤੁਸੀਂ ਬੁਲਾ ਕੇ ਸਨਮਾਨ 'ਚ ਦਿਓ ਜੀ, ਤਾਂ ਜੋ ਕੱਲ੍ਹ ਨੂੰ ਓਪਨ ਦੇ ਮੈਚ ਚੱਲ ਪੈਣੇ, ਮੁੜ ਕੇ ਆਪਾਂ ਉਹਦੇ ਲਈ ਕਮੈਂਟਰੀ ਵੀ ਕਰਾਂਗੇ, ਫਿਰ ਸਨਮਾਨ ਚਿੰਨ੍ਹ ਦੀ ਰਸਮ ਜਿਹੜੀ ਔਖਾ ਹੋ ਜਾਂਦਾ ਹੈ। ਜਿੰਨੇ ਵੀ 1500 ਤੋਂ ਲੈ ਕੇ 1100 ਤੱਕ ਸਾਰੇ ਸਨਮਾਨ ਕਰ ਦਿਓ ਜੀ। ਹੈਲੋ, ਦਾਸ ਸਿੰਘ ਜਲੇਜਰ ਵਾਲੇ ਇਹਨਾਂ ਨੇ ਵੀ 1100 ਦਿੱਤਾ, ਇਹਨਾਂ ਨੂੰ ਬੇਨਤੀ ਸਨਮਾਨ 'ਚ ਲੈਣ ਜੀ। ਰਣਜੀਤ ਸਿੰਘ ਜੀ ਪ੍ਰਧਾਨ 1100 ਰੁਪਇਆ, ਔਰ ਸਵਰਗਵਾਸੀ ਜਗਜੀਤ ਸਿੰਘ ਜੀ ਪ੍ਰਧਾਨ ਦੇ ਪਰਿਵਾਰ ਵਾਲੇ ਵੀ 1100 ਰੁਪਇਆ, ਦਾਰਾ ਸਿੰਘ ਜੀ ਕਲੇਰ 1100 ਰੁਪਇਆ, ਪਰਮਜੀਤ ਸਿੰਘ ਜੀ ਮਾਨ 1100 ਰੁਪਇਆ। ਮੁਕਾਬਲਾ ਦਰਸ਼ਕ ਵੀਰੇ ਜੀਰੇ ਤੇ ਔਗੜ ਦੇ ਦਰਮਿਆਨ ਹੈ, ਪਹਿਲਾ ਜਿਹੜਾ ਡੇਢ ਅੰਕ ਹੈਲੋ ਉਹ ਔਗੜਾਂ ਦੇ ਖਾਤੇ ਦੇ ਵਿੱਚ ਹੈ, ਔਗੜਾਂ ਦੀ ਟੀਮ ਜਿਹੜੀ ਸਟੇਜ ਵਾਲੇ ਪਾਸੇ ਹੈ ਤੇ ਜੀਰੇ ਦੀ ਟੀਮ ਇੱਧਰ ਆਪਣੇ ਸ਼ਮਸ਼ਾਨ ਘਾਟ ਵਾਲੇ ਪਾਸੇ। ਹਾਂਜੀ, ਕੈਮਰਾਮੈਨ ਜੀ ਇੱਥੇ ਸਟੇਜ ਦੇ ਲਾਗੇ ਆਓ ਜੀ। ਲਓ ਵੀ ਕਹਿੰਦੇ ਜੱਦੀ ਪਿੰਡ ਨੌਜਵਾਨ ਦਾ ਪਾਈ ਰੂਪਾ ਕਰਨੀ ਨਾਮ ਹੈ ਨੌਜਵਾਨ ਦਾ, ਕਬੱਡੀ 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 ਕਰਦਾ ਹੋਇਆ ਨੌਜਵਾਨ ਬਾਬਰ ਸ਼ੇਰ ਬੁਖੜਵਾਇਆ ਹੈ ਦੌਲੇ ਤੇ, ਇਹ ਟਾਈਟੂ ਬਣਵਾਉਂਦੇ ਨੇ ਗੱਭਰੂ, ਕਹਿੰਦੇ ਬਈ ਕੋਈ ਖੰਡਾ ਬਹਾ ਲੈਂਦਾ, ਕੋਈ ਸੱਪ ਵਹਾ ਲੈਂਦਾ, ਕੋਈ ਸ਼ਹੀਦ ਭਗਤ ਸਿੰਘ ਦੀ ਫੋਟੋ ਬਣਾ ਕੇ ਸ਼ਹੀਦਾਂ ਨੂੰ ਹਿਜਾਦ ਕਰਦਾ, ਬੰਦਾ ਹਰ ਨੂੰ ਡਾਲੇ ਵਾਲਿਆ ਲੱਖ ਹਰਜੇ ਪਰ ਸ਼ੌਕ ਨੀ ਬੰਦਾ ਇਹਦਾ ਕਦੇ ਹਰਦਾ। ਲਓ ਤੇ ਜੀਰੇ ਵੱਲੋਂ ਪੈਂਦੀ ਹੋਈ ਕਬੱਡੀ, ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਤੇ ਵੇਖਦਾ ਜਵਾਨਾਂ ਅੱਜ ਖੜ ਖੜ ਕੇ। ਲਓ ਉਧਰੋਂ ਫੇਰ ਨੌਜਵਾਨ ਨੇ ਜੱਫਾ ਲਾ ਦਿੱਤਾ ਪੁਆਇੰਟ ਜਾਫੀ ਦੇ ਖਾਤੇ ਦੇ ਵਿੱਚ, ਰਾਜੂ ਨੌਜਵਾਨ ਰੇਡ ਕਰਦਾ ਹੈ, ਅਗਲੀ ਕਬੱਡੀ ਰਾਜੂ ਦੀ ਹੈ, ਰਾਜੂ ਪਾਉਂਦਾ ਹੋਇਆ ਕਬੱਡੀ, ਕਹਿੰਦੇ ਵੀ ਕਿਤਾਬ ਤਾਂ ਹਰ ਇੱਕ ਨੂੰ ਮਿਲ ਜਾਂਦੀ ਹੈ ਪਰ ਪੜ੍ਹਨਾ ਔਖਾ ਹੁੰਦਾ ਹੈ, ਕਿਤਾਬ ਤਾਂ ਹਰ ਇੱਕ ਨੂੰ ਮਿਲ ਜਾਂਦੀ ਹੈ ਪਰ ਪੜ੍ਹਨਾ ਔਖਾ ਹੈ, ਮੰਜ਼ਿਲ ਵੀ ਹਰ ਇੱਕ ਨੂੰ ਮਿਲ ਸਕਦੀ ਹੈ ਪਰ ਇੱਕ ਥਾਂ ਤੇ ਟਿਕ ਕੇ ਖੜ੍ਹਨਾ ਔਖਾ ਹੈ, ਧਰਤੀ ਨੂੰ ਜੇ ਛੱਡ ਦਿੰਦਾ ਅਸਮਾਨ ਤੇ ਟਿਕਦਾ ਨੀ ਚਰਵਾਲਾ ਤੇ ਨਾ ਜੱਗ ਤੇ ਬਣਾਉਣਾ ਨੀ ਸੁਖਾਲਾ। ਲਓ ਉੱਧਰ ਰਾਜੂ ਦੀ ਪੈਂਦੀ ਹੋਈ ਕਬੱਡੀ ਤੇ ਪੁਆਇੰਟ ਰਾਜੂ ਦੇ ਖਾਤੇ ਦੇ ਵਿੱਚ, ਅਗਲੀ ਕਬੱਡੀ ਫੇਰ ਗੋਲੂ ਪਾਉਂਦਾ ਹੋਇਆ ਤੇ ਕੀਤੇ ਬਾਰੇ ਵਾਲੇ ਨੂੰ ਵੀ ਬੇਨਤੀ ਦੇ ਉਹ ਵੀ ਤਿਆਰ ਰਵੇ, ਅਗਲਾ ਉਸ ਪਿੰਡ ਦਾ ਮੈਚ ਹੈ, ਇਸ ਵੀਰ ਨੇ ਕਮੈਂਟਰੀ ਕਰਨੀ ਹੈ, ਸੋ ਉਹ ਵੀ ਤਿਆਰ ਰਵੇ, ਚੱਲ ਵੀ ਸ਼ਕੀਨਾ ਪਾ ਕਬੱਡੀ। ਗੋਲੂ ਨੌਜਵਾਨ ਫਿਰ ਅਗਲੀ ਕਬੱਡੀ ਪਾਉਂਦਾ ਹੋਇਆ,
ਪੱਕ ਪਈਆਂ ਕਣਕਾਂ, ਕਿਉਂਕਿ ਕਣਕਾਂ ਤੋਂ ਕੰਮ ਹੀ ਚੱਲਦਾ, ਜੱਟਾਂ ਨਾਲ ਸਾਰੇ ਧੰਦੇ ਚੱਲਦੇ ਆ, ਜੇ ਜੱਟ ਖੁਸ਼ ਹੈ ਤਾਂ ਸਾਰੇ ਖੁਸ਼। ਪੱਕ ਪਈਆਂ ਕਣਕਾਂ ਲੁਖਾਠ ਰਸਿਆ, ਦੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ, ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ, ਡੇਰੀਆਂ ਲਫਾਈਆਂ ਟਾਹਣੀਆਂ ਦੇ ਭਾਰ ਨੇ, ਸਾਈ ਦੀ ਨਿਗਾਹ ਜਾ ਕੇ ਸਵਾਲੀਏ, ਚੱਲ ਨੀ ਪ੍ਰੇਮੀਏ ਮੇਲੇ ਨੂੰ ਚੱਲੀਏ। ਅਗਲੀ ਕਬੱਡੀ ਫੇਰ ਕਰਨੀ ਭਾਈ ਰੁੱਤੇ ਵਾਲਾ, ਗੋਲ ਜਿਹਾ ਦਾਇਰਾ ਵਿੱਚ ਦੋਹਾਂ ਦੇਸ ਦੇ, ਚੜ ਜਾਂਦਾ ਚਾ ਜਿੱਥੇ ਜਦ ਵਿੱਚ ਖਿਡਾਰੀ ਦਿਸਦੇ, ਜਾਈਏ ਬਲਹਾਰੇ ਉਹਦੇ, ਇਹਦੀ ਕਾਰ ਜੀ ਨੇ ਕੱਢੀ ਹੈ, ਖੇਡਣੀ ਕਬੱਡੀ ਯਾਰੋ ਖੇਡਣੀ ਕਬੱਡੀ ਹੈ। ਇਹ ਗੱਭਰੂ ਸ਼ੈਲ ਸ਼ਬੀਲੇ ਨੇ ਤੇ ਇਹ ਗੱਭਰੂ ਸ਼ੈਲ ਸ਼ਬੀਲੇ ਨੇ ਸੋਹਣੇ ਰੰਗ ਰੰਗੀਲੇ ਨੇ, ਦੌੜਦੇ ਇੰਜ ਨੇ ਜਾਂ ਦੌੜਦੀ ਗੱਡੀ ਹੈ, ਬਸ ਸੋਹਣੀ ਖੇਡ ਕਬੱਡੀ। ਤਾਂ ਉਧਰੋਂ ਜੀਰੇ ਵੱਲੋਂ ਪੈਂਦੇ ਹੋਏ ਕਬੱਡੀ, ਉਧਰੋਂ ਨੌਜਵਾਨ ਮੈਂ ਨੱਚਣੋ ਬਥੇਰਾ ਜਾਣਦੀ ਨੀ, ਮੇਰਾ ਗਿਆਨੀ ਨੱਚਣ ਨਾ ਦੇਵੇ, ਮਾਰ ਦਿਓ ਤਾਲੀਆਂ ਬਈ, ਵਾਹ ਗਿਆਨੀ ਤੇਰੀ ਜਿਉਂਦੀ ਰਹੇ ਨਾਨੀ, ਜਿਨ੍ਹਾਂ ਨੇ ਤੇਰਾ ਪਿਓ ਵਿਆਹ ਦਾ ਤੇ ਉਹਨੇ ਤੈਨੂੰ ਕੋਟੀ ਖੇਡਣ ਲਾਤਾ, ਮਾਰ ਦਿਓ ਤਾਲੀਆਂ ਬਈ ਗਿਆਨੀ ਦੇ ਨਾਂ ਦੇ, ਬਹੁਤ ਸੋਹਣਾ ਜੱਫਾ ਲਾਇਆ ਨੌਜਵਾਨ ਨੇ। ਚੱਲ ਵੀ ਰਾਜੂ ਅਗਲੀ ਕਬੱਡੀ, ਰਾਜੂ ਨੌਜਵਾਨ ਕਾਲੇ ਕੱਛੇ ਦੇ ਵਿੱਚ, ਕੋਈ ਸਮਾਂ ਸੀ ਦਰਸ਼ਕ ਮੇਰੇ ਵੀ ਕਾਲੇ ਕੱਛਾ ਰਹੇ ਨੇ ਪੰਜਾਬ ਨੂੰ ਵਕਤ ਪਾਇਆ ਸੀ, ਮੈਨੂੰ ਲੱਗਦਾ ਸਾਰਿਆਂ ਨੂੰ ਯਾਦ ਹੋਣਾ, ਇਹ ਕਾਲੇ ਕੱਛਾ ਵਾਲੇ ਰਾਤੀ ਚੰਦ ਚਾੜ ਗਏ ਤੇ ਵਿਸ਼ਨੂੰ ਕੀ ਬੋਰੀ ਮੈਂ ਇਹਦਾ ਕੱਟਾ ਮਾਰ ਗਏ, ਭਾਗ ਸਾਹਿਬ ਦੀ ਮੰਜੀ ਸਿਵਿਆਂ ਚ ਰੱਖ ਗਏ ਤੇ ਜਾਂਦੇ ਜਾਂਦੇ ਨੇ ਹਲੂ ਦੀ ਪੰਜੀਰੀ ਛੱਕ ਗਏ। ਉਹਨਾਂ ਨੇ ਬੜਾ ਵਕਤ ਪਾਇਆ ਸੀ, ਸਾਰੀ ਸਾਰੀ ਰਾਤ ਪੰਜਾਬ ਨੂੰ ਸੌਣ ਨਹੀਂ ਦਿੰਦੇ ਸੀ, ਕਿੰਨੀਆਂ ਤੱਤੀਆਂ ਹਵਾਵਾਂ ਪੰਜਾਬ ਤੇ ਵਗੀਆਂ ਨੇ, ਪਰ ਇੱਥੋਂ ਦੇ ਜੀ ਸਾਹਿਬ ਬੈਠੇ ਨੇ, ਆਪਾਂ ਰਜਾਈਆਂ ਚ ਪਏ ਹੁੰਦੇ ਹਾਂ, ਇਹ ਆਪਣੀ ਰਾਖੀ ਕਰਦੇ ਨੇ, ਸੋ ਸਾਰੇ ਨੇ ਸਮੇਂ ਸਮੇਂ ਸਿਰ ਆਪਣੀਆਂ ਜਾਨਾਂ ਵਾਰੀਆਂ ਨੇ। ਲਓ ਇੱਧਰ ਨੌਜਵਾਨ ਫਿਰ ਸੋਨਾ ਜਲਾਲਾਬਾਦ ਆ ਜੱਫਾ ਲਾਉਂਦਾ ਤੇ ਪੁਆਇੰਟ ਜਾਫੀ ਦੇ ਖਾਤੇ ਦੇ ਵਿੱਚ, ਕਰਨੀ ਭਾਈ ਰੂਪੇ ਵਾਲਾ, ਗੋਰਾ ਰੰਗ ਚੜ੍ਹਦੀ ਜਵਾਨੀ ਤੇ ਦੌੜਿਆਂ ਤੇ ਬਾਜ ਪਵਾਏ ਹੋਏ ਨੇ, ਬੁਰੇ ਕੰਮ ਅਸੀਂ ਸਾਰੇ ਹੀ ਭੁਲਾਏ ਹੋਏ ਨੇ, ਬੁਰਿਆਂ ਕੰਮਾਂ ਤੋਂ ਦੂਰ ਰਹਿ ਕੇ ਕਬੱਡੀ ਖੇਡੀ ਜਾਂਦੀ ਹੈ, ਸ਼ਾਮ ਜਾ ਹੋ ਗਿਆ ਉਦੋਂ ਦਾਰੂ ਦੀ ਗੱਲ ਵੀ ਕਰਾਂਗੇ। ਇੱਧਰ ਕਰਨੀ ਵੀ ਪੈਂਦੀ ਹੋਈ ਕਬੱਡੀ, ਲਓ ਉੱਧਰ ਸਿੰਘ ਸਰਦਾਰ ਵੀ ਬਰਾਬਰ ਜੱਫਾ ਗੜਨ ਦੀ ਗੱਲ ਕਰਦਾ, ਸ਼ਾਬਾਸ਼, ਵਾਹ ਬਈ ਵਾਹ, ਵਾਹ ਬਈ ਵਾਹ, ਵਾਹ ਬਈ ਵਾਹ, ਜਾ ਬਈ ਜਾ, ਜਾ ਗਿਆਨੀ ਤੈਨੂੰ ਮਿਲੇ ਨਾ ਜਨਾਨੀ। ਲਓ ਇੱਧਰ ਸੀਪੇ ਦੀ ਪੈਂਦੀ ਹੋਈ ਕਬੱਡੀ, ਗੋਰੀ ਤਾਉਣ ਦੇ ਦੁਆਲੇ ਕਾਲੀ ਗਾਨੀ ਫੱਬਦੀ ਤੇ ਮਾਲਵੇ ਜਵਾਨੀ ਨੂੰ ਜਵਾਨੀ ਲੱਭਦੀ, ਇਕਬਾਲ ਸਿੰਘ ਜੀ ਮਤੋਕੇ ਤੇ ਬਾਂਟੀ ਡਾਲੇ ਵਾਲਾ ਅੰਪਾਇਰਿੰਗ ਦੀਆਂ ਸੇਵਾਵਾਂ ਦੇ ਰਿਹਾ, ਗੱਬਰ ਸਾਊਂਡ ਸਰਵਿਸ ਬੜਾ ਵਧੀਆ ਸਾਊਂਡ ਹੈ, ਮੇਰੇ ਟੁੱਟੇ ਫੁੱਟੇ ਬੋਲ ਜੋ ਦਰਸ਼ਕਾਂ ਦੇ ਰੂਬਰੂ ਕਰ ਰਿਹਾ, ਸੋ ਇਹਦੇ ਨਾਲ ਹੀ ਪੰਜਾਬ ਦੌੜਤਾਂ ਵਾਲੇ ਵੀਰਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਹੁਣੇ ਹੁਣੇ ਮੈਨੂੰ ਕੈਨੇਡਾ ਚ ਪਹੁੰਚਾ ਤਾ, ਜਹਾਜ਼ ਚ ਬਹਿ ਕੇ ਤਾਂ ਪਤਾ ਨਹੀਂ ਵਾਰੀ ਆਉਣੀ ਕਿ ਨਹੀਂ ਆਉਣੀ ਬਾਂਡੀ ਆਪਣੀ, ਚਲੋ ਆਏ ਸਹੀ ਜਿਵੇਂ ਰੱਬ ਰਾਜੀ। ਲਓ ਇੱਧਰ ਰਾਜੂ ਦੀ ਪੈਂਦੇ ਹੋਏ ਕਬੱਡੀ, ਰਾਜੂ ਪਾਉਂਦਾ ਹੋਇਆ ਕਬੱਡੀ, ਜਿਵੇਂ ਪਰਮਾਤਮਾ ਖੁਸ਼ ਹੈ ਉਵੇਂ, ਜਿਵੇਂ ਆਤਮਾ ਖੁਸ਼ ਤੇ ਉਵੇਂ ਪਰਮਾਤਮਾ ਖੁਸ਼। ਲਓ ਉਧਰੋਂ ਰਾਜੂ, ਰਾਜੂ ਤੇ ਸਾਹਮਣੇ ਨੌਜਵਾਨ ਨੇ ਜੱਫਾ ਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ, ਪਰ ਪੁਆਇੰਟ ਜਿਹੜਾ ਰਾਜੂ ਦੇ ਖਾਤੇ ਦੇ ਵਿੱਚ ਮਿੱਟੀ ਨਾਲ ਫਰੋਲ ਜੋ ਗਿਆ ਤੇ ਨਹੀਂ ਲੱਭਣੇ ਲਾਲ ਗਵਾਚੇ। ਚੱਲ ਵੀ ਸ਼ਕੀਨਾ, ਇੱਧਰ ਨੌਜਵਾਨ ਫਿਰ ਕਬੱਡੀ ਕਰਦਾ ਹੋਇਆ, ਕਹਿੰਦੇ ਵੀ ਕੋਈ ਨੀਲਾ ਕੱਛਾ ਪਾ ਕੇ ਤੇ ਕੋਈ ਕਾਲਾ ਕੱਛਾ ਪਾ ਕੇ ਹੈ ਕਬੱਡੀ ਖੇਡਦਾ, ਕਿਉਂ ਵੀ ਬਰਾੜ ਸਾਹਿਬ ਛਿੰਦੇ, ਕੋਈ ਨੀਲਾ ਕੱਛਾ ਪਾ ਕੇ ਤੇ ਕੋਈ ਕਾਲਾ ਕੱਛਾ ਪਾ ਕੇ ਹੈ ਕਬੱਡੀ ਖੇਡਦਾ, ਲੱਖਾਂ ਦੇ ਵਿੱਚ ਮੁੱਲ ਪੈਂਦਾ ਕੱਲੀ ਕੱਲੀ ਰੇਡ ਦਾ, ਤੇ ਜਿਹਦੇ ਦਾ ਉਹੀ ਹੈ ਜਿਹਦੀ ਮਜ਼ਬੂਤ ਹੱਡੀ ਹੈ, ਖੇਡਣੀ ਕਬੱਡੀ ਯਾਰੋ ਖੇਡਣੀ ਕਬੱਡੀ ਹੈ, ਕਈ ਹੁਣ ਖੇਡਦੇ ਤੇ ਕਈਆਂ ਖੇਡ ਖੇਡ ਛੱਡੀ ਹੈ। ਔਰ ਬੇਨਤੀ ਹੈ ਸਾਡੇ ਦਾਨੀ ਸੱਜਣਾਂ ਨੂੰ ਜਿਨ੍ਹਾਂ ਨੇ ਸਾਨੂੰ 1100 ਰੁਪਇਆ ਮੈਕਸ ਹੱਤੀ ਉਹ ਆਪਣੇ ਸਟੇਜ ਤੇ ਆਪਣਾ ਸਨਮਾਨ ਚ ਲੈਣ, ਬੇਨਤੀ ਹੈ ਜਿਨ੍ਹਾਂ ਸੱਜਣਾਂ ਨੇ ਸਾਨੂੰ 1100 ਰੁਪਇਆ ਮੈਕਸ ਹੱਤੀ ਹੈ
ਟੂਰਨਾਮੈਂਟ ਕਮੇਟੀ ਨੂੰ, ਉਹਨਾਂ ਨੂੰ ਟੂਰਨਾਮੈਂਟ ਕਮੇਟੀ ਸਨਮਾਨਿਤ ਕਰ ਰਹੀ ਹੈ। ਕਿਰਪਾ ਕਰਕੇ ਆਪਾਂ ਨੂੰ ਪਤਾ ਹੁੰਦਾ ਵੀ ਆਪਾਂ ਕਿੰਨੇ ਪੈਸੇ ਸਾਰਿਆਂ ਨੂੰ, ਵੀ ਕਿਰਪਾ ਕਰਕੇ ਆਪੋ ਆਪਣਾ ਸਨਮਾਨ 'ਚ ਲੈਣ ਜੀ ਆ ਕੇ, ਜਿਨ੍ਹਾਂ ਨੇ ਸਾਨੂੰ 1100 ਰੁਪਏ ਤੋਂ ਲੈ ਕੇ 1500 ਤੱਕ ਦਾ ਮੈਸੇਜ ਦਿੱਤੀ ਹੈ, ਉਹਨਾਂ ਸੱਜਣ ਨੂੰ ਅੱਜ ਸਨਮਾਨਿਤ ਕੀਤਾ ਜਾਵੇਗਾ। ਬਾਕੀ ਸਨਮਾਨ ਅਸੀਂ ਬਾਅਦ ਵਿੱਚ ਕਰਾਂਗੇ। ਹਾਂਜੀ, ਮੈਂ ਕੋਟੂ ਬਰਾਉਂ। ਇਹ ਦਾਨੀ ਸੱਜਣਾਂ ਦੇ ਬੇਨਤੀ ਹੈ ਚਰਨਾਂ 'ਚ ਵੀ ਇਹ ਮਾਨ ਸਨਮਾਨ ਤਾਂ ਅੱਜ ਕਰਨ ਲੱਗੇ ਹਾਂ। ਇੰਨਾ ਮਾਨ ਸਨਮਾਨ ਤੁਸੀਂ ਕਮੇਟੀ ਵਾਲਿਆਂ ਦਾ ਕੀਤਾ, ਜੇ ਅਸੀਂ ਤੜਕੇ ਤੋਂ ਲੱਗਦੇ ਤਾਂ ਹੋ ਸਕਦਾ 2 ਦਿਨ ਤੁਹਾਡੇ 'ਤੇ ਲਾਉਣੇ ਪੈ ਜਾਣਾ, ਕਿਉਂਕਿ ਲਿਸਟ ਬਹੁਤ ਲੰਬੀ ਆ। ਇਸ ਕਰਕੇ ਵਾਰੀ ਵਾਰੀ ਸਾਰੇ ਜਿਵੇਂ ਜਿਵੇਂ ਦਾਨੀ ਸੱਜਣਾਂ ਦੇ ਨਾਮ ਬੋਲੇ ਜਾਣਗੇ, ਆਪੋ ਆਪਣਾ ਸਨਮਾਨ ਚੈਨਲ ਲੈਣਾ। ਅਗਲੀ ਵਾਰੀ ਵਾਲਿਆ ਕਮੈਂਟਰ ਮੇਰਾ ਕੀਤਾ ਵੀਰ, ਉਸ ਵੇਲੇ ਨਗਰ ਦਾ ਮੈਚ ਹੈ, ਸੋ ਅਗਲੀ ਕਮੈਂਟਰੀ ਉਹ ਕਰੇਗਾ। ਵੀਰ ਕਿਹੜਾ ਜਿੱਤ ਗਿਆ ਇਹਨਾਂ 'ਚ ਬਾਈ? ਔਗੁਰ ਇਸ ਮੁਕਾਬਲੇ 'ਚ ਜੇਤੂ ਹੋਵੇ, ਛਿੰਦੇ ਨੋਟ ਕਰ ਲਿਓ, ਔਗੁਰ ਇਸ ਮੁਕਾਬਲੇ 'ਚ ਜੇਤੂ ਹੈ। ਲਓ ਅਗਲੀ ਕਮੈਂਟਰੀ ਮੇਰਾ ਵੱਡਾ ਵੀਰ, ਮੈਂ ਤਾਂ ਗਲੀਆਂ ਦਾ ਕੂੜਾ ਰੂੜਾ ਤੇ ਮੈਨੂੰ ਤਖ਼ਤ ਬਿਠਾਇਆ ਸਾਈਆਂ, ਬਹੁਤ ਬਹੁਤ ਧੰਨਵਾਦ ਟੂਰਨਾਮੈਂਟ ਕਮੇਟੀ ਦਾ। ਸੋ ਫਿਰ ਮੌਕਾ ਮਿਲਿਆ ਜਿਵੇਂ ਜਿਵੇਂ ਗੱਲਾਂ ਕਰਾਂਗੇ। ਲਓ ਜੀ ਵੀਰ ਜੀ, ਹੈਲੋ, ਖਾਈ ਦੀ ਟੀਮ ਪੁੱਜ ਗਈ, ਤਲਵੰਡੀ ਦੀ ਟੀਮ ਪੁੱਜੀ ਹੈ ਤਲਵੰਡੀ। ਬਾਰੇ ਵਾਲਾ ਬਾਰਸਜ, ਦਾਮੂਸ਼ਾ ਕਲੱਬ ਲੋਹਾਰਾ ਦੀਆਂ ਟੀਮਾਂ ਪੁੱਜਣ। ਬਾਰੇ ਵਾਲਾ ਬਾਰਸਜ, ਦਾਮੂਸ਼ਾ ਕਲੱਬ ਲੋਹਾਰਾ, ਰੌਲੀ ਬਾਰਸਜ ਚੜਿੱਕ, ਜਿੰਨੀਆਂ ਟੀਮਾਂ ਨੂੰ ਅਨਾਊਂਸ ਕੀਤਾ ਉਹ ਗਰਾਊਂਡ ਦੇ ਲਾਗੇ ਆ ਜਾਓ। ਬਾਰੇ ਵਾਲਾ ਬਾਰਸਜ, ਦਾਮੂਸ਼ਾ ਲੋਹਾਰਾ, ਰੌਲੀ ਬਾਰਸਜ ਚੜਿੱਕ, ਸਾਹਮਣੇ ਮੈਚ ਸ਼ੁਰੂ ਹੋਣ ਜਾ ਰਿਹਾ। ਬਾਰੇ ਵਾਲਾ ਖਾਈ ਬਾਰਸਜ ਤਲਵੰਡੀ ਦੀਆਂ ਟੀਮਾਂ ਦੇ ਵਿਚਕਾਰ, ਉੱਧਰ ਖਾਈ ਪਿੰਡ ਦਾ ਗੋਰਾ ਪੁੱਜ ਗਿਆ ਕਿ ਬਹੁਤ ਹੀ ਵਧੀਆ ਪ੍ਰਦਰਸ਼ਨ ਕਰਦਾ ਕੱਪਾਂ ਦੇ ਉੱਤੇ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇੱਥੇ ਪੁੱਜਣ ਤੇ ਖਾਈ ਪਿੰਡ ਦੇ ਗੋਰੇ ਦਾ। ਧੰਨਵਾਦ ਕਰਦੇ ਹਾਂ ਸਾਰੀ ਪ੍ਰਬੰਧਕ ਕਮੇਟੀ ਦਾ, ਸੀਏ ਬਾਰੇ ਵਾਲੇ ਦਾ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬਾਰੇ ਵਾਲਾ ਬਾਰਸੀ, ਦਾਮੂਸਾ ਲੋਹਾਰਾ ਦੀਆਂ ਟੀਮਾਂ ਪੁੱਜਣ। ਬਾਰੇ ਵਾਲਾ ਬਾਰਸੀ, ਦਾਮੂਸਾ ਲੋਹਾਰਾ, ਕਿਤੇ ਆਵਾਜ਼ ਮਾਰ, ਟੀਮ ਕਿਹੜਾ ਕਿਹੜੀ ਆਈ ਹੈ? ਇੱਕ ਆਈ ਹੈ, ਦੂਜੀ ਕਿਹੜੀ ਰਹਿੰਦੀ? ਖਾਈ ਦੀ ਟੀਮ ਆ ਗਈ ਵੀਰੇ, ਤਲਵੰਡੀ ਦੀ ਆ ਗਈ, ਆਈ ਵੀ ਵੀਰੇ। ਹਾਂ, ਬੇਨਤੀ ਹੈ ਵੀ ਜਿਹਨਾਂ ਨੇ ਸਾਨੂੰ ਮੈਕਸ ਐਪੀ ਪਹਿਲਾਂ ਹੀ ਅਨਾਊਂਸ ਕੀਤਾ ਵੀ 1100 ਰੁਪਏ ਵਾਲੇ ਸੱਜਣ, ਆਪਣੇ ਆਪ ਹੀ ਉੱਠ ਕੇ ਤੁਸੀਂ ਸਨਮਾਨ ਲਓ ਜੀ, ਸਨਮਾਨ 'ਚ ਲਓ। ਤੁਹਾਡਾ ਬਹੁਤ ਵੱਡਾ ਸਹਿਯੋਗ ਆ ਦਾਨੀ ਸਿਰ, ਤਾਂ ਦਾਨੀ ਸੱਜਣਾ ਸਿਰ 'ਤੇ ਟੂਰਨਾਮੈਂਟ ਚੱਲਦੇ ਆ ਜੀ। ਕਹਿੰਦੇ ਚਿੜੀ ਚੂੰਝ ਭਰ ਲੈ ਜਾਵੇ, ਨਦੀ ਨਾ ਘੱਟੋ ਨੀਰ, ਦਾਨ ਦਿੱਤਿਆਂ ਧਾਨੀ ਘੱਟਦਾ, ਕਹਿ ਗਏ ਭਗਤ ਕਬੀਰ। ਔਰ ਗੁਰਬਾਣੀ ਵਿੱਚ ਲਿਖਿਆ ਵੀ ਦਾਨ ਤੁਹਾਡਾ ਦੂਰ ਸੁਣਾ ਹੋਇਆ। ਬੇਨਤੀ ਵੀ ਜਿਹਨਾਂ ਸਜਾ ਸਾਨੂੰ ਇਸ ਟੂਰਨਾਮੈਂਟ ਨੂੰ ਵੱਡਾ ਸਹਿਯੋਗਤਾ ਹੈ, ਦਾਨ ਤਾਂ ਇਹ, ਉਹ ਆਪੋ ਆਪਣੇ ਸਨਮਾਨ ਹਾਸਲ ਕਰਨ। ਜਿਹਨਾਂ ਨੇ ਸਾਨੂੰ ਵੱਡਾ ਸਹਿਯੋਗਤਾ ਹੈ, 1100 ਰੁਪਈਆ ਸਜਣ ਆ ਕੇ ਸਟੇਜ ਤੋਂ ਆਪੋ ਆਪਣਾ ਸਨਮਾਨ 'ਚ ਲੈਣ ਜੀ। ਬੇਨਤੀ ਹੈ ਸਾਰੇ ਵੀਰਾਂ ਨੂੰ, ਜਿੰਨੇ ਵੀ ਸਜਣਾ ਨੇ, ਜਿਹਨਾਂ ਨੇ 100, 50, 500, 400 ਹੋਰ ਵੀ ਸੇਵਾ ਕੀਤੀ ਹੈ, ਉਹਨਾਂ ਦਾ ਵੀ ਬਹੁਤ ਧੰਨਵਾਦ ਜੀ। ਜਿਹਨਾਂ ਨੇ ਵੱਡੀ ਸੇਵਾ ਕੀਤੀ ਉਹਨਾਂ ਦਾ ਵੀ ਧੰਨਵਾਦ ਸਾਰੇ ਵੀਰਾਂ ਦਾ। ਸਾਰਿਆਂ ਨੂੰ ਬੇਨਤੀ ਸਨਮਾਨ 'ਚ ਲੈਣ ਆ ਕੇ 1100 ਰੁਪਈਆ ਵਾਲੇ, ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ ਜੀ।
ਦਰਸ਼ਕ ਵੀਰ ਨੋਟ ਕਰਨ, ਖਾਈ ਦੀ ਟੀਮ ਪੁੱਜ ਗਈ ਸ਼ਮਸ਼ਾਨ ਘਾਟ ਵਾਲੀ ਸਾਈਡ, ਇੱਧਰ ਪੁੱਜੀ ਤਲਵੰਡੀ ਦੀ ਟੀਮ, ਮੈਚ ਸ਼ੁਰੂ ਹੋਣ ਲੱਗਿਆ ਖਾਈ ਬਾਰਸ਼ ਤਲਵੰਡੀ। ਉਧਰ ਧੰਨਵਾਦ ਕਰਦੇ ਹਾਂ ਨਿਰਮਲ ਸਿੰਘ ਜੀ ਲੰਗੇ ਆਣੀਆਂ ਦੋਸਤਾਂ ਵਿੱਚੋਂ ਇੱਕ ਨੇ, ਬਹੁਤ ਧੰਨਵਾਦ ਕਰਦੇ ਹਾਂ ਇੱਥੇ ਪੁੱਜਣ ਤੇ ਨਿਰਮਲ ਸਿੰਘ ਜੀ ਲੰਗੇ ਆਣੀਆਂ। ਬਾਰੇ ਵਾਲਾ ਬਾਰਸ਼ ਦਾਮੂ ਸ਼ਾਹ ਲੁਹਾਰਾ ਰੌਲੀ ਬਾਰਸ਼ ਚੜਿੱਕ ਦੀਆਂ ਟੀਮਾਂ ਪੁੱਜਣ, ਕਿਸੇ ਵੀ ਟੀਮ ਦਾ ਕੋਈ ਇੰਤਜ਼ਾਰ ਨਹੀਂ ਕੀਤਾ ਜਾਣਾ। ਸਾਹਮਣੇ ਨੌਜਵਾਨ ਤਲਵੰਡੀ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ, ਤਿੰਨ ਜਾਤੀ ਖਾਈ ਪਿੰਡ ਦੇ, ਇੱਕ ਕੰਨੀ ਤੇ ਗੋਰੇ ਨਾਲ ਹੋਇਆ ਹਲਕਾ ਜਿਹਾ ਟੱਚ ਕਿ ਸੱਚੀਆਂ ਗੱਲਾਂ ਘੋੜੀਏ ਵਾਲਾ ਭਿੰਦਰ ਕਹਿੰਦਾ ਏ, ਜੋ ਸਖ਼ਤ ਮਿਹਨਤ ਕਰਦਾ ਉਹ ਕੁੱਝ ਪਾ ਹੀ ਲੈਂਦਾ ਏ, ਰੋਕਿਆ ਨਾ ਰੁਕਣਾ ਏ ਟੌਰ ਨਵਾਬੀਆਂ ਨੇ, ਕੌਡੀ ਕੌਡੀ ਕਰਦੇ ਰਹਿਣਾ ਪੁੱਤ ਪੰਜਾਬੀਆਂ ਨੇ, ਕੌਡੀ ਕੌਡੀ ਕਰਦੇ ਰਹਿਣਾ ਪੁੱਤ ਪੰਜਾਬੀਆਂ ਨੇ। ਸਾਹਮਣੇ ਕਬੱਡੀ ਖਾਈ ਦੀ ਤਰਫੋਂ ਪੱਤੋ ਪਿੰਡ ਦੇ ਅਵਰੀਦੀ ਪੈਂਦੀ ਹੋਈ, ਕਰ ਹਲਕਾ ਜਿਹਾ ਟੱਚ ਪੁਆਇੰਟ ਨੌਜਵਾਨ ਨੇ ਖਾਈ ਟੀਮ ਦੇ ਹਿੱਸੇ ਜੋੜ ਦਿੱਤਾ। ਉੱਥੇ ਨੌਜਵਾਨ ਤਲਵੰਡੀ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ, ਤਿੰਨ ਜਾਫੀ ਖਾਈ ਪਿੰਡ ਦੇ, ਇੱਕ ਕੰਨੀ ਦੇ ਨੀਲੀ ਪੱਟੀ ਦੇ ਵਿੱਚ, ਖਾਈ ਪਿੰਡ ਦਾ ਗੋਰਾ ਕਹਿੰਦੇ ਕਹਿਰ ਦੇ ਯਾਥੀਆਂ ਦੇ ਵਿੱਚ ਜਾਣਿਆ ਜਾਂਦਾ, ਕੌਣ ਲਾਊ ਤਕੜਾ ਜੱਫਾ। ਉੱਧਰ ਲਾਲ ਪੱਟੀ ਨਾਲ ਹੋਇਆ ਮੁਕਾਬਲਾ ਤੇ ਪੁਆਇੰਟ ਨੌਜਵਾਨ ਤਲਵੰਡੀ ਦੀ ਟੀਮ ਦੇ ਹਿੱਸੇ ਜੋੜਦਾ ਹੋਇਆ। ਸਾਹਮਣੇ ਅਮਰੂ ਪੱਤੋ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ, ਕਹਿੰਦੇ ਪੱਤੋ ਸ਼ਕੀਨਾਂ ਦੀ ਨਾਲ ਮਸ਼ਹੂਰ ਹੋ ਗਿਆ, ਅਮਰੂ ਪੱਤੋ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ, ਚਾਰ ਜਾਫੀ ਤਲਵੰਡੀ ਪਿੰਡ ਦੇ, ਕੌਣ ਲਾਊ ਜੱਫਾ। ਉੱਧਰ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਆ ਕਿ ਕੋਈ ਵੀ ਖਿਡਾਰੀ ਜਿਹੜਾ ਹੁਣ ਤਰਾਜ ਲਾਏਗਾ ਉਹ 500 ਰੁਪਈਆ ਪਹਿਲਾਂ ਜਮ੍ਹਾਂ ਕਰਵਾਉਣਾ ਪਵੇਗਾ, 500 ਰੁਪਈਆ। ਸਾਹਮਣੇ ਨੌਜਵਾਨ ਤਲਵੰਡੀ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ, ਤਿੰਨ ਜਾਫੀ ਖਾਈ ਪਿੰਡ ਦੇ, ਕਿ ਕਿਸੇ ਦੇ ਹੱਥ ਨਹੀਂ ਆਉਂਦਾ ਸੁਖਬੀਰ ਸੁਰਾਵਾਂ ਦਾ, ਅੱਜ ਕੱਲ੍ਹ ਸਿੱਕਾ ਚੱਲਦਾ ਖਾਈ ਵਾਲੇ ਭਰਾਵਾਂ ਦਾ, ਇੱਕ ਦਾ ਨਾਮ ਮੀਤ ਤੇ ਦੂਜੇ ਦਾ ਨਾਂ ਦੀਪਾ ਬਈ, ਮਸਤਾਂ ਦੇ ਤੌਰ ਤੇ ਜਾਣਿਆ ਜਾਂਦਾ ਖੋਸਿਆਂ ਦਾ ਬੀਤਾ ਬਈ, ਬਾਰੇ ਵਾਲਾ ਕੀਤਾ ਕਰਦਾ ਸਿਫਤ ਪਲੇਅਰਾਂ ਦੀ, ਦੁਨੀਆ ਫੈਨ ਯਾਰੋ ਇਹਨਾਂ ਬੱਬਰ ਸ਼ੇਰਾਂ ਦੀ, ਦੁਨੀਆ ਫੈਨ ਯਾਰੋ ਇਹਨਾਂ ਬੱਬਰ ਸ਼ੇਰਾਂ ਦੀ। ਬਾਰੇ ਵਾਲਾ ਬਰਸੀ ਤਾਨੂਸਾਂ ਲੁਹਾਰਾਂ ਦੀਆਂ ਟੀਮਾਂ ਪੁੱਜਣ, ਰੌਲੀ ਬਰਸੀ ਚੜਿੱਕ। ਸਾਹਮਣੇ ਨੌਜਵਾਨ ਖਾਈ ਪਿੰਡ ਦਾ ਲਾਲ ਪੱਟੀ ਦੇ ਵਿੱਚ ਰੇਡ ਪਾਉਣ ਲਈ ਵਾਧਾ ਹੋਇਆ, ਚਾਰ ਜਾਫੀ ਤਲਵੰਡੀ ਪਿੰਡ ਦੇ, ਕਹਿੰਦੇ ਖਾਈ ਵਾਲੇ ਬਾਲੇ ਨੂੰ ਦੁਨੀਆ ਜਾਣਦੀ, ਮੀਤ ਦਾ ਨਾਂ ਵੱਡਾ ਕਬੱਡੀ ਜਗਤ ਦੇ ਵਿੱਚ, ਕਹਿੰਦੇ ਦੀਪੇ ਨੇ 25 ਮੋਟਰਸਾਈਕਲ ਜਿੱਤਿਆ ਫਗਵਾੜੇ ਦੇ ਲਾਗੇ, ਉਹਨਾਂ ਨੌਜਵਾਨਾਂ ਦੀ ਵੀ ਤੂਤੀ ਬੋਲਦੀ ਗਰਾਊਂਡਾਂ ਦੇ ਵਿੱਚ ਖਾਈ ਵਾਲੇ ਭਰਾਵਾਂ ਦੀ। ਬਾਰੇ ਵਾਲਾ ਬਰਸ਼ ਦਾਮੂ ਸ਼ਾਹ ਲੁਹਾਰਾ ਦੀਆਂ ਟੀਮਾਂ ਪੁੱਜਣ ਚੱਲਦੇ ਮੈਚ ਦੇ ਵਿੱਚ। ਸਾਹਮਣੇ ਤਲਵੰਡੀ ਪਿੰਡ ਦਾ ਨੌਜਵਾਨ ਰੇਡ ਪਾਉਣ ਲਈ ਵਾਧਾ ਹੋਇਆ, ਤਿੰਨ ਜਾਫੀ ਖਾਈ ਪਿੰਡ ਦੇ, ਕਹਿੰਦੇ ਗੋਰਾ ਕਹਿਰ ਦੇ ਯਾਥੀਆਂ ਦੇ ਵਿੱਚ ਜਾਣਿਆ ਜਾਂਦਾ, ਪਰ ਨੌਜਵਾਨ ਨੇ ਕੀਤਾ ਹਲਕਾ ਜਿਹਾ ਟੱਚ ਪੁਆਇੰਟ ਤਲਵੰਡੀ ਦੀ ਟੀਮ ਦੇ ਹਿੱਸੇ ਜੋੜਦਾ ਹੋਇਆ। ਬਾਰੇ ਵਾਲਾ ਬਰਸ਼ ਦਾਮੂ ਸ਼ਾਹ ਲੁਹਾਰਾ ਦੀ ਟੀਮ ਪੁੱਜੇ। ਸਾਹਮਣੇ ਅਮਰੂ ਪੱਤੋ ਪਿੰਡ ਦਾ, ਕਹਿੰਦੇ ਸ਼ਰਾਬੀ ਦਾ ਨਾਂ ਵੱਡਾ ਕਬੱਡੀ ਜਗਤ ਦੇ ਵਿੱਚ, ਉੱਥੇ ਆਪਣੇ ਪਿੰਡ ਦੇ ਵਿੱਚ ਟੂਰਨਾਮੈਂਟ ਕਰਵਾਉਂਦੇ ਨੇ ਸ਼ਰਾਬੀ ਪੱਤੋ ਵਾਲੇ। ਉੱਧਰ ਨੌਜਵਾਨ ਨੇ ਕੁੱਝ ਪੱਟਣ ਦੀ ਕੋਸ਼ਿਸ਼ ਕੀਤੀ, ਕੁੱਝ ਪੱਟਣੀ ਤੇ ਕਬੱਡੀ ਵਿੱਚ ਲਾਉਣੀ ਔਖੀ ਵਾਲੀ ਢਾਕ ਮਿੱਤਰੋ, ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਖਾ ਕੇ ਖੁਰਾਕ ਮਿੱਤਰੋ, ਖਾ ਕੇ ਖੁਰਾਕ ਮਿੱਤਰੋ। ਸਾਹਮਣੇ ਨੌਜਵਾਨ ਤਲਵੰਡੀ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ, ਖਾਈ ਪਿੰਡ ਦਾ ਗੋਰਾ ਲਾਊ ਤਕੜਾ ਜਾਫਾ, ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜੂ, ਇਹ ਸਮੇਂ ਦੀਆਂ ਬਾਤਾਂ ਹੋਣੀਆਂ। ਗੋਰੇ ਨਾਲ ਕੀਤਾ ਹਲਕਾ ਜਿਹਾ ਟੱਚ, ਪੁਆਇੰਟ ਨੌਜਵਾਨ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਬਾਰੇ ਵਾਲਾ ਬਰਸੇ ਦਾਮੂ ਸ਼ਾਹ ਲੁਹਾਰਾ ਦੀਆਂ ਟੀਮਾਂ ਪੁੱਜਣ, ਇੱਕ ਮਿੰਟ ਦੀ ਕਾਲ ਆ। ਸਾਹਮਣੇ ਨੌਜਵਾਨ ਅਬਰੂ ਪੱਤੋ ਪਿੰਡ ਦਾ, ਇਹ ਪੱਤੋ ਸ਼ਕੀਨਾਂ ਦੀ ਨਾਲ ਮਸ਼ਹੂਰ ਹੋ ਗਿਆ,
ਉਧਰ ਨੌਜਵਾਨ ਨੇ ਕੀਤਾ ਹਲਕਾ ਜਿਹਾ ਟੱਚ, ਆਮੋ ਸਾਹਮਣੇ ਹੁੰਦੇ ਨੌਜਵਾਨ ਪਰ ਪੁਆਇੰਟ ਅਮਰੂ ਖਾਈ ਟੀਮ ਦੇ ਹਿੱਸੇ ਜੋੜਦਾ ਹੋਇਆ ਸਾਹਮਣੇ ਨੌਜਵਾਨ ਤਲਵੰਡੀ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ। ਚਾਰ ਜਾਫੀ ਖਾਈ ਪਿੰਡ ਦੇ ਦੀਪੇ ਦਾ ਨਾਮ ਵੱਡਾ ਕਬੱਡੀ ਜਗਤ ਦੇ ਵਿੱਚ, ਉੱਥੇ ਕਹਿੰਦੇ ਮੀਤ ਨੂੰ ਦੁਨੀਆਂ ਜਾਣਦੀ ਕਿ ਖੇਡਣੀ ਹੋਵੇ ਕਬੱਡੀ ਦੁੱਧ ਡੈਰੀਆਂ ਨਹੀਂ ਪਾਈ ਦਾ, ਉਹ ਮਾਘ ਵਿੱਚ ਛੱਡਣਾ ਪੈਂਦਾ ਨਿੱਗਰ ਜਾਈ ਦਾ, ਜੇਡ ਹਾਰ ਦੀ ਸਹਿਣੀ ਪੈਂਦੀ ਮਾਰ ਮਿੱਤਰੋ, ਬਣਨਾ ਸੌਖਾ ਨਹੀਂ ਕਬੱਡੀ ਦਾ ਸਟਾਰ ਮਿੱਤਰੋ, ਬਣਨਾ ਸੌਖਾ ਨਹੀਂ ਕਬੱਡੀ ਦਾ ਸਟਾਰ ਮਿੱਤਰੋ। ਸਾਹਮਣੇ ਨੌਜਵਾਨ ਅਮਰੂ ਪੱਤੋ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ। ਚਾਰ ਜਾਫੀ ਤਲਵੰਡੀ ਪਿੰਡ ਦੇ, ਕੌਣ ਨੌਜਵਾਨ ਲਾਊ ਜੱਪਾ ਤੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜੂ, ਇਹ ਸਮੇਂ ਦੀ ਬਾਤ ਹੋਵੇਗੀ। ਅਮਰੂ ਨੌਜਵਾਨ ਪੁਆਇੰਟ ਖਾਈ ਟੀਮ ਦੇ ਹਿੱਸੇ ਜੋੜਦਾ ਹੋਇਆ, ਸਾਹਮਣੇ ਨੌਜਵਾਨ ਤਲਵੰਡੀ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ। ਤਿੰਨ ਜਾਫੀ ਖਾਈ ਪਿੰਡ ਦੇ, ਕਿ ਮਾਣੂਕਿਆਂ ਦਾ ਬੂਟਾ ਬਣ ਗਿਆ ਏ ਸਟਾਰ ਜੀ, ਜੀਵਨ ਨੂੰ ਕਰਦੇ ਲੋਕੀ ਬੜਾ ਹੀ ਪਿਆਰ ਜੀ, ਹਰ ਪਾਸੇ ਹੁਣ ਇਹਨਾਂ ਦੀ ਹੈ ਝੰਡੀ ਜੀ, ਜਿੱਤ ਲਿਆ ਨੁਕਰਾ ਘੋੜਾ ਮਿਲ ਜਾਊ ਗੱਡੀ ਜੀ, ਮਿਹਨਤ ਜੋ ਕਰਦੇ ਉਹ ਕੁਝ ਪਾ ਹੀ ਜਾਂਦੇ ਨੇ, ਬਾਰੇ ਵਾਲੇ ਦੇ ਕੀਤੇ ਨਾ ਚਮਕਾਈ ਜਾਂਦੇ ਨੇ, ਬਾਰੇ ਵਾਲੇ ਦੇ ਕੀਤੇ ਨਾ ਚਮਕਾਈ ਜਾਂਦੇ ਨੇ। ਸਾਹਮਣੇ ਨੌਜਵਾਨ ਤਲਵੰਡੀ ਪਿੰਡ ਦਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ, ਸਾਹਮਣੇ ਅਮਰੂ ਪੱਤੋ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ। ਚਾਰ ਜਾਫੀ ਤਲਵੰਡੀ ਪਿੰਡ ਦੇ, ਕਹਿੰਦੇ ਜਿੱਥੇ ਸ਼ਰਾਬੀ ਦਾ ਨਾਂ ਵੱਡਾ ਕਬੱਡੀ ਜਗਤ ਦੇ ਵਿੱਚ, ਉੱਥੇ ਪੱਤੋ ਦੀ ਧਰਤੀ ਤੇ ਬਹੁਤ ਵੱਡਾ ਟੂਰਨਾਮੈਂਟ ਕਰਵਾਉਂਦੇ ਨੇ ਸ਼ਰਾਬੀ ਵਰਗੇ, ਉੱਧਰ ਨੌਜਵਾਨ ਨੇ ਬਾਜੀ ਦੇ ਜੰਡਾ ਦੇ ਵਾਂਗੂ ਗੁੱਟ ਫੜ ਦੀ ਕੀਤੀ ਕੋਸ਼ ਤੇ ਨਾਲ ਕੈਂਚੀ ਲਗਾ ਦਿੱਤੀ। ਪੁਆਇੰਟ ਅਮਰੂ ਆਪਣੀ ਟੀਮ ਦੇ ਹਿੱਸੇ ਜੋੜੂ ਜਾਂ ਨੌਜਵਾਨ ਆਪਣੀ ਟੀਮ ਦੇ ਹਿੱਸੇ ਜੋੜੂ, ਇਹ ਸਮੇਂ ਦੀ ਬਾਤ ਹੋਵੇਗੀ। ਸਮਾਂ ਤੇ ਸਮੁੰਦਰ ਦੀਆਂ ਲਹਿਰਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦੀਆਂ। ਸਾਹਮਣੇ ਨੌਜਵਾਨ ਤਲਵੰਡੀ ਪਿੰਡ ਦਾ ਨੀਲੀ ਪੱਟੀ ਵਿੱਚ ਰੇਡ ਪਾਉਣ ਲਈ ਵਾਧਾ ਹੋਇਆ। ਤਿੰਨ ਜਾਫੀ ਖਾਈ ਪਿੰਡ ਦੇ, ਜਿੱਥੇ ਮਾਸਟਰ ਦੇ ਪੁੱਤ ਦਾ ਨਾਂ ਚੱਲਦਾ ਕਬੱਡੀ ਜਗਤ ਦੇ ਵਿੱਚ, ਗੁਰਸਾਰਨ ਸਿੰਘ ਭਾਲਾ ਜਿਹੜੇ ਕਬੱਡੀ ਦਾ ਸਟਾਰ ਗਿਣਿਆ ਜਾਂਦਾ, ਉਹਦੇ ਖਾਈ ਦਾ ਦੀਪਾ ਵੀ ਕਹਿੰਦੇ ਵਧੀਆ ਪ੍ਰਦਰਸ਼ਨ ਕਰਦਾ ਕੱਪਾਂ ਦੇ ਉੱਤੇ, ਉੱਧਰ ਨੌਜਵਾਨ ਨੇ ਕੀਤਾ ਹਲਕਾ ਜਿਹਾ ਟੱਚ ਤੇ ਪੁਆਇੰਟ। ਹਾਂਜੀ, ਸੋ ਧੰਨਵਾਦ ਕਰਦੇ ਸਾਰੇ ਦਾਨੀ ਸੱਜਣਾਂ ਦਾ। ਪਹਿਲਾਂ ਹੀ ਬੇਨਤੀ ਕੀਤੀ ਹੈ ਵੀ 1100 ਰੁਪਈਆ ਸੱਜਣ, ਤੁਸੀਂ ਜੋ ਵੀ ਪਾਸੇ ਪਾਸੇ ਖੜਾ ਹੈ ਜਾਂ ਇਹਦੇ ਪਰਿਵਾਰ ਦਾ ਮੈਂਬਰ ਕੋਈ ਵੀ ਹੈ ਤਾਂ ਸਟੇਜ 'ਤੇ ਆ ਕੇ ਆਪਣਾ ਸਨਮਾਨ 'ਚ ਲੈਣ, ਜਿਨ੍ਹਾਂ ਨੇ ਸਾਨੂੰ 1100 ਰੁਪਈਆ ਮੈਸ ਦਿੱਤੀ ਹੈ। ਬੇਨਤੀ ਹੈ, ਬਹੁਤ ਧੰਨਵਾਦ ਸਾਰੇ ਵੀਰਾਂ ਜਿਨ੍ਹਾਂ ਨੇ ਸਾਨੂੰ, ਭਾਵੇਂ ਕਿਸੇ ਨੇ 100, ਕਿਸੇ ਨੇ 250, 500, 400, ਜਿੰਨੀ ਵੀ ਸੇਵਾ ਕੀਤੀ, ਧੰਨਵਾਦ ਸਾਰਿਆਂ ਦਾ ਕੀਤਾ ਜਾਂਦਾ ਜੀ। ਔਰ ਪਹਿਲਾਂ ਦੱਸਿਆ ਵੀ ਗੋਦੇਵਾਲਾ ਨਗਰ ਤੋਂ ਸਾਨੂੰ ਪ੍ਰਧਾਨ ਸਾਹਿਬ ਕਹਿੰਦੇ ਬਹੁਤ ਵੱਡੀ ਮੈਕਸ ਤਾਂ ਮਿਲੀ ਹੈ ਔਰ ਪੂਰਾ ਸਹਿਯੋਗ ਮਿਲਿਆ। ਅੱਗੇ ਤੋਂ ਵੀ ਉਹਨਾਂ ਨੇ ਕਿਹਾ ਵੀ ਤੁਹਾਡਾ ਪੂਰਾ ਸਾਥ ਦੇਵਾਂਗੇ, ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹੈ ਜਿਨ੍ਹਾਂ ਨੇ ਵੱਡਾ ਸਹਿਯੋਗ ਦਿੱਤਾ ਗੋਦੇਵਾਲਾ ਨਗਰ ਨੇ। ਔਰ ਬੇਨਤੀ ਵੀ ਜਿਨ੍ਹਾਂ ਨੇ ਸਾਨੂੰ 1100 ਰੁਪਏ ਤੋਂ 1100 ਰੁਪਏ ਤਾਂ ਮੈਸ ਦਿੱਤੀ ਹੋ ਕੇ ਫਿਰ ਬੇਨਤੀ ਸਟੇਜ 'ਤੇ ਆ ਕੇ ਸਨਮਾਨ 'ਚ ਲੈਣ ਜੀ। ਹਾਂਜੀ, ਮੈਂ ਕੋਟੂ ਗਰਾਊਂਡ ਬਾਰੇਵਾਲਾ ਬਰਸ਼ ਡਾਮੂਸਾ ਲੁਹਾਰਾ ਦੀਆਂ ਟੀਮਾਂ ਪੁੱਜਣ, ਬਾਰੇਵਾਲਾ ਬਰਸ਼ ਡਾਮੂਸਾ ਲੁਹਾਰਾ ਚੱਲਦੇ ਮੈਚ ਦੇ ਵਿੱਚ ਟੀਮਾਂ ਗਰਾਊਂਡ ਦੇ ਲਾਗੇ ਆ ਜਾਓ, ਰੌਲੀ ਬਰਸ਼ ਚੜਿੱਕ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਪੁੱਜਣ। ਸਾਹਮਣੇ ਨੌਜਵਾਨ ਅਮਰੂ ਪੱਤੋ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ। ਚਾਰ ਜਾਫੀ ਤਲਵੰਡੀ ਪਿੰਡ ਦੇ, ਕਿ ਨਾਲੇ ਬੁਲਟ ਮੇਰੂ ਨਾਲੇ ਸਪਾਰੀ, ਨਾ ਲੋਪੋ ਵਾਲਾ ਤੇਰਾ ਬੋਲੂ ਵਾਰੀ ਵਾਰੀ, ਜਿਹੜਾ ਕਹਿੰਦਾ ਸੱਚੀ ਗੱਲ ਬਈ ਮੁੰਡਿਆ ਛੱਡ ਨਸ਼ਿਆਂ ਦਾ ਖਹਿੜਾ, ਆ ਜਾ ਕੌਡੀ ਵੱਲ ਬਈ ਮੁੰਡਿਆ ਛੱਡ ਨਸ਼ਿਆਂ ਦਾ ਖਹਿੜਾ, ਆ ਜਾ ਕੌਡੀ ਵੱਲ ਬਈ। ਉੱਧਰ ਨੌਜਵਾਨ ਅਮਰੂ ਨੇ ਕੀਤਾ ਹਲਕਾ ਜਿਹਾ ਟੱਚ, ਉੱਧਰ ਨੌਜਵਾਨ ਨੇ ਗਿੱਟਾ ਕੈਚ ਕਰਨ ਦੀ ਕੀਤੀ ਕੋਸ਼ਿਸ਼,
ਤੇ ਨਾਲ ਬਗਲਾ ਭਰਦਾ ਹੋਇਆ ਨੌਜਵਾਨ ਲਾਊ ਜੱਪਾ ਤੇ ਪੁਆਇੰਟ ਬਾਂਟੀ ਡਾਲੇ ਪਿੰਡ ਦਾ ਤਲਵੰਡੀ ਭਾਈ ਦੀ ਟੀਮ ਦੇ ਹਿੱਸੇ ਜੋੜਦਾ ਹੋਇਆ। ਹਾਂਜੀ ਬਹੁਤ ਵਧੀਆ ਟੈਕਨੀਕਲ ਪੁਆਇੰਟ ਹੈ ਕਿਉਂਕਿ ਸਿੱਧਾ ਦਬਾਅ ਨਹੀਂ ਦੇ ਸਕਦਾ ਗਾ ਸਾਡਾ ਵੀ ਬੰਟੀ ਡਾਲੇ ਵਾਲਾ। ਬਹੁਤ ਧੰਨਵਾਦ ਰੈਫਰੀ ਸਾਹਿਬ ਜਿੰਨੇ ਵੀ ਬਾਬਾ ਜੀ ਪਾਣੀ ਪੈ ਰਹੇ ਉਹਨਾਂ ਦਾ ਧੰਨਵਾਦ ਰੈਫਰੀ ਇਕਬਾਲ ਸਿੰਘ ਜੀ ਬਦੋ ਕੇ ਬੰਟੀ ਡਾਲਾ ਅੱਜ ਮੇਰ ਆਲਮ ਵਾਲੀ ਆ ਔਰ ਸਾਰੇ ਵੀਰਾਂ ਦਾ ਬਹੁਤ ਧੰਨਵਾਦ। ਸੁਖਮੰਦਰ ਸਿੰਘ ਜੀ ਫਿੱਡੇ ਔਰ ਰਣਜੀਤ ਫਿੱਡੇ ਸਾਡਾ ਵੀ ਪੁੱਜੇ ਨੇ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਆ ਜਿਹਨੇ ਵੀ ਸੇਵਾਵਾਂ ਦੇ ਰਹੇ ਨੇ ਮੈਂ ਸਾਡਾ ਵੀਰ ਕੀਤਾ ਬਾਰੇ ਵਾਲੀ ਆ ਬਹੁਤ ਸੋਹਣੇ ਅਲਫਾਜ਼ ਸਾਡੇ ਦਰਸ਼ਕ ਵੀਰਾਂ ਸਾਂਝੇ ਕਰ ਰਹੇ ਨੇ ਔਰ ਕਹਿੰਦੇ ਪੱਤੋ ਤੇ ਖਾਈ ਲਾਗੇ ਲਾਗੇ ਪਿੰਡਾਂ ਖਾਈ ਵਾਲਾ ਗੱਭਰੂ ਫਿਰ ਅੱਗੇ ਵੱਧ ਕੇ ਕਬੱਡੀ ਪਾਉਂਦਾ ਹੋਇਆ ਪੱਤੋ ਕੋਲੇ ਖਾਈ ਸੁਣੀ ਦੀ ਪੱਤੋ ਕੋਲੇ ਖਾਈ ਸੁਣੀ ਦੀ ਖਾਈ ਕੋਲੇ ਦੀਨਾ ਤੈ ਮਨ ਮੋਲਿਆ ਵੇ ਕਾਹਦੀ ਦਿਆ ਸ਼ਕੀਨਾ ਤੈ ਮਨ ਮੋਲਿਆ ਵੇ ਕਬੱਡੀ ਦਿਆ ਸ਼ਕੀਨਾ ਇਹ ਕਬੱਡੀ ਦੇ ਸ਼ਕੀਨਾ ਕਹਿੰਦੇ ਪੱਤੋ ਵਿੱਚ ਸ਼ਕੀਨ ਬੜੇ ਆ ਰਾਜੂ ਪੱਤੋ ਦਾ ਸ਼ਕੀਨਾ ਆਹ ਲਾ ਫੜ ਲਾ ਰਮਾਲ ਵੇ ਤੂੰ ਪੂੰਝ ਲਾ ਪਸੀਨਾ ਰਾਜੂ ਪੱਤੋ ਦਾ ਸ਼ਕੀਨਾ ਕਹਿੰਦੇ ਕਬੱਡੀ ਦੇ ਸ਼ਕੀਨ ਬੜੇ ਪੱਤੋ ਵਾਲੇ ਪੱਤੋ ਕਹਿੰਦੇ ਮਸ਼ਹੂਰ ਪਿੰਡ ਹੈ ਔਰ ਅਗਲੀ ਮੈਲ ਤੇ ਗੱਲ ਕਰੂਗਾ ਇਸ ਮੁੰਡੇ ਬਾਰੇ ਕੀ ਦੀ ਸਾਹਮਣੇ ਨੌਜਵਾਨ ਤਲਵੰਡੀ ਪਿੰਡ ਦਾ ਰੇਡ ਪੌਲੀ ਵਾਧਾ ਹੋਇਆ ਤਿੰਨ ਯਾਪੀ ਖਾਈ ਪਿੰਡ ਦੇ ਕਹਿੰਦੇ ਕਿ ਕੰਨੀ ਤੇ ਗੋਰਾ ਖੜਾ ਖਾਈ ਵਾਲਾ ਕਹਿੰਦੇ ਕੋਈ ਕਾਲਮਾਂ ਦੇ ਗੁਰਵਿੰਦਰ ਨੂੰ ਪਹਿਲ ਬਾਣੇ ਆਖਦਾ ਕੋਈ ਸਿੱਧਮਾਂ ਦੇ ਜੱਸੇ ਨੂੰ ਤਫਾਣੇ ਆਖਦਾ ਸੋਨੂੰ ਬ੍ਰਹਮ ਬਾਲੀਏ ਦੇ ਫੈਨ ਬੜੇ ਨੇ ਚਾਹੁੰਦੇ ਪਾਲੇ ਨੂੰ ਜੋ ਐਸੇ ਮੈਣ ਬੜੇ ਨੇ ਹੁਣ ਕਿੰਦੇ ਬਿਹਾਰੀ ਪੁਰੀਏ ਦੀ ਤੋਰ ਦੀਆਂ ਗੱਲਾਂ ਅੱਜ ਹੁਣ ਮਿੱਤਰੋ ਜਵਾਨੀ ਵਾਲੇ ਜ਼ੋਰ ਦੀਆਂ ਗੱਲਾਂ ਅੱਜ ਹੁਣ ਮਿੱਤਰੋ ਜਵਾਨੀ ਵਾਲੇ ਜ਼ੋਰ ਦੀਆਂ ਗੱਲਾਂ ਇਹਨਾਂ ਗਰਾਊਂਡਾਂ ਦੇ ਵਿੱਚ ਜ਼ੋਰ ਦੀਆਂ ਗੱਲਾਂ ਪਰਖੀਆਂ ਜਾਂਦੀਆਂ ਨੇ ਸਾਹਮਣੇ ਅਮਰੂ ਪੱਤੋ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ ਚਾਰ ਜਾਫੀ ਤਲਵੰਡੀ ਪਿੰਡ ਦੇ ਕੌਣ ਲਾਊ ਤਗੜਾ ਜੱਪਾ ਪਰ ਅਮਰੂ ਨੂੰ ਡੱਕਣ ਦੀ ਕੋਸ਼ਿਸ਼ ਕੀਤੀ ਜਾਫੀ ਨੇ ਉੱਧਰ ਨੌਜਵਾਨ ਨੇ ਗੁੱਟ ਕੈਚ ਕਰਨ ਦੀ ਕੋਸ਼ਿਸ਼ ਕੀਤੀ ਲਾਊ ਤਗੜਾ ਜੱਪਾ ਪੁਆਇੰਟ ਤਲਵੰਡੀ ਦੀ ਟੀਮ ਦੇ ਹਿੱਸੇ ਜੋੜੂ ਇਹ ਸਮੇਂ ਦੀ ਬਾਤ ਹੋਵੇਗੀ ਸਮਾਂ ਦੇ ਸਮੁੰਦਰ ਦੀਆਂ ਲਹਿਰਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦੀਆਂ ਉੱਧਰ ਅਮਰੂ ਆਪਣੀ ਪੁਆਇੰਟ ਲੈਣ ਲਈ ਜਦੋਂ ਯਾਦ ਕਰਦਾ ਹੋਇਆ ਵਾਹ ਜੀ ਵਾਹ ਹੰਦਿਆਂ ਦੇ ਨੇੜੇ ਆ ਕੇ ਮੁੰਡੇ ਨੇ ਬੜਾ ਤਕੜਾ ਜੱਫਾ ਲਾਇਆ ਵੀ ਕਿੱਥੇ ਆ ਕੇ ਦੇਤੀ ਕਰਮਾਂ ਨੇ ਹਾਰ ਵੇ ਘੜਿਆ ਚਨਾ ਚੋਂ ਮੈਨੂੰ ਲਾ ਦੇ ਪਾਰ ਵੇ ਪਰ ਕੱਚੇ ਘੜੇ ਪਾਰ ਨਹੀਂ ਲਾਉਂਦੇ ਹੰਦਿਆਂ ਦੇ ਨੇੜੇ ਆ ਕੇ ਫਾਟਕ ਬੰਦ ਕਰਨ ਵਾਲੀ ਗੱਲ ਕੀਤੀ ਗੱਭੂ ਨੇ ਬੜਾ ਵਧੀਆ ਜੱਫਾ ਲਾਇਆ ਬਿਲਕੁਲ ਢੇਰੀਆਂ ਦੇ ਲਾਗੇ ਜਾ ਕੇ ਅਗਲੀ ਗੱਲ ਕੀ ਜੀ ਸਾਹਮਣੇ ਨੌਜਵਾਨ ਤਲਵੰਡੀ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ ਤਿੰਨ ਜਾਫੀ ਖਾਈ ਪਿੰਡ ਦੇ ਕੌਣ ਲਾਊ ਤਕੜਾ ਜੱਫਾ ਤੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜੂ ਪਰ ਨੌਜਵਾਨ ਨੇ ਕੀਤਾ ਹਲਕਾ ਜਿਹਾ ਟੱਚ ਪੁਆਇੰਟ ਤਲਵੰਡੀ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਸਾਹਮਣੇ ਨੌਜਵਾਨ ਖਾਈ ਪਿੰਡ ਦਾ ਰੇਡ ਪਾਉਣ ਲਈ ਖਤਮ ਖਾਈ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ ਚਾਰ ਜਾਫੀ ਤਲਵੰਡੀ ਪਿੰਡ ਦੇ ਕੀਤੀ ਅਗਲੀਆਂ ਟੀਮਾਂ ਨੂੰ ਕਾਲ ਕਰ ਦੋ ਵੀ ਤਿਆਰ ਹੋ ਕੇ ਵੇਟਿੰਗ ਰੂਮ ਪਹੁੰਚਣਾ ਆ ਗਾ ਜੀ ਠੀਕ ਹੈ ਮਿਹਰਬਾਨੀ ਸਾਹਮਣੇ ਨੌਜਵਾਨ ਖਾਈ ਪਿੰਡ ਦਾ ਰੇਡ ਪੌਲੀ ਵਾਧਾ ਹੋਇਆ ਚਾਰ ਜਾਫੀ ਤਲਵੰਡੀ ਪਿੰਡ ਦੇ ਕਿ ਮਾਣੂ ਕਹਿੰਦਾ ਜੀਵਨ ਮੇਲਿਆਂ ਦੀ ਸ਼ਾਨ ਹੈ ਤੋਨੇ ਬਾਰੇ ਬਾਲੇ ਨੂੰ ਜੀਦੇ ਉੱਤੇ ਮਾਣ ਹੈ
ਛੋਟੀ ਜਿਹੀ ਉਮਰ ਤੇ ਪਤਲਾ ਸਰੀਰ ਬਈ ਇੰਜ ਜਾਂਦਾ ਜਿਵੇਂ ਨਿਕਲਦਾ ਤੀਰ ਬਈ ਬਾਰੇ ਵਾਲੇ ਕੀਤੇ ਅਨਮੋਲ ਹੀਰੇ ਨੇ ਦੁਨੀਆਂ ਸ਼ੁਦਾਈ ਕੀਤੀ ਪਿੱਥੋਂ ਵਾਲੇ ਸ਼ੀਰੇ ਨੇ ਉਧਰ ਕਹਿੰਦੇ ਪਿੱਥੋਂ ਵਾਲੇ ਸ਼ੀਰੇ ਦਾ ਨਾਂ ਚੱਲਦਾ ਗਰਾਊਂਡਾਂ ਦੇ ਵਿੱਚ 14 ਮੋਟਰਸਾਈਕਲ ਜਿੱਤੇ ਇਸ ਸੀਜ਼ਨ ਦੇ ਵਿੱਚ ਨੌਜਵਾਨ ਨੇ ਵਿਸ਼ਵ ਵਿੱਚ ਰਿਕਾਰਡ ਪੈਦਾ ਕਰਤਾ 14 ਮੋਟਰਸਾਈਕਲ ਜਿੱਤੇ ਪਿੱਥੋਂ ਵਾਲੇ ਸ਼ੀਰੇ ਨੇ ਉਧਰ ਨੌਜਵਾਨ ਤਲਵੰਡੀ ਪਿੰਡ ਦਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਬਾਰੇ ਵਾਲਾ ਬਾਰਸੇ ਦਾਮੂਸਾ ਲਵਾਰਾ ਦੀਆਂ ਟੀਮਾਂ ਪੁੱਜ ਗਈਆਂ ਰੌਲੀ ਬਾਰੇ ਚੜਿੱਕ ਦੀ ਟੀਮ ਪੁੱਜੇ ਰੌਲੀ ਬਾਰੇ ਚੜਿੱਕ ਸਾਹਮਣੇ ਨੌਜਵਾਨ ਤਲਵੰਡੀ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ ਤਿੰਨ ਜਾਫੀ ਖਾਈ ਪਿੰਡ ਦੇ ਕੌਣ ਲਾਊ ਤਕੜਾ ਜੱਪਾ ਇਸ ਸਮੇਂ ਦੀ ਬਾਤ ਹੋਵੇਗੀ ਕਿ ਭਗਤ ਸਿੰਘ ਨਾ ਚੜ੍ਹਦਾ ਫਾਂਸੀ ਨਾ ਦੁਨੀਆਂ ਚੇਤੇ ਕਰਦੀ ਝਾਂਸੀ ਦੀ ਰਾਣੀ ਕੌਣ ਕਹਿੰਦਾ ਜੇ ਵਿੱਚ ਮੈਦਾਨ ਨਾ ਲੜਦੀ ਕੱਚੇ ਘੜੇ ਦੀ ਗੱਲ ਨਾ ਹੁੰਦੀ ਜੇ ਸੋਹਣੀ ਝਨਾ ਨਾ ਤਰਦੀ ਰਾਂਝੇ ਦਾ ਇਤਿਹਾਸ ਨਾ ਹੁੰਦਾ ਜੇ ਹੀਰ ਇਸ਼ਕ ਨਾ ਕਰਦੀ ਗੁਰਦਾਸ ਮਾਨ ਨੇ ਗਾਉਣਾ ਨਹੀਂ ਸੀ ਜੇ ਕਲਮ ਤਾਕਤ ਨਾ ਫੜਦੀ ਹਰਜੀਤ ਬਰਾੜ ਨੇ ਮਰਨਾ ਨਹੀਂ ਸੀ ਜੇ ਮੌਤ ਹੁੰਦੀ ਉਹਦੇ ਘਰ ਦੀ ਜੇ ਸਾਥੀ ਵਿੱਚ ਬਲਣਾ ਹੋਵੇ ਇਹ ਦੁਨੀਆਂ ਕਦੇ ਨਾ ਚੇਤੇ ਕਰਦੀ ਇਹ ਦੁਨੀਆਂ ਕਦੇ ਨਾ ਚੇਤੇ ਕਰਦੀ ਸਾਹਮਣੇ ਨੌਜਵਾਨ ਤਲਵੰਡੀ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ ਤਿੰਨ ਜਾਫੀ ਖਾਈ ਪਿੰਡ ਦੇ ਉੱਧਰ ਗੋਰੇ ਦੇ ਨਾਲ ਹੋਇਆ ਹਲਕਾ ਟੈਚ ਪਰ ਪੁਆਇੰਟ ਇਕਬਾਲ ਸਿੰਘ ਜੀ ਮਦੋ ਕੇ ਫੈਸਲਾ ਕਰਦੇ ਨੇ ਕਿ ਤਲਵੰਡੀ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਰੌਲੀ ਬੱਸ ਝੜਿੱਕ ਦੀਆਂ ਟੀਮਾਂ ਪੁੱਜਣ ਰੌਲੀ ਬੱਸ ਝੜਿੱਕ ਸਾਹਮਣੇ ਨੌਜਵਾਨ ਖਾਈ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ ਚਾਰ ਜਾਫੀ ਤਲਵੰਡੀ ਪਿੰਡ ਦੇ ਕੌਣ ਨੌਜਵਾਨ ਤਕੜਾ ਜੱਪਾ ਲਾਊ ਤੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜੂ ਇਹ ਸਮੇਂ ਦੀ ਬਾਤ ਹੋਵੇਗੀ ਉੱਧਰ ਨੌਜਵਾਨ ਨੇ ਗੁੱਟ ਕੈਚ ਕਰਨ ਦੀ ਗੱਲ ਕੀਤੀ ਪਰ ਨੌਜਵਾਨ ਭੱਜਿਆ ਜਾਂਦਾ ਤੇ ਤਰਾਰ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਖਾਈ ਦੀ ਟੀਮ ਦੇ ਹਿੱਸੇ ਜੋੜਦਾ ਹੋਇਆ ਉੱਧਰ ਮੀਤਾ ਸੰਧੂਆਂ ਵਾਲਾ ਪੁੱਜਿਆ ਧੰਨਵਾਦ ਕਰਦੇ ਇੱਥੇ ਪੁੱਜਣ ਤੇ ਮੀਤਾ ਸੰਧੂਆਂ ਵਾਲਾ ਹਾਂਜੀ ਸੋ ਅਸੀਂ ਦਰਸ਼ਕਾਂ ਦੀ ਜਾਣਕਾਰੀ ਦੱਸ ਦਈਏ ਜਿੱਥੇ ਪੰਜਾਬ ਦੇ ਗੱਭਰੂਆਂ ਦੀ ਕਬੱਡੀ ਦਾ ਤੁਸੀਂ ਨਜ਼ਾਰਾ ਦੇਖ ਰਹੇ ਅੱਜ ਤੇ ਕੱਲ੍ਹ ਨੂੰ ਕਬੱਡੀ ਦੇ ਓਪਨ ਦੇ ਮੁਕਾਬਲੇ ਹੋਣਗੇ ਜਿਨ੍ਹਾਂ ਨੇ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਜਿਨ੍ਹਾਂ ਖਿਡਾਰੀਆਂ ਨੇ ਖੇਡ ਖੇਡੀ ਉਹ ਵੀ ਆਪਣੇ ਕੋਲ ਪਹੁੰਚਣਗੇ ਉੱਥੇ ਪੰਜਾਬ ਦੀਆਂ ਮਟਿਆਰਾਂ ਲੜਕੀਆਂ ਦੇ ਮੈਚ ਵੀ ਕਰਾਏ ਜਾਣਗੇ ਪੰਜਾਬ ਦੀਆਂ ਸ਼ੇਰ ਬੱਚੀਆਂ ਦੇ ਮੈਚ ਵੀ ਹੋਣਗੇ ਜਿਨ੍ਹਾਂ ਨੇ ਵਰਲਡ ਕਬੱਡੀ ਕੱਪ ਦੇ ਵਿੱਚ ਆਪਣੀ ਖੇਡ ਦਾ ਮਜ਼ਾ ਕੀਤਾ ਉੱਥੇ ਕੱਲ੍ਹ ਨੂੰ ਲੜਕੀਆਂ ਦੇ ਸ਼ੋਅ ਮੈਚ ਵੀ ਉਸ ਖੇਡ ਦੇ ਮੈਦਾਨ 'ਚ ਹੋਣਗੇ ਅਤੇ ਨਾਲ ਹੀ 40 ਸਾਲੇ ਬਾਬਿਆਂ ਦੇ ਮੈਚ ਕਰਾਏ ਜਾਣਗੇ 40 ਸਾਲ ਤੋਂ ਉੱਪਰ ਵਾਲੇ ਉਮਰ ਦੇ ਕਿਉਂਕਿ ਕਈਆਂ ਨੇ ਮੈਚ ਪਹਿਲੀ ਵਾਰੀ ਦੇਖਣਾ ਹੁੰਦਾ ਜਿਨ੍ਹਾਂ ਦੀ 40 ਸਾਲ ਤੋਂ ਉੱਪਰ ਉਮਰ ਹੋਵੇ ਕਾਲੀ ਉਹਨਾਂ ਗੱਭਰੂਆਂ ਦੀ ਮੌਤ ਮੈਚ ਕੱਲ੍ਹ ਨੂੰ ਹੋਵੇਗਾ ਸ਼ੋਅ ਮੈਚ ਸੋ ਕੱਲ੍ਹ ਨੂੰ ਵੀ ਆਪਾਂ ਇਸੇ ਤਰ੍ਹਾਂ ਪੂਰਾ ਰੌਣਕ ਨੂੰ ਦੌੜਾ ਹੈ ਵੈਸੇ ਅੱਜ ਵੀ ਬੜਾ ਇਕੱਠ ਹੈ ਆਮ ਟੂਰਨਾਮੈਂਟ 'ਤੇ ਵੇਖੀਦਾ ਬਹੁਤ ਘੱਟ ਖਟਾ ਮੁਬਾਰਕਬਾਦ ਸਾਰੇ ਅਕਾਲਸਰ ਯੂਥ ਕਲੱਬ ਦੇ ਨੁਮਾਇੰਦਿਆਂ ਨੂੰ ਮੁਬਾਰਕਬਾਦ ਵੀ ਟੂਰਨਾਮੈਂਟ ਨੂੰ ਪੂਰਾ ਸਹਿਯੋਗ ਮਿਲ ਜਾਏ ਇਕੱਠ ਤੋਂ ਪਤਾ ਲੱਗਦਾ ਵੀ ਸਾਡੇ ਸ਼ਹਿਰ ਨਿਵਾਸੀ ਵੀ ਕਿੰਨਾ ਕਬੱਡੀ ਨੂੰ ਪਿਆਰ ਕਰਦੇ ਨੇ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਹੈ ਕੱਲ੍ਹ ਨੂੰ 40 ਸਾਲੇ ਗੱਭਰੂਆਂ ਦਾ ਸ਼ੋਅ ਮੈਚ ਹੋਵੇਗਾ ਔਰ ਲੜਕੀਆਂ ਦਾ ਵੀ ਸ਼ੋਅ ਮੈਚ ਕਰਾਇਆ ਜਾਵੇਗਾ ਔਰ ਨਾਲ ਹੀ ਮੈਂ ਜਿੱਥੇ ਤੱਕ ਮੇਰੀ ਆਵਾਜ਼ ਪਹੁੰਚਦੀ ਮੇਰੀਆਂ ਭੈਣਾਂ ਮਾਤਾਵਾਂ ਨੂੰ ਬੇਨਤੀ ਕੱਲ੍ਹ ਨੂੰ ਤੁਸੀਂ ਵੀ ਹਾਜ਼ਰੀ ਲਵਾਉਣੀ ਹੈ ਲੜਕੀਆਂ ਦਾ ਮੈਚ ਵੀ ਦੇਖਣਾ ਹੈ ਸੋ ਕੱਲ੍ਹ ਕਬੱਡੀ ਓਪਨ ਦੇ ਮੈਚਾਂ ਦੇ ਵਿੱਚ ਦੁਨੀਆਂ ਦੇ ਪੂਰੇ ਸਟਾਰ ਖਿਡਾਰੀ ਖੇਡ ਦੇ ਮੈਦਾਨ 'ਚ ਪਹੁੰਚਣਗੇ ਸੋ ਆਪਾਂ ਉਹਨਾਂ ਦਾ ਵੀ ਨਜ਼ਾਰਾ ਦੇਖਾਂਗੇ ਮੈਂ ਗੋ ਟੂ ਗਰਾਊਂਡ ਸਾਹਮਣੇ ਪੱਤੋ ਪਿੰਡ ਦਾ ਅਮਰੂ ਰੇਡ ਪਾਉਣ ਲਈ ਵਾਧਾ ਹੋਇਆ ਚਾਰ ਜਾਫੀ ਤਲਵੰਡੀ ਪਿੰਡ ਦੇ ਫਰੰਦੀਪੁਰੀਆ ਗੋਪੀ ਜੱਫੇ ਲਾਉਂਦਾ ਲੱਖਾਂ ਦੇ ਵੱਡੇ ਵੱਡੇ ਰੇਡਰ ਰੋਲ ਤੇ ਬਾਂਗ ਕੱਖਾਂ ਦੇ
ਹਾਕਮ ਵਾਲੀਆ ਮਾਂ ਖੇਡ ਸਾਨੂੰ ਜਾਨੋ ਪਿਆਰੀ ਏ, ਵਿੱਚ ਕਬੱਡੀ ਗੋਪੀ ਦੀ ਚੱਲਦੀ ਸਰਦਾਰੀ ਏ, ਵਿੱਚ ਕਬੱਡੀ ਗੋਪੀ ਦੀ ਚੱਲਦੀ ਸਰਦਾਰੀ ਏ। ਜਿੱਥੇ ਸੋਨੀ ਹਾਕਮ ਵਾਲੇ ਪਿੰਡ ਦਾ ਸੋਹਣੇ ਬੋਲ ਲਿਖਦਾ ਏ ਕਬੱਡੀ ਦੇ ਲਈ, ਧੰਨਵਾਦ ਕਰਦੇ ਹਾਂ ਇਸ ਵੀਰ ਦਾ ਵੀ। ਸਾਹਮਣੇ ਨੌਜਵਾਨ ਤਲਵੰਡੀ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ, ਤਿੰਨ ਯਾਪੀ ਖਾਈ ਪਿੰਡ ਦੇ, ਕਿ ਕੁੱਝ ਪਾਉਣ ਲਈ ਕੁੱਝ ਖੋਣਾ ਪੈਂਦਾ ਏ, ਉੱਚੇ ਹੋਣ ਲਈ ਨੀਵੇਂ ਹੋਣਾ ਪੈਂਦਾ ਏ, ਸੌਖਾ ਦੁਨੀਆਂ ਤੇ ਨਾ ਕਮਾਇਆ ਨਹੀਂ ਜਾਂਦਾ, ਮਨ ਚਾਹੀ ਚੀਜ਼ ਨੂੰ ਛੇਤੀ ਪਾਇਆ ਨਹੀਂ ਜਾਂਦਾ, ਫੇਰ ਇਹ ਦੁਨੀਆਂ ਹੁੰਦੀ ਫੈਨ ਸਾਰੀ ਏ, ਬਾਰੇ ਵਾਲੇ ਦਾ ਕੀਤਾ ਕਹੇ ਫਿਰ ਬੰਦਾ ਬਣਦਾ ਖਿਡਾਰੀ ਏ, ਬਾਰੇ ਵਾਲੇ ਦਾ ਕੀਤਾ ਕਹੇ ਫਿਰ ਬੰਦਾ ਬਣਦਾ ਖਿਡਾਰੀ ਏ। ਮੈਂ ਸਮਾਪਤ ਹੋ ਗਿਆ ਵੀਰੇ, ਆ ਸਕੋਰ ਵੀ ਦੱਸੇ, ਮੈਂ ਸਮਾਪਤ ਹੋ ਗਿਆ ਜਾਂ ਸਕੋਰ ਲਿਖਦਾ ਵੀਰ। ਚੱਲਦੇ ਮੈਚ ਦੇ ਵਿੱਚੋਂ ਤਲਵੰਡੀ ਮੱਲੀਆਂ ਦੇ ਪੁਆਇੰਟ ਨੇ 20 ਤੇ ਖਾਈ ਦੇ ਪੁਆਇੰਟ ਨੇ 13। ਪ੍ਰਬੰਧਕ ਵੀਰ ਨੋਟ ਕਰਨ ਕਿ ਤਲਵੰਡੀ ਮੱਲੀਆਂ ਦੀ ਟੀਮ ਜਿੱਤ ਗਈ, ਸਿੰਧਾ ਵੀਰ ਨੋਟ ਕਰੇ ਤਲਵੰਡੀ ਮੱਲੀਆਂ। ਅਰਨਾਲਸੀ ਮਹਿਮੇ ਵਾਲਾ ਨਗਰ ਨਿਵਾਸੀਆਂ ਦਾ ਵੀ ਬਹੁਤ ਧੰਨਵਾਦ ਆ, ਰੱਬ ਦੇ ਸਾਡੇ ਨੁਮਾਇੰਦ ਦੱਸ ਰਹੇ ਹੈਲੋ, ਇਹਨਾਂ ਨੇ ਬਹੁਤ ਸਹਿਯੋਗ ਦਿੱਤਾ ਹੈ, ਮਹਿਮੇ ਵਾਲੇ ਨਗਰ ਨਿਵਾਸੀਆਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਇਹ ਟੂਰਨਾਮੈਂਟ 'ਚ, ਜਿੰਨੇ ਵੀ ਦਰਸ਼ਕ ਪੁੱਜੇ ਨੇ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ। ਅਕਾਲਸਰ ਯੂਥ ਕਲੱਬ ਦੇ ਨੁਮਾਇੰਦਿਆਂ ਵੱਲੋਂ ਬਹੁਤ ਬਹੁਤ ਧੰਨਵਾਦ, ਮਹਿਮਾ ਨਗਰ ਵਾਲਿਆਂ ਦਾ ਵੀ ਜਿਨ੍ਹਾਂ ਨੇ ਬਹੁਤ ਸਹਿਯੋਗ ਦਿੱਤਾ ਹੈ। ਔਰ ਗੋਡੇ ਵਾਲਾ ਨਗਰ ਦੇ ਨਗਰ ਨਿਵਾਸੀਆਂ ਨੇ ਸਾਨੂੰ ਬਹੁਤ ਵੱਡਾ ਸਹਿਯੋਗ ਦਿੱਤਾ, ਉਹਨਾਂ ਦਾ ਬਹੁਤ ਧੰਨਵਾਦ ਆ, ਜਿਹਨੇ ਵੀ ਸਾਨੂੰ ਸਹਿਯੋਗ ਦਿੱਤਾ, ਸਾਰੇ ਵੀਰਾਂ ਦਾ ਬਹੁਤ ਧੰਨਵਾਦ ਜੋ ਕਬੱਡੀ ਨੂੰ ਦੇਖ ਰਹੇ ਨੇ, ਜਿੰਨੇ ਵੀ ਦਰਸ਼ਕ ਵੀਰ ਸਾਰਿਆਂ ਦਾ ਬਹੁਤ ਧੰਨਵਾਦ। ਔਰ ਪੰਜਾਬ ਲਾਈਵ 1 ਤੇ ਜਿੰਨੇ ਵੀ ਦਰਸ਼ਕ ਵੀਰ ਬੈਠੇ ਨੇ, ਤੁਸੀਂ ਸਾਰੇ ਕੈਨੇਡਾ ਅਮਰੀਕਾ ਘੁੰਮ ਰਹੇ ਹੈ, ਸਾਰਿਆਂ ਦੀਆਂ ਤਸਵੀਰਾਂ ਚੱਲ ਰਹੀਆਂ ਪੰਜਾਬ ਦੇ ਕੋਨੇ ਕੋਨੇ ਤੇ, ਵਰਲਡ ਦੇ ਕੋਨੇ ਕੋਨੇ ਤੇ, ਜਿੱਥੇ ਕਿ ਪੰਜਾਬੀ ਬੈਠਾ ਹੈ ਉੱਥੇ ਇਹ ਅੱਜ ਮੈਚ ਚੱਲ ਰਿਹਾ ਹੈ ਪੰਜਾਬ ਲਾਈਵ 1 ਤੇ। ਇੰਟਰਨੈਟ ਦੀ ਇਹ ਵੈਬਸਾਈਟ ਆ, ਤੁਸੀਂ ਖੋਲ ਸਕਦੇ ਆ। ਔਰ ਨਾਲ ਸਾਡੇ ਦਰਮਿਆਨ ਪੁੱਟੋ ਗਿੱਲ ਜੀ ਪਹੁੰਚੇ ਹੋਏ ਨੇ, ਜੀ ਆਇਆਂ ਜੀ, ਬਹੁਤ ਵੱਡਾ ਸਹਿਯੋਗ ਆ, ਸਾਡੇ ਦਰਮਿਆਨ ਪੁੱਟੋ ਗਿੱਲ ਜੀ ਪਹੁੰਚੇ ਆ, ਜੀ ਆਇਆਂ ਵੈਲਕਮ ਆ। ਜਿੰਨੀਆਂ ਵੀ ਸਰਕਾਰ ਦੇ ਸ਼ਖਸੀਅਤਾਂ ਪੁੱਜੀਆਂ ਨੇ, ਸਾਰਿਆਂ ਦਾ ਬਹੁਤ ਧੰਨਵਾਦ, ਜੀ ਆਇਆਂ ਆਖਿਆ ਜਾਂਦਾ ਜੀ, ਮਿਹਰਬਾਨੀ, ਸ਼ੁਕਰੀਆ। ਦਰਸ਼ਕ ਵੀਰ ਨੋਟ ਕਰਨ ਕਿ ਬਾਰੇ ਵਾਲੇ ਪਿੰਡ ਦੀ ਟੀਮ ਪਹੁੰਚ ਗਈ ਸ਼ਮਸ਼ਾਨ ਘਾਟ ਵਾਲੀ ਸਾਈਡ, ਉੱਧਰ ਬਾਮਾ ਦਾਮੂਸ਼ਾ ਲੋਹਾਰਾ ਟੀਮ ਪੁੱਜੀ ਸਟੇਜ ਵਾਲੀ ਸਾਈਡ, ਸਾਹਮਣੇ ਨੌਜਵਾਨ ਪਿੰਡਾਂ ਲੋਹਾਰੇ ਪਿੰਡ ਦਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ, ਉੱਧਰ ਧੰਨਵਾਦ ਕਰਦੇ ਆ ਨਿਰਮਲ ਸਿੰਘ ਜੀ ਲੰਗੇ ਵਾਲੀਆਂ, ਜੋ ਕਿ ਸਟੇਜ ਦੀ ਕਾਰਵਾਈ ਸਜੇ ਢੰਗ ਨਾਲ ਚਲਾ ਰਹੇ ਨੇ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਹਮਣੇ ਨੌਜਵਾਨ ਬਾਰੇ ਵਾਲੇ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ, ਚਾਰ ਜਾਪੀ ਲੋਹਾਰੇ ਪਿੰਡ ਦੇ, ਕਹਿੰਦੇ ਬਾਬਾ ਦਾਮੂਸ਼ਾ ਦੀ ਪਵਿੱਤਰ ਧਰਤੀ ਆ ਲੋਹਾਰਾ ਪਿੰਡ, ਉੱਥੇ ਬਾਰੇ ਵਾਲਾ ਪਿੰਡ ਕਹਿੰਦੇ ਖਿਡਾਰੀਆਂ ਦਾ ਪਿੰਡ ਮੰਨਿਆ ਜਾਂਦਾ, ਸਵਰਨਾ ਬਾਰੇ ਵਾਲੇਗਾ ਅੰਤਰਰਾਸ਼ਟਰੀ ਜਾਪੀ ਮੰਨਿਆ ਜਾਂਦਾ, ਉੱਥੇ ਘੱਲ ਕਲਾਂ ਅਕੈਡਮੀ ਦੇ ਮੇਨ ਸਪੋਂਸਰ ਟੋਨਾ ਬਾਰੇ ਵਾਲੇ ਦਾ ਨਾਂ ਚੱਲਦਾ ਗਰਾਊਂਡਾਂ ਦੇ ਵਿੱਚ, ਉੱਧਰ ਨੌਜਵਾਨ ਪਿੰਡਾਂ ਲੋਹਾਰੇ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ।
ਚਾਰ ਜਾਪੀ ਬਾਰੇ ਵਾਲੇ ਪਿੰਡ ਦੇ, ਇੱਕ ਕੰਨੀ ਦੇ ਬਿੱਟੂ ਬਾਰੇ ਵਾਲੇ ਪਿੰਡ ਦਾ ਖੜਾ। ਹਾਂਜੀ ਹਾਂਜੀ, ਕਹਿੰਦੇ ਅਗਲੇ ਪਾਸੇ ਲਵਾਰੀ ਟੀਮ ਸਟੇਜ ਵਾਲੇ ਪਾਸੇ, ਅਸੀਂ ਮੈਂ ਟੀਮਾਂ ਸਟੇਜ ਵਾਲੇ ਪਾਸੇ ਲਵਾਰਾ ਬਾਰੇ ਵਾਲਾ ਲਵਾਰੇ ਦੀ ਟੀਮ ਜਿਹੜੀ ਆਪਣੇ ਸਟੇਜ ਵਾਲੇ ਪਾਸੇ ਹੈ, ਮੰਡੀ ਨਿਹਾਲ ਸਿੰਘ ਵਾਲਾ ਏਰੀਆ, ਬਾਰੇ ਵਾਲਾ ਪਿੰਡ ਦੀ ਟੀਮ ਜਿਹੜੀ ਆ, ਇਹ ਟੀਮ ਆਪਣੇ ਸ਼ਮਸ਼ਾਨ ਘਾਟ ਵਾਲੀ ਜਿਹਦੀ ਬਿਲਡਿੰਗ ਬਣੀ ਹੈ ਸਾਹਮਣੇ, ਉੱਧਰ ਆ ਜੀ ਸਾਈਡਾਂ ਧਿਆਨ ਧਿਆਨ ਦੱਸਦਿਆ ਕਰੋ ਮੇਰੇ ਵੀਰ, ਪਤਾ ਹੋਣਾ ਜਿਹੜੇ ਵੀ ਕਿਹੜੀ ਟੀਮ ਕਿੱਧਰ ਖੇਡ ਰਹੀ ਹੈ। ਦੋ ਵਾਰੀ ਵੀ ਅਨਾਊਂਸ ਕਰਨਾ, ਮਿਹਰਬਾਨੀ, ਸ਼ੁਕਰੀਆ, ਧੰਨਵਾਦ ਵੀਰੇ ਨਿਰਮਲ। ਸਾਹਮਣੇ ਨੌਜਵਾਨ ਫੀਕਾ ਬਾਰੇ ਵਾਲੇ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ, ਉੱਧਰ ਜਾਪੀ ਲੋਹਾਰੇ ਪਿੰਡ ਦਾ ਲਾਉਂਦਾ ਹੋਇਆ ਤਕੜਾ ਜੱਫਾ, ਤੇ ਬਾਂਟੀ ਡਾਲੇ ਪਿੰਡ ਦਾ ਫੈਸਲਾ ਕਰਦਾ ਕਿ ਪੁਆਇੰਟ ਲੋਹਾਰੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ। ਗੇਮ ਬੜੀ ਨਿਰਾਲੀ, ਮੀਆਂ ਪਿੰਡ ਦੇ ਕਾਲੇ ਦੀ ਦੇਖਣ ਵਾਲੀ, ਜਾਪ ਸੀਰੇ ਪਿੱਥੋਂ ਵਾਲੇ ਦੀ, ਦੁੱਲੇ ਨੂੰ ਸੇਧੀ ਕੋਈ ਹੱਥ ਨਾ ਪਾਵੇ, ਬੱਗੇ ਪਿੰਡ ਦਾ ਮੰਗੀ ਆ ਢੇਰੀਆਂ ਦੇ ਢਾਵੇ, ਬੱਗੇ ਪਿੰਡ ਦਾ ਮੰਗੀ ਆ ਢੇਰੀਆਂ ਦੇ ਢਾਵੇ। ਸਾਹਮਣੇ ਨੌਜਵਾਨ ਲੋਹਾਰੇ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ, ਚਾਰ ਜਾਫੀ ਬਾਰੇ ਵਾਲੇ ਪਿੰਡ ਦੇ, ਇੱਕ ਕੰਨੀ ਦੇ ਬਾਰੇ ਵਾਲੇ ਪਿੰਡ ਦਾ ਬਿੱਟੂ, ਦੂਜੀ ਕੰਨੀ ਤੇ ਘੱਲ ਕਲਾਂ ਕਰਨਵੀ ਦੇ ਮੇਨ ਸਪੋਂਸਰ ਹਾਕਮ ਸਿੰਘ ਜੀ ਟੋਨਾ ਬਾਰੇ ਵਾਲੀਆ, ਉਸਦਾ ਭਤੀਜਾ ਜੱਫਾ ਲਾਉਂਦਾ ਹੋਇਆ। ਸਾਹਮਣੇ ਨੌਜਵਾਨ ਨੇ ਕੀਤੀ ਗੁੱਟ ਦੀ ਪਗੜ ਤੇ ਕੈਂਚੀ ਮਾਰ ਦਿੱਤੀ, ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜੂ, ਇਹ ਸਮੇਂ ਦੀ ਬਾਤ ਹੋਵੇਗੀ, ਸਮਾਂ ਤੇ ਸਮੁੰਦਰ ਦੀਆਂ ਲਹਿਰਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦੀਆਂ। ਸਾਹਮਣੇ ਨੌਜਵਾਨ ਮੋਨੂ ਬਾਰੇ ਵਾਲੇ ਪਿੰਡ ਦਾ ਲਾ ਤਕੜਾ ਜੱਫਾ, ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਹੈਲੋ, ਕੀਤਾ ਅਗਲੀਆਂ ਟੀਮਾਂ ਨੂੰ ਅਨਾਊਂਸ ਕਰੀ ਜੀ, ਚੱਲਦੇ ਮੈਚ 'ਚ ਟੀਮਾਂ ਪਹੁੰਚਣੀਆਂ ਬਹੁਤ ਜ਼ਰੂਰੀ ਹੈ, ਵੇਟਿੰਗ ਰੂਮ 'ਚ ਟੀਮਾਂ ਆਵਾਜ਼ ਦੇ ਦੇ। ਰੌਲੀ ਬਾਰੇ ਚਿੜਕ ਦੀਆਂ ਟੀਮਾਂ ਪੁੱਜੀਆਂ ਦਾ ਹੱਥ ਖੜਾ ਕਰਨ, ਰੌਲੀ ਬਾਰੇ ਚਿੜਕ, ਉੱਧਰ ਸਾਡੇ ਪ੍ਰਬੰਧਕ ਵੀਰ ਦੱਸ ਰਹੇ ਨੇ ਕਿ ਸੈਂਕੜ ਰੌਡ ਦੀਆਂ ਟਾਈਆਂ ਕੱਢਣ ਲੱਗੇ ਨੇ, ਸੈਂਕੜ ਰੌਡ ਦੀਆਂ ਟਾਈਆਂ ਕੱਢਣ ਲੱਗੇ ਨੇ। ਰੌਲੀ ਬਾਰੇ ਚਿੜਕ ਦੀ ਟੀਮ ਪੁੱਜੇ, ਰੌਲੀ ਬਾਰੇ ਚਿੜਕ, ਜੇਤੂ ਰਾਕੀਆਂ ਟਾਈਆਂ ਪਾਓ, ਜਸਿੰਦਰ ਬੈਠ ਜੀ, ਜੇਤੂ ਰੱਖ ਕੇ ਟਾਈਆਂ ਪਾਓ, ਆ ਸਾਡਾ ਮਜੀਤਾ ਕਬੱਡੀ ਖਿਡਾਰੀ, ਆ ਨਾਲ ਜਸਿੰਦਰ ਬੈਠ ਜੀ ਜੋ ਸਟੇਜ ਦੀ ਕਾਲੇ ਦੌਰਾਨ ਐਂਟਰੀ ਕਾਊਂਟਰ ਦੀ ਡਿਊਟੀ ਨਿਭਾ ਰਹੇ ਨੇ, ਜੇਤੂ ਰੱਖ ਕੇ ਟਾਈਆਂ ਪਾ ਕੇ ਮੈਚ ਅਗਲਾ ਬੋਲੋ ਜੀ। ਸਾਹਮਣੇ ਲੋਹਾਰੇ ਪਿੰਡ ਦਾ ਪਿੰਡੀ ਰੇਡ ਪਾਉਣ ਲਈ ਵਾਧਾ ਹੋਇਆ, ਚਾਰ ਜਾਫੀ ਬਾਰੇ ਵਾਲੇ ਪਿੰਡ ਦੇ, ਕਹਿੰਦੇ ਬਾਰੇ ਵਾਲਾ ਪਿੰਡ ਵੀ ਖਿਡਾਰੀਆਂ ਦਾ ਪਿੰਡ, ਉੱਥੇ ਫੱਕਰ ਬਾਬਾ ਦਾਮੂ ਸ਼ਾਹ ਦੀ ਪਵਿੱਤਰ ਧਰਤੀ ਲੋਹਾਰਾ ਪਿੰਡ, ਕਿਸੇ ਜਾਣ ਪਛਾਣ ਦੀ ਮੁਹਤਾਜ ਨਹੀਂ। ਉੱਧਰ ਮੋਨੂ ਨਾ ਕਰ ਹਲਕਾ ਜਿਹਾ ਟੱਚ, ਲੋਹਾਰੇ ਪਿੰਡ ਦਾ ਰੇਡਰ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਰੌਲੀ ਬਾਰੇ ਚਿੜਕ ਦੀ ਟੀਮ ਪੁੱਜੇ, ਰੌਲੀ ਬਾਰੇ ਚਿੜਕ, ਸਾਹਮਣੇ ਫੀਕਾ ਬਾਰੇ ਵਾਲੇ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ, ਚਾਰ ਜਾਫੀ ਲੋਹਾਰੇ ਪਿੰਡ ਦੇ, ਨੌਜਵਾਨ ਨਾਲ ਕੀਤਾ ਹਲਕਾ ਜਿਹਾ ਟੱਚ, ਫੀਕਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ, ਪੁਆਇੰਟ ਬਾਰੇ ਵਾਲੀ ਟੀਮ ਦੇ ਹਿੱਸੇ ਜੋੜਦਾ ਹੋਇਆ। ਰੌਲੀ ਬਾਰੇ ਚਿੜਕ ਦੀ ਟੀਮ ਪੁੱਜੇ, ਰੌਲੀ ਬਾਰੇ ਚਿੜਕ, ਉੱਧਰ ਧੰਨਵਾਦ ਕਰਦੇ ਹਾਂ ਪਹੁੰਚੇ ਹੋਏ ਸਾਰੇ ਕਮੈਂਟੇਟਰ, ਸ਼ਰਮਾ ਜੀ ਸਿੰਘਾ ਵਾਲਾ, ਨਿਰਮਲ ਸਿੰਘ ਜੀ ਲੰਗਿਆਣੀਆ, ਦਲਵਾਜ ਸਿੰਘ ਜੀ ਗੱਜਣ ਵਾਲਾ, ਜਿੰਨੇ ਵੀ ਕਮੈਂਟੇਟਰ, ਬੂਟਾ ਸਿੰਘ ਜੀ ਆਲਮ ਵਾਲੇ ਤੋਂ ਪੁੱਜੇ ਨੇ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਹਮਣੇ ਮੋਨੂ ਬਾਰੇ ਵਾਲੇ ਪਿੰਡ ਦਾ ਲਾ ਤਕੜਾ ਜੱਫਾ, ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਔਰ ਅੱਜ ਦਾ ਜਿਹੜਾ ਟੂਰਨਾਮੈਂਟ ਤੁਸੀਂ ਦੇਖ ਰਹੇ ਹੈ, ਸਵਰਗਵਾਸੀ ਸਰਦਾਰ ਨਛੱਤਰ ਸਿੰਘ ਜੀ ਗਿੱਲ ਐਸ ਐਮ ਐਲ ਏ ਮੋਗਾ, ਜਿਨ੍ਹਾਂ ਦੀ ਬਹੁਤ ਵੱਡੀ ਦੇਣ ਸੀ ਆਪਣੇ ਇਸ ਨਗਰ ਨੂੰ,
ਸੋ ਇਹਨਾਂ ਦੀ ਨਿੱਘੀ ਯਾਦ ਨੂੰ ਤਾਜ਼ਾ ਕਰਦਾ ਹੋਇਆ ਇਹ ਕਬੱਡੀ ਕੁੰਭ ਤੁਸੀਂ ਦੇਖ ਰਹੇ ਹੈ। ਸਵਰਗਵਾਸੀ ਜਥੇਦਾਰ ਮਲਕੀਤ ਸਿੰਘ ਜੀ ਰਣੀਆ, ਸੋ ਇਹਨਾਂ ਦੀ ਨਿੱਘੀ ਯਾਦ ਨੂੰ ਤਾਜ਼ਾ ਕਰਦਾ ਅੱਜ ਦਾ ਇਹ ਕਬੱਡੀ ਕੱਪ ਜਿਹੜਾ 12ਵੇਂ ਫਰੇ ਵਿੱਚ ਪ੍ਰਵੇਸ਼ ਕੀਤਾ ਹੈ। 12ਵੇਂ ਫਰੇ ਦਾ ਪਹਿਲਾ ਦਿਨ ਤੁਸੀਂ ਦੇਖ ਰਹੇ ਹੈ। ਪਹਿਲਾਂ ਕਬੱਡੀ 54 ਕਿਲੋ ਵਰਗ ਦੇ ਮੈਚ ਹੋਏ ਆ ਅਤੇ ਹੁਣ ਕਬੱਡੀ 70 ਕਿਲੋ ਦੇ ਮੈਚ ਚੱਲਦੇ ਨੇ ਅਤੇ ਕੱਲ੍ਹ ਨੂੰ ਕਬੱਡੀ ਓਪਨ ਦੇ ਮੈਚ ਹੋਣਗੇ। ਸੋ ਬਹੁਤ ਵੱਡੀ ਦੇਣ ਆ ਸਿਆਸਤ ਦੀ ਦੁਨੀਆਂ ਵਿੱਚੋਂ। ਅਮਨਦੀਪ ਸਿੰਘ ਜੀ ਗੱਲ ਸਾਹਿਬ ਆ ਸਾਬਕਾ DGP, ਉਹ ਵੀ ਕੱਲ੍ਹ ਨੂੰ ਆਪਣੇ ਦਰਬਾਰ ਹਾਜ਼ਰੀਆਂ ਲਾਉਣਗੇ। ਜਥੇਦਾਰ ਤੋਤਾ ਸਿੰਘ ਜੀ, ਸਾਬਕਾ ਸਿੱਖਿਆ ਮੰਤਰੀ ਪੰਜਾਬ, ਆਸ ਸ਼੍ਰੀ ਜਗਿੰਦਰਪਾਲ ਜੀ ਜੈਨ MLA, ਇਹ ਵੀ ਆਪਣੇ ਦਰਮਿਆਨ ਕੱਲ੍ਹ ਨੂੰ ਹਾਜ਼ਰੀ ਲਾਉਣਗੇ। ਸੋ ਆਪਾਂ ਇਹਨਾਂ ਲੀਡਾਂ ਦੇ ਵਿਚਾਰ ਸੁਣਾਂਗੇ ਅਤੇ ਨਾਲ ਦੀ ਨਾਲ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਦਾ ਨਜ਼ਾਰਾ ਦੇਖਾਂਗੇ। ਉੱਥੇ ਜਿੱਥੇ ਗੱਭਰੂਆਂ ਦੀ ਕਬੱਡੀ ਹੋਵੇਗੀ ਉੱਥੇ ਪੰਜਾਬ ਦੀਆਂ 6 ਬੱਚੀਆਂ, ਪੰਜਾਬ ਦੀਆਂ ਮੁਟਿਆਰਾਂ ਨੌਜਵਾਨ ਕੁੜੀਆਂ ਦੇ ਵੀ ਮੁਕਾਬਲੇ ਕੱਲ੍ਹ ਨੂੰ ਇਸ ਖੇਡ ਦੇ ਮੈਦਾਨ ਵਿੱਚ ਕਰਾਏ ਜਾਣਗੇ ਅਤੇ 40 ਸਾਲੇ ਗੱਭਰੂਆਂ ਦਾ ਸ਼ੋਅ ਮੈਚ ਵੀ ਹੋਏਗਾ ਬਾਬਿਆਂ ਦਾ ਮੈਚ। ਸੋ ਕੱਲ੍ਹ ਨੂੰ ਆਪਾਂ ਇਸੇ ਤਰ੍ਹਾਂ ਵੱਧ ਚੜ੍ਹ ਕੇ ਟੂਰਨਾਮੈਂਟ ਨੂੰ ਦੇਖਾਂਗੇ। ਆ ਨਗਰ ਨਿਵਾਸੀਆਂ ਨੂੰ ਬੇਨਤੀ ਵੀ ਆਪੋ ਆਪਣੇ ਕੰਮਾਂ ਨੂੰ ਛੱਡ ਕੇ ਕੱਲ੍ਹ ਨੂੰ ਇਹ ਟੂਰਨਾਮੈਂਟ ਪਹੁੰਚਣਾ। ਧੰਨਵਾਦ ਪਾਣੀ ਵਾਲੇ ਬਾਬਿਆਂ ਦਾ ਵੀ ਮਲਕੀਤ ਸਿੰਘ ਸਾਡੇ ਦਿਨਾਂ ਪਹੁੰਚੇ ਨੇ ਮਾਣੂ ਕੋਈ ਗਿਲਾ ਤੋਂ, ਬਹੁਤ ਵੱਡੀ ਸੇਵਾ ਕਰੇ ਨਾਲ ਹੀ ਗੱਜਣ ਵਾਲੇ ਤੋਂ, ਸਾਰੇ ਵੀਰਾਂ ਦਾ ਬਹੁਤ ਧੰਨਵਾਦ ਜੀ। ਮੈਂ ਕੋਟੂਕੀਤ ਰੌਲੀ ਪਾਸੇ ਚਿੜਕਰੀ ਟੀਮ ਪੁੱਜੇ, ਰੌਲੀ ਪਾਸੇ ਚਿੜਕ ਚੱਲਦੇ ਮੈਚ ਦੇ ਵਿੱਚ ਜੇ ਦੋਨੇ ਟੀਮਾਂ ਨਾ ਪੁੱਜੀਆਂ ਤਾਂ ਕੱਟਣ ਲਈ ਮਜਬੂਰ ਹੋਵਾਂਗੇ। ਰੌਲੀ ਪਾਸੇ ਚਿੜਕ ਸਾਹਮਣੇ ਪਿੰਡੀ ਲਵਾਰੇ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ। 4 ਜਾਫੀ ਬਾਰੇ ਵਾਲੇ ਪਿੰਡ ਦੇ, 1 ਕਨੀ ਤੇ ਰਣਜੀਤ ਬਾਰੇ ਵਾਲੇ ਪਿੰਡ ਦਾ, ਦੂਜੀ ਕਨੀ ਤੇ ਮੋਨੂ 2 ਨੰਬਰ ਤੇ ਹਰਮੇਲ ਤੇ ਦੂਜੀ ਕਨੀ ਦੇ ਉੱਤੇ ਬਿੱਟੂ ਬਾਰੇ ਵਾਲੇ ਪਿੰਡ ਦਾ। ਰਣਜੀਤ ਦੇ ਨਾਲ ਹੋਇਆ ਹਲਕਾ ਜਿਹਾ ਟੱਚ ਤੇ ਲਾਊ ਤਗੜਾ ਜੱਪਾ, ਪੁਆਇੰਟ ਬਾਰੇ ਵਾਲੀ ਟੀਮ ਦੇ ਹਿੱਸੇ ਜੋੜੂ, ਇਹ ਸਮੇਂ ਦੀ ਬਾਤ ਹੋਏਗੀ। ਸਾਹਮਣੇ ਨੌਜਵਾਨ ਨੇ ਬਗਲ ਭਰਨ ਦੀ ਕੀਤੀ ਕੋਸ਼ਿਸ਼ ਤੇ ਕੈਂਚੀ ਲਗਾਉਣ ਦੀ ਕੋਸ਼ਿਸ਼ ਕਰਦਾ ਹੋਇਆ ਸਾਹਮਣੇ ਨੌਜਵਾਨ ਰਣਜੀਤ ਬਾਰੇ ਵਾਲੇ ਪਿੰਡ ਦਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਸਾਹਮਣੇ ਨੌਜਵਾਨ ਬਾਰੇ ਵਾਲੇ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ। 4 ਜਾਫੀ ਲੋਹਾਰੇ ਪਿੰਡ ਦੇ ਕੇ ਸਮਾਦ ਪਿੰਡ ਦਾ ਗੁਰਪਿੰਦਾ ਚੜ੍ਹਦੀ ਵਿਦੇਸ਼ ਦਾ। ਹਾਂਜੀ, ਆ ਸਾਡੇ ਦਰਮਿਆਨ ਇੰਦਰਜੀਤ ਸਿੰਘ ਜੀ MC ਸਾਹਿਬ ਪਹੁੰਚੇ ਨੇ। ਅਸੀਂ ਇੱਥੇ ਪਹੁੰਚਣ ਤੇ ਅਕਾਲ ਸਰ ਯੂਥ ਕਲੱਬ ਦੇ ਸਾਰੇ ਨੁਮਾਇੰਦਿਆਂ ਵੱਲੋਂ ਸਮੁੱਚੀ ਕਲੱਬ ਵੱਲੋਂ ਜੀ ਆ ਕਹਿੰਦੇ ਆ। ਸਰਦਾਰ ਇੰਦਰਜੀਤ ਸਿੰਘ ਜੀ MC ਵਿਸ਼ੇਸ਼ ਤੌਰ ਸਾਡੇ ਦਰਮਿਆਨ ਪਹੁੰਚੇ ਆ, ਬਹੁਤ ਬਹੁਤ ਮਿਹਰਬਾਨੀ ਜੀ ਆ ਜੀ ਇੱਥੇ ਪਹੁੰਚਣ ਤੇ। ਕੋਟਨ ਕੋਟ ਧੰਨਵਾਦ ਦਾ ਵੱਡਾ ਸਹਿਯੋਗ ਤਾਂ ਮਾਇਆ ਕਰਕੇ, ਔਰ ਬਹੁਤ ਬਹੁਤ ਧੰਨਵਾਦ ਜੀ ਜੀ ਹੈ। ਵੈਲਕਮ ਆ, ਮੋਸਟ ਵੈਲਕਮ, ਸਲਾਮੀ ਮਹਾਬਤ। ਰੌਲੀ ਬਾਸੇ ਚਿੜਕਰੀ ਟੀਮ ਪੁੱਜ ਗਈ ਤਾਂ ਹੱਥ ਖੜਾ ਕਰੇ ਰੌਲੀ ਬਾਸੇ ਚਿੜਕ। ਦੋਵੇਂ ਟੀਮਾਂ ਪੁੱਜੀਆਂ, ਧੰਨਵਾਦ ਕਰਦੇ ਹਾਂ। ਸਾਹਮਣੇ ਨੌਜਵਾਨ ਲੋਹਾਰੇ ਪਿੰਡ ਦਾ ਕਾਲੀ ਪੱਟੀ ਦੇ ਵਿੱਚ ਰੇਡ ਪਾਉਣ ਲਈ ਵਾਧਾ ਹੋਇਆ। 4 ਜਾਫੀ ਬਾਰੇ ਵਾਲੇ ਪਿੰਡ ਦੇ ਕਿ ਸਮਾਦ ਪਿੰਡ ਦਾ ਗੁਰਪਿੰਦਾ ਚੜ੍ਹਦੀ ਬਰੇਸ ਦਾ, ਹਰਦੇਵ ਫੱਕਰ ਝੰਡੇ ਦੇ ਜੱਫਿਆਂ ਨੂੰ ਜਵਾਨਾਂ ਖੜ ਖੜ ਦੇਖਦਾ, ਦੋਦੇ ਪਿੰਡ ਦੇ ਘੋੜੇ ਦਾ ਗਰਾਊਂਡਾਂ ਵਿੱਚ ਨਾ ਚੱਲਦਾ, ਬਿੱਟੂ ਕੋਟ ਸੁੱਕੀ ਦੀ ਰੇਡ ਨੂੰ ਕੋਈ ਬਿਰਲਾ ਹੀ ਠੱਲਦਾ, ਬਾਰੇ ਵਾਲਾ ਕੀਤਾ ਕਰਦਾ ਸਿਫਤ ਪਲੇਅਰਾਂ ਦੀ, ਦੁਨੀਆ ਫੈਨ ਹੈ ਯਾਰੋ ਇਹਨਾਂ ਬੱਬਰ ਸ਼ੇਰਾਂ ਦੀ, ਦੁਨੀਆ ਫੈਨ ਹੈ ਯਾਰੋ ਇਹਨਾਂ ਬੱਬਰ ਸ਼ੇਰਾਂ ਦੀ। ਸਾਹਮਣੇ ਨੌਜਵਾਨ ਪੀਤਾ ਬਾਰੇ ਵਾਲੇ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ। ਕੀਤਾ ਨੌਜਵਾਨ ਨਾਲ ਹਲਕਾ ਜਿਹਾ ਟੱਚ ਤੇ ਪੁਆਇੰਟ ਪੀਤਾ ਬਾਰੇ ਵਾਲੇ ਪਿੰਡ ਦਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ, ਆਪਣੀ ਟੀਮ ਦੇ ਖਾਤੇ ਵਿੱਚ ਜੋੜਦਾ ਹੋਇਆ। ਹਾਂਜੀ, ਸੋ ਬੇਨਤੀ ਪਹਿਲਾਂ ਵੀ ਕੀਤੀ ਹੈ ਵੀ ਜਿਹਨਾਂ ਨੇ ਸਾਨੂੰ 1100 ਰੁਪਇਆ ਟੂਰਨਾਮੈਂਟ ਕਮੇਟੀ ਨੂੰ ਮੈਸੇਜ ਦਿੱਤੀ ਹੈ, ਉਹ ਸੱਜਣ ਆ ਕੇ ਸਨਮਾਨ ਚ ਲੈਣ। ਕਈ ਵਾਰੀ ਸਾਈਡ ਤੇ ਖੜੇ ਹੁੰਦੇ ਆ, ਉਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਆ ਤਾਂ ਆ ਕੇ ਸਟੇਜ ਤੋਂ ਕਮੇਟੀ ਕੋਲ ਆ ਕੇ ਸਨਮਾਨ ਚ ਲੈਣ ਜੀ। 1100 ਰੁਪਇਆ ਸੱਜਣ
ਸਾਰੇ ਸੱਜਣਾਂ ਦਾ ਬਹੁਤ ਧੰਨਵਾਦ ਜੀ। ਔਰ ਕਿਉਂਕਿ ਕੱਲ੍ਹ ਨੂੰ ਥੋੜ੍ਹਾ ਜ਼ਿਆਦਾ ਰਸ਼ ਵੱਜ ਜਾਣਾ, ਕੱਲ੍ਹ ਨੂੰ ਟੀਮਾਂ ਵੀ ਬਹੁਤ ਤਕੜੀਆਂ ਹੋਣੀਆਂ ਅਤੇ ਲੀਡਰ ਸਾਹਿਬ ਆਪਣੇ ਗਵਾਉਂਦੇ ਫਿਰ ਸਨਮਾਨ ਚਿੰਨ੍ਹਾਂ ਦੀ ਰਸਮ ਜਿਹੜੀ ਕੁਛ ਗੁੱਸੇ ਹੋ ਜਾਂਦੇ ਸੱਜਣ, ਸਾਨੂੰ ਟਰਾਫੀ ਨਹੀਂ ਦਿੱਤੀ ਗਈ। ਕਿਰਪਾ ਕਰਕੇ ਬੇਨਤੀ ਅੱਜ ਸਨਮਾਨ ਚਿੰਨ੍ਹ ਲੈ ਲੈਣਾ 1100 ਰੁਪਏ ਸਾਰੇ ਸੱਜਣ। ਹਾਂਜੀ ਮੈਂ ਚੁੱਕਿੰਦਾ ਸਾਹਮਣੇ ਨੌਜਵਾਨ ਬਾਰੇ ਵਾਲੇ ਪਿੰਡ ਦਾ ਰੇਡ ਪੌਲੀ ਵਾਧਾ ਹੋਇਆ, ਚਾਰ ਜਾਫੀ ਲੋਹਾਰੇ ਪਿੰਡ ਦੇ ਕੌਣ ਨੌਜਵਾਨ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜੂ, ਇਹ ਸਮੇਂ ਦੀਆਂ ਬਾਤਾਂ ਹੋਣਗੀਆਂ ਕਿ ਨਾਲੇ ਬੁਲਟ ਮਿਲੂ ਨਾਲੇ ਸਪਾਰੀ, ਨਾ ਲੋਕੋ ਵਾਲਾ ਤੇਰਾ ਬੋਲੋ ਬਾਰੀ ਬਾਰੀ, ਜਿਹੜਾ ਕਹਿੰਦਾ ਸੱਚੀ ਗੱਲ ਬਈ ਮੁੰਡਿਆ ਸੱਡ ਨਸ਼ਿਆਂ ਦਾ ਖਹਿੜਾ, ਆ ਜਾ ਕੌਡੀ ਵੱਲ ਬਈ ਮੁੰਡਿਆ ਸੱਡ ਨਸ਼ਿਆਂ ਦਾ ਖਹਿੜਾ, ਆ ਜਾ ਕਬੱਡੀ ਵੱਲ ਵੀ। ਜਿੱਥੇ ਅਮਨ ਲੋਕੋ ਪਿੰਡ ਦਾ ਸੋਹਣੇ ਬੋਲ ਲਿਖਦਾ ਇਹਨਾਂ ਖਿਡਾਰੀਆਂ ਦੇ ਲਈ, ਉੱਥੇ ਅੰਤਰਰਾਸ਼ਟਰੀ ਪੱਧਰ ਦਾ ਕਮੈਂਟੇਟਰ ਅਮਨ ਵੀਰ ਸਾਡਾ ਲੋਕੋ ਵਾਲਾ। ਸਾਹਮਣੇ ਨੌਜਵਾਨ ਲੋਹਾਰੇ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ, ਚਾਰ ਜਾਫੀ ਬਾਰੇ ਵਾਲੇ ਪਿੰਡ ਦੇ ਕੌਣ ਨੌਜਵਾਨ ਤਗੜਾ ਜਾਫਾ ਲਾ ਕੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜੂ, ਇਹ ਸਮੇਂ ਦੀ ਬਾਤ ਹੋਵੇਗੀ। ਸਮਾਂ ਦੇ ਸਮੁੰਦਰ ਦੀਆਂ ਲਹਿਰਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦੀਆਂ। ਸਾਹਮਣੇ ਨੌਜਵਾਨ ਰਣਜੀਤ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ, ਬਾਰੇ ਵਾਲੇ ਟੀਮ ਦੇ ਖਾਤੇ ਵਿੱਚ ਜੋੜਦਾ ਹੋਇਆ। ਰੌਲੀ ਬਾਰੇ ਝਿੜਕਦਾ ਅਗਲਾ ਮੈਚ ਖੇਡਿਆ ਜਾਣਾ। ਪ੍ਰਬੰਧਕ ਵੀਰਾਂ ਨੂੰ ਬੇਨਤੀ ਆ ਕਿ ਸੈਂਕੜ ਰਾਉਂਡ ਦੀਆਂ ਟਾਈਆਂ ਕੱਢ ਕੇ ਸਾਡੇ ਕੋਲ ਪੁੱਜਦੀਆਂ ਕਰੋ, ਪ੍ਰਬੰਧਕ ਵੀਰਾਂ ਨੂੰ ਬੇਨਤੀ ਆ। ਸਾਹਮਣੇ ਨੌਜਵਾਨ ਫੀਕਾ ਬਾਰੇ ਵਾਲੇ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ, ਚਾਰ ਜਾਫੀ ਲੋਹਾਰੇ ਪਿੰਡ ਦੇ ਦੋ ਨੰਬਰ ਗੱਭਰੂ ਨੂੰ ਕੀਤਾ ਟੱਚ ਤੇ ਫੀਕਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ, ਬਾਰੇ ਵਾਲੇ ਦੀ ਟੀਮ ਦੇ ਹਿੱਸੇ ਜੋੜਦਾ ਹੋਇਆ। ਸਾਹਮਣੇ ਨੌਜਵਾਨ ਪਿੰਡੀ ਲੋਹਾਰੇ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ, ਉੱਧਰ ਜੀਤ ਨੇ ਖੁੱਚ ਪੱਟਣ ਦੀ ਕੋਸ਼ਿਸ਼ ਕੀਤੀ ਕਿ ਖੁੱਚ ਪੱਟਣੀ ਤੇ ਕਬੱਡੀ ਵਿੱਚ ਲਾਉਣੀ ਔਖੀ ਬੜੀ ਢਾਕ ਮਿੱਤਰੋ, ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਖਾ ਕੇ ਖੁਰਾਕ ਮਿੱਤਰੋ, ਖਾ ਕੇ ਖੁਰਾਕ ਮਿੱਤਰੋ। ਸਾਹਮਣੇ ਨੌਜਵਾਨ ਬਾਰੇ ਵਾਲੇ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ, ਚਾਰ ਜਾਫੀ ਲੋਹਾਰੇ ਪਿੰਡ ਦੇ ਕਿ ਉੱਚਾ ਲੰਮਾ ਗੱਭਰੂ ਸੋਹਣੀ ਉਹਦੀ ਖੇਡ, ਹੱਸਦਾ ਨੱਸਦਾ ਦੋਸਤੋ ਪਾਉਂਦਾ ਏ ਗੱਭਰੂ ਰੇਡ, ਵਰਲਡ ਕੱਪ ਵਿੱਚ ਬਣਿਆ ਭਾਰਤ ਦਾ ਕਪਤਾਨ, ਹਾਕਮ ਵਾਲਿਆ ਮਾਂ ਖੇਡਦੀ ਵਧਾ ਗਿਆ ਗੱਭਰੂ ਸ਼ਾਨ, ਸੁਖਵੀਰ ਸੁਨਾਵਾ ਬਣ ਗਿਆ ਸਭ ਦੀ ਜਿੰਦ ਜਾਣ, ਸੁਖਵੀਰ ਸੁਨਾਵਾ ਬਣ ਗਿਆ ਸਭ ਦੀ ਜਿੰਦ ਜਾਣ। ਸਾਹਮਣੇ ਨੌਜਵਾਨ ਲੋਹਾਰੇ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ, ਚਾਰ ਜਾਫੀ ਬਾਰੇ ਵਾਲੇ ਪਿੰਡ ਦੇ ਕਹਿੰਦੇ ਘਰ ਘਰਾਂ ਦੀ ਮੇਨ ਸਪੌਂਸਰ ਨੇ ਟੋਨਾ ਬਾਰੇ ਵਾਲੀ ਆ, ਨਾਂ ਚੱਲਦਾ ਗਰਾਊਂਡਾਂ ਦੇ ਵਿੱਚ, ਪ੍ਰਮੋਟਰਾਂ ਦੀ ਦੁਨੀਆਂ ਵਿੱਚੋਂ ਇੱਕ ਨੇ। ਉੱਧਰ ਸਵਰਨੇ ਬਾਰੇ ਵਾਲੀ ਦਾ ਨਾਂ ਚੱਲਦਾ, ਕਹਿੰਦੇ ਆਪਣੇ ਸਮੇਂ ਦੇ ਵਿੱਚ ਗੁੱਟ ਦੇ ਫਰਾਕਾਂ ਵਿੱਚੋਂ ਇੱਕ ਮੰਨੇ ਜਾਂਦੇ ਨੇ। ਸਾਹਮਣੇ ਨੌਜਵਾਨ ਮੋਨੂ ਦੇ ਨਾਲ ਕੀਤਾ ਹਲਕਾ ਜਿਹਾ ਟੱਚ ਤੇ ਪੁਆਇੰਟ ਲੋਹਾਰੇ ਪਿੰਡ ਦਾ ਧਾਵੀ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਰੌਲੀ ਬਸ ਝਿੜਕ ਟੀਮ ਦਾ ਅਗਲਾ ਮੈਚ ਖੇਡਿਆ ਜਾਣਾ, ਰੌਲੀ ਬਸ ਝਿੜਕ। ਸਾਹਮਣੇ ਪੀਤਾ ਬਾਰੇ ਵਾਲੇ ਪਿੰਡ ਦਾ ਰੇਡ ਪਾਉਣ ਲਈ ਵਾਧਾ ਹੋਇਆ, ਚਾਰ ਜਾਫੀ ਲੋਹਾਰੇ ਪਿੰਡ ਦੇ। ਹਾਂਜੀ ਕੈਮਰਾਮੈਨ ਨੂੰ ਬੇਨਤੀ ਹੈ ਵੀ ਸਟੇਜ ਦੇ ਸਾਹਮਣੇ ਆਓ ਜੀ, ਸਨਮਾਨ ਚਿੰਨ੍ਹ ਦੇਣੇ ਆ ਕੈਮਰਾਮੈਨ ਸਾਡੇ ਵੀਰ। ਕੈਮਰਾਮੈਨ ਜੀ ਸੂ ਡਿਜੀਟਲ ਸਟੂਡੀਓ ਆਓ ਜੀ, ਫੋਟੋ ਖਿੱਚੋ, ਅੱਗੇ ਸਾਹਮਣੇ ਸਨਮਾਨ ਚਿੰਨ੍ਹ ਦੇਣੇ ਆ ਜੀ, ਧੰਨਵਾਦ। ਡਾਕਟਰ ਤੋਰ ਸਾਹਿਬ ਸਪਰੇਅ ਦਿਓ ਜੀ, ਗਰਾਊਂਡ 'ਚ ਦਰਦ ਸਪਰੇਅ ਜਿਹੜੀ ਪਹੁੰਚ ਦੀ ਕਰ ਦਿਓ, ਬਹੁਤ ਮਿਹਰਬਾਨੀ ਹੋਵੇਗੀ।
सामने नौजवान रोहाले पिंड का रेड पाने लई वाधा होया चार जाफी बारे वाले पिंड दे कौन नौजवान लाऊ तकड़ा जप्पा ते पॉइंट अपनी टीम दे हिस्से जोड़ू ये समय की बात होगी हरजीत दे नाल कर हल्का या टच पॉइंट नौजवान अपनी टीम दे हिस्से जोड़ता होया लोहारे की टीम दे हिस्से जोड़ता होया सामने नौजवान बारे वाले पिंड का रेड पाने लई वाधा होया चार जाफी लोहारे पिंड दे के खेडां विचों खेड कबड्डी शान पंजाबियां दी इस दे विच ही बसदी लगदी जान पंजाबियां दी विच मैदाने भिड़ना हुंदा कम दलेरां दा खेड कबड्डी खेडना शौक पंजाबी शेरां दा खेड कबड्डी खेडना शौक पंजाबी शेरां दा जिथे सैदो पिंड दा धर्मा लिखदा सोहणे बोल बहुत बहुत धन्नवाद करदे आ उस वीर दा वी खिडारियां दी सिफत करदा रहिंदा नौजवान इन्हां ग्राउंडां दे विच सामने नौजवान लोहारे पिंड दा रेड पाउण लई वाधा होया चार जापी बारे वाले पिंड दे के सच्चियां गल्लां घोलीए वाला भिंदर कहिंदा ए सख्त मेहनत करदा ओह कुछ पा ही लैंदा ए रोकिया ना रुकना इन्हां टौर नवाबियां ने कौडी कौडी करदे रहना भिंदरा पुत पंजाबियां ने कौडी कौडी करदे रहना भिंदरा पुत पंजाबियां ने उत्थे घोलीए पिंड दा भिंदर बहुत सोहणे बोल लिखदा उत्थे लंगे आणियां योधा उत्थे लंगे आणियां बेअंत भी इन्हों नौजवानों की सिफत करते रहते हैं समय समय मुताबक सामने फीका बारे वाले पिंड का रेड पाने लई वाधा होया तीन जाफी लोहारे पिंड दे कौन लाऊ तकड़ा जप्पा ये समय की बात होगी रौली बारे चिड़क टीम पुजे रौली बारे चिड़क सामने नौजवान फीका बारे वाले पिंड का कर हल्का जहा टच पॉइंट अपनी टीम के हिस्से जोड़ू उधर नौजवान फीका पॉइंट अपनी टीम के हिस्से जोड़ता होया ਬਾਰੇਵਾਲ ਦੇ ਖਾਤੇ ਵਿੱਚ ਜੁੜਦਾ ਹੋਇਆ ਸੋ ਇੱਕ ਵਾਰੀ ਸਾਰੇ ਦਾਨੀ ਸੱਜਣਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਟੂਰਨਾਮੈਂਟ ਕਮੇਟੀ ਨੂੰ ਵੱਡਾ ਦਾਨ ਦਿੱਤਾ ਜੀ ਪਹਿਲਾਂ ਬੇਨਤੀ ਕੀਤੀ ਜੀ 1100 ਸੱਜਣ ਜਿੰਨੇ ਕਿ ਇੱਥੇ ਪਹੁੰਚਿਆ ਏ ਤਾਂ ਸਨਮਾਨ 'ਚ ਲੈਣ ਆ ਕੇ 1100 ਰੁਪਈਆ ਜਿਹਨਾਂ ਨੇ ਸਾਨੂੰ ਮੈਸ ਦਿੱਤੀ ਹੈ ਸੋ ਕੱਲ੍ਹ ਨੂੰ ਜਿੱਥੇ ਆਪਣੇ ਨੌਜਵਾਨ ਗੱਭਰੂਆਂ ਦੀ ਕਬੱਡੀ ਦਾ ਨਜ਼ਾਰਾ ਦੇਖਾਂਗੇ ਉੱਥੇ ਪੰਜਾਬ ਦੀਆਂ ਮਟਿਆਰਾਂ ਪੰਜਾਬ ਦੀਆਂ ਲੜਕੀਆਂ ਦਾ ਵੀ ਸ਼ੋਅ ਮੈਚ ਕਰਾਇਆ ਜਾਵੇਗਾ ਅਤੇ 40 ਸਾਲੇ ਗੱਭਰੂਆਂ ਦਾ ਵੀ ਸ਼ੋਅ ਮੈਚ ਹੋਵੇਗਾ ਸੋ ਨਾਲ ਹੀ ਆਪਾਂ ਸਾਰਿਆਂ ਨੇ ਇੱਕ ਵੱਧ ਕੱਲ੍ਹ ਨੂੰ ਸਹਿਯੋਗ ਦੇਣਾ ਹੈ ਜਿਨ੍ਹਾਂ ਦੇ ਵਿੱਚ ਸਾਡੇ ਸਹਿਯੋਗੀ ਸੱਜਣਾਂ ਵਿੱਚ ਵੱਡਾ ਯੋਗਦਾਨ ਸਰਦਾਰ ਗੁਰਮੈਲ ਸਿੰਘ ਸੰਧੂ ਸਾਹਿਬ 21,000 ਰੁਪਇਆ ਔਰ ਰਾਮ ਸਿੰਘ ਜੀ NRI ਗਿੱਲ ਸਾਹਿਬ 6,600 ਰੁਪਇਆ ਔਰ ਕਲੱਬ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਜੀ ਕਲੇਰ 6,600 ਰੁਪਇਆ ਪੂਰ ਸਿੰਘ ਜੀ ਨੰਬਰਦਾਰ 6,600 ਰੁਪਇਆ ਭਗਤ ਰਾਮ ਐਂਡ ਕੰਪਨੀ ਵਾਲੇ ਵੱਡਾ ਸਹਿਯੋਗਤਾ ਜੀ ਔਰ ਸਾਨੂੰ ਜਿੱਥੇ ਨਗਦ ਰਾਸ਼ੀ ਖਿਡਾਰੀਆਂ ਦੇ ਗਏ ਨੇ ਉੱਥੇ 11,000 ਰੁਪਇਆ ਟੂਰਨਾਮੈਂਟ ਕਮੇਟੀ ਨੂੰ ਤਾਂ ਬਹੁਤ ਧੰਨਵਾਦ ਜੀ ਕਲੱਬ ਦੇ ਪ੍ਰੈਜੀਡੈਂਟ ਅਵਤਾਰ ਸਿੰਘ ਜੀ ਕਲੇਰ ਸਾਹਿਬ 5,500 ਰੁਪਇਆ ਜਸਵਿੰਦਰ ਸਿੰਘ ਜੀ ਬਰਾੜ ਸਾਡੇ ਕਮੇਟੀ ਮੈਂਬਰ 5,100 ਰੁਪਇਆ ਔਰ ਸਾਡਾ ਵੀਰ ਬਲਜੀਤ ਸਿੰਘ ਜੀ ਬਰਾੜ ਬਲਜੀਤ ਸਿੰਘ ਜੀ ਨੰਬਰਦਾਰ 5,100 ਰੁਪਇਆ ਬਹੁਤ ਮਿਹਰਬਾਨੀ ਧੰਨਵਾਦ ਸਤਨਾਮ ਸਿੰਘ ਜੀ ਗਿੱਲ ਸਾਹਿਬ ਜਿੱਥੇ ਜ਼ਿੰਮੇਵਾਰੀਆਂ ਵੱਡੀਆਂ ਸਾਂਭ ਰਹੇ ਨੇ ਉੱਥੇ ਵੱਡੀ ਸੇਵਾ 5,100 ਰੁਪਇਆ ਬਹੁਤ ਮਿਹਰਬਾਨੀ ਸ਼ੁਕਰੀਆ ਔਰ ਗੁਰਸ਼ਰਨ ਕਲੇਰ ਜੀ ਸਾਰੇ ਵੀਰਾਂ ਦਾ ਬਹੁਤ ਧੰਨਵਾਦ 5,100 ਰੁਪਇਆ ਸਾਧੂ ਸਿੰਘ ਜੀ ਗਿੱਲ 5,100 ਰੁਪਇਆ ਬਲਵੰਤ ਸਿੰਘ ਜੀ ਗਿੱਲ 5,100 ਰੁਪਇਆ
ਮੁਖਤਿਆਰ ਸਿੰਘ ਜੀ ਗੱਲ 5100 ਰੁਪਇਆ, ਸੰਦੀਪ ਸੂਦ ਜੀ 5100 ਰੁਪਇਆ, ਜਗਤਾਰ ਸਿੰਘ ਜੀ ਕਲੇਰ 5100 ਰੁਪਇਆ, ਮੈਂ ਫਿਰ ਟੁਗਰੋਲ ਹੈਲੋ। ਦੂਜੇ ਰਾਊਂਡ ਦਾ ਫਸਟ ਮੈਚ ਖੇਡਿਆ ਜਾਣਾ, ਝੰਡੇ ਵਾਲਾ ਵਰਸਿਸ ਕਾਲੇਗਿਰੀ ਟੀਮ ਪੁੱਜੇ, ਝੰਡੇ ਵਾਲਾ ਵਰਸਿਸ ਕਾਲੇਗੇ। ਦੂਜੇ ਰਾਊਂਡ ਦਾ ਪਹਿਲਾ ਮੈਚ ਖੇਡਿਆ ਜਾਣਾ, ਝੰਡੇ ਵਾਲਾ ਵਰਸਿਸ ਕਾਲੇਗੇ। ਇੱਕ ਮਿੰਟ ਦੀ ਕੌਲ ਆ ਇਸ ਟੀਮ ਨੂੰ, ਪਹਿਲਾਂ ਰੌਲੀ ਬਾਰੇ ਝਿੜਕ ਦਾ ਮੈਚ। ਸਾਹਮਣੇ ਨੌਜਵਾਨ ਬਾਰੇ ਵਾਲੇ ਪਿੰਡ ਦਾ ਰੇਡ ਪੌਲੀ ਵਾਧਾ ਹੋਇਆ, ਚਾਰ ਜਾਫੀ ਲੁਹਾਰੇ ਪਿੰਡ ਦੇ, ਲੁੱਟਿਆ ਜਾਊਗਾ ਅੱਜ ਜਾਂ ਕੱਲ ਲੋਕੋ, ਧੱਕੇ ਚੜ ਗਿਆ ਜਿਹੜਾ ਵਪਾਰੀਆਂ ਦੇ, ਧੱਕੇ ਚੜ ਗਿਆ ਜਿਹੜਾ ਵਪਾਰੀਆਂ ਦੇ, ਤੇਰਾ ਬਣੂਗਾ ਕੀ ਭੋਲਿਆ ਪੰਛੀਆਂ ਓਏ, ਹੋ ਗਿਆ ਰੱਬ ਵੀ ਬਲ ਸ਼ਿਕਾਰੀਆਂ ਦੇ, ਉਹਨਾਂ ਫੁੱਲਾਂ ਦੀ ਰਾਖੀ ਕੌਣ ਕਰਦਾ, ਉੱਗ ਪੈਂਦੇ ਜੋ ਬਾਹਰ ਕਿਆਰੀਆਂ ਦੇ, ਮੱਖਣ ਬਰਾੜ ਦੀ ਇਹ ਬੇਨਤੀ ਰੱਬ ਅੱਗੇ, ਕਦੇ ਸੱਟ ਨਾ ਲੱਗੇ ਖਿਡਾਰੀਆਂ ਦੇ, ਕਦੇ ਸੱਟ ਨਾ ਲੱਗੇ ਖਿਡਾਰੀਆਂ ਦੇ। ਸਾਹਮਣੇ ਲੋਹਾਰੇ ਪਿੰਡ ਦਾ ਨੌਜਵਾਨ ਰੇਡ ਪਾਉਣ ਲਈ ਵਾਧਾ ਹੋਇਆ, ਚਾਰ ਜਾਫੀ ਬਾਰੇ ਵਾਲੇ ਪਿੰਡ ਦੇ। ਮੈਂ ਸਮਾਪਤ ਵੀਰੇ, ਇੱਥੇ ਦੱਸ ਦਿਓ ਕਿਹੜੀ ਟੀਮ ਜਿੱਤ ਗਈ? ਵੈਸੇ ਬਾਰੇ ਵਾਲਾ, ਬਾਰੇ ਵਾਲੀ ਟੀਮ ਜਿੱਤ ਗਈ। ਪ੍ਰਬੰਧਕ ਵੀਰ ਨੋਟ ਕਰਨ, ਬਾਰੇ ਵਾਲਾ ਝੰਡੇ ਵਾਲਾ ਵਰਸਿਸ ਕਾਲੇਗਿਰੀ ਟੀਮ ਪੁੱਜੇ। ਸੈਂਕੜੇ ਰਾਊਂਡ ਦਾ ਫਸਟ ਮੈਚ ਖੇਡਿਆ ਜਾਣਾ, ਝੰਡੇ ਵਾਲਾ ਵਰਸਿਸ ਕਾਲੇਗੇ। ਉੱਧਰ ਧੰਨਵਾਦ ਕਰਦੇ ਹਾਂ ਸਾਰੇ ਹੀ ਕਮੈਂਟੇਟਰ ਵੀਰਾਂ ਦਾ ਕਿ ਦਿਲਵਾਗ ਸਿੰਘ ਜੀ ਗੱਜਣ ਵਾਲੇ ਤੋਂ ਪੁੱਜੇ ਨੇ, ਬੂਟਾ ਖਾਨ ਆਉਣ ਵਾਲਾ ਲੰਗੇ ਆਣੇ ਤੋਂ ਪੁੱਜੇ, ਨਿਰਮਲ ਸਿੰਘ ਜੀ ਇੱਥੇ ਪੁੱਜਣ ਤੇ, ਸਾਰੇ ਹੀ ਕਮੈਂਟੇਟਰ ਵੀਰਾਂ ਦਾ, ਦਰਸ਼ਕ ਵੀਰਾਂ ਦਾ ਤੇ ਪ੍ਰਬੰਧਕ ਕਮੇਟੀ ਦਾ ਮੈਂ ਕੀਤਾ ਬਾਰੇ ਵਾਲੀ ਆ ਆਪਣੇ ਵੱਲੋਂ ਧੰਨਵਾਦ ਕਰਦਾ। ਅਗਲੀ ਮੈਚ ਦੀ ਗੱਲ ਅਲਮਲੀਆ ਬੂਟਾ ਗਰਾਊਂਡ ਤੋਂ ਸਾਂਝੀ ਕਰਨਗੇ, ਬਹੁਤ ਸੋਹਣੇ ਬੋਲੇ ਕੀਤੇ ਨੇ ਤੇ ਨਾਲ ਦੀ ਨਾਲ ਆਪਾਂ ਸਟੇਜ ਦੀ ਕਾਰਵਾਈ ਚੱਲਦੀ ਰੱਖਾਂਗੇ। ਹਾਂਜੀ ਬੂਟਾ ਸਾਹਿਬ, ਚੱਲ ਰਹੀ ਗਰਾਊਂਡ ਵਿੱਚ ਬੇਨਤੀ ਹੈ, ਝਿੜਕ ਦੀ ਟੀਮ ਜਿਹੜੀ ਆਪਣੀ ਐਂਟਰੀ ਫੀਸ ਜਮ੍ਹਾਂ ਕਰਵਾ ਦੇਵੇ ਸਾਡੇ ਪ੍ਰਬੰਧਕਾਂ ਦੇ ਕੋਲ, ਇਹ ਬੇਨਤੀ ਹੈ ਝਿੜਕ ਦੀ ਟੀਮ ਨੂੰ। ਇੱਧਰ ਮੁਕਾਬਲਾ ਬਹੁਤ ਹੀ ਤਕੜਾ ਖੇਡਿਆ ਜਾ ਰਿਹਾ ਹੈ, 155 ਪਾਉਂਡ ਦਾ ਮੈਚ ਸ਼ੁਰੂ ਹੋਣ ਜਾ ਰਿਹਾ ਕਬੱਡੀ ਦੇ ਮੈਦਾਨ ਦੇ ਵਿੱਚ। ਦੂਸਰੇ ਰਾਊਂਡ ਦਾ ਪਹਿਲਾ ਮੈਚ ਝੰਡੇ ਵਾਲਾ ਵਰਸਿਸ ਕਾਲੇਕਿਆਂ ਦੀ ਟੀਮ ਦਾ, ਦੋਨੋਂ ਟੀਮਾਂ ਜਿਹੜੀ ਆ ਜਲਦ ਤੋਂ ਜਲਦ ਖੇਡ ਮੈਦਾਨ ਦੇ ਲਾਗੇ ਪੁੱਜਣ ਮੇਰੀ ਬੇਨਤੀ ਹੈ। 70 ਕਿਲੋ ਭਾਰ ਦੇ ਸੈਕਿੰਡ ਰਾਊਂਡ ਦਾ ਪਹਿਲਾ ਮੁਕਾਬਲਾ ਝੰਡੇ ਵਾਲਾ ਵਰਸਿਸ ਕਾਲੇਕੇ, ਆਗੜ ਤੇ ਰਾਮੂ ਵਾਲਾ।
ਨਾਲ ਹੀ ਮੇਰੀ ਬੇਨਤੀ ਸੇਖਾ ਬਰਨਾਲਾ ਤੇ ਖੋਸਾ ਕੋਟਲਾ ਤਲਵੰਡੀ ਮਾਲੀਆ ਤੇ ਮੋਗਾ ਅਕਾਲਸਰ ਸ਼ਕੂਰ ਤੇ ਮਹਿਰੋ ਇਹ ਟੀਮਾਂ ਜਿਹੜੀਆਂ ਕਬੱਡੀ ਦੇ ਮੈਦਾਨ ਦੇ ਲਾਗੇ ਪੁੱਜਣ ਚਲਿਕ ਦੀ ਟੀਮ ਪੁੱਜੇ ਮੇਰੀ ਬੇਨਤੀ ਹੈ ਰਾਵਲੀ ਦੀ ਟੀਮ ਆ ਗਈ ਹੈ ਦਰਦ ਸਪਰੇ ਜਿਹੜੀ ਗਰਾਊਂਡ ਦੇ ਵਿੱਚ ਪਹੁੰਚਾ ਦਿੱਤੀ ਜਾਵੇ ਬੇਨਤੀ ਸਾਡੇ ਪ੍ਰਬੰਧਕਾਂ ਨੂੰ ਦਰਦ ਸਪਰੇ ਜਿਹੜੀ ਕਿਰਪਾ ਕਰਕੇ ਬਹੁਤ ਬਹੁਤ ਧੰਨਵਾਦ ਸਾਰੀ ਹੀ ਹੈਲੋ ਬੂਟਾ ਜੀ ਗਰਾਊਂਡ ਨਹੀਂ ਵਿਹਲਾ ਹੁਣ ਜਿਹੜਾ ਮਾੜਾ ਜਿਹਾ ਖਿਡਾਰੀਆਂ ਨੂੰ ਸਫਾਈ ਨਾ ਕਹਿ ਦਿਓ ਵੀ ਜਲਦੀ ਗਰਾਊਂਡ ਪਹੁੰਚਿਆ ਕਰੋ ਕਿਉਂਕਿ ਦਰਸ਼ਕ ਵੀਰ ਆਪੋ ਆਪਣਾ ਕੀਮਤੀ ਸਮਾਂ ਛੱਡ ਕੇ ਇਹ ਕਬੱਡੀ ਦੇਖਣ ਆਏ ਆ ਇਕੱਲੀ ਆਪਣੀ ਕਮੈਂਟਰੀ ਸੁਣਨੀ ਹੋਏਗੀ ਆਪਾਂ ਇੱਥੋਂ ਬੋਲੀ ਜਾਂਦੇ ਹਾਂ ਤੇ ਇਹ ਕਬੱਡੀ ਦੇ ਆਸ਼ਕਾ ਸੱਚੇ ਪੰਜਾਬੀ ਸਾਡੇ ਵੀਰਾਂ ਕਿਰਪਾ ਕਰਕੇ ਖਿਡਾਰੀ ਵੀਰਾਂ ਨੂੰ ਬੇਨਤੀ ਸਮੇਂ ਨੂੰ ਧਿਆਨ ਚ ਰੱਖ ਕੇ ਜਲਦੀ ਗਰਾਊਂਡ ਪਹੁੰਚਿਆ ਕਰੋ ਸਭਾ ਦੀ ਟੀਮ ਨੂੰ ਬੇਨਤੀ ਹੈ ਵੀ ਐਂਟਰੀ ਫੀਸ ਜਿਹੜੀ ਜਮ੍ਹਾਂ ਕਰਵਾ ਦੇਵੇ ਰਾਵਲੀ ਦੀ ਟੀਮ ਆ ਗਈ ਹੈ ਅੱਧੇ ਮਿੰਟ ਦਾ ਸਮਾਂ ਚੜਕ ਦੀ ਟੀਮ ਨੂੰ ਨਾਲ ਹੀ ਝੰਡਿਆਣਾ ਤੇ ਕਾਲੇ ਕੇ ਦੋਨੋਂ ਟੀਮਾਂ ਜਿਹੜੀਆਂ ਕਬੱਡੀ ਦੇ ਮੈਦਾਨ ਦੇ ਲਾਗੇ ਪੁੱਜਣ ਬਹੁਤ ਬਹੁਤ ਧੰਨਵਾਦ ਖਿਡਾਰੀਆਂ ਦਾ ਕੁਝ ਹੋਏ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਕਿ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਪੁੱਜੇ ਨੇ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਜਿਹਨਾਂ ਦੀ ਬਦੌਲਤ ਅੱਜ ਵੱਡੀਆਂ ਰੌਣਕਾਂ ਨੇ ਮੇਰੀ ਬੇਨਤੀ ਚੜਕ ਦੀ ਟੀਮ ਆਪਣੀ ਐਂਟਰੀ ਫੀਸ ਜਮ੍ਹਾਂ ਕਰਵਾ ਕੇ ਗਰਾਊਂਡ ਦੇ ਲਾਗੇ ਪੁੱਜੇ ਇੱਕੋ ਮਿੰਟ ਜੀ ਸਾਹਮਣੇ ਜਿਹੜੇ ਮੇਰੇ ਦਰਸ਼ਕ ਵੀਰ ਖੜੇ ਬੇਨਤੀ ਇੱਕ ਸਾਈਡ ਤੇ ਸਾਡੀਆਂ ਮਾਈਆਂ ਬੀਬੀਆਂ ਪਹੁੰਚੀਆਂ ਇਹਨਾਂ ਨੂੰ ਜਗ੍ਹਾ ਦੇ ਦਿਓ ਖੜ ਨੂੰ ਜੀਆਂ ਆਖਦੇ ਸਾਡੀਆਂ ਭੈਣਾਂ ਮਕਾਮ ਪੁੱਜੀਆਂ ਇਸ ਟੂਰਨਾਮੈਂਟ ਦੇਖਣ ਲਈ ਕੱਲ੍ਹ ਨੂੰ ਮੈਂ ਦੱਸਦਿਆਂ ਬੀਬੀਆਂ ਨੂੰ ਵੀ ਕੱਲ੍ਹ ਨੂੰ ਲੜਕੀਆਂ ਦਾ ਸ਼ੋਅ ਮੈਚ ਵੀ ਕਰਾਵਾਂਗੇ ਕੱਲ੍ਹ ਨੂੰ ਵੀ ਤੁਸੀਂ ਇਸੇ ਤਰ੍ਹਾਂ ਪੂਰਾ ਸਹਿਯੋਗ ਦੇਣਾ ਜਿੰਨੀਆਂ ਵੀ ਸਾਡੀਆਂ ਮਾਂ ਬਾਪ ਤਾਂ ਭੈਣਾਂ ਬੀਬੀਆਂ ਪਹੁੰਚੀਆਂ ਨੇ ਸਾਰਿਆਂ ਨੂੰ ਜੀਆਂ ਆਖਿਆ ਜਾਂਦਾ ਟੂਰਨਾਮੈਂਟ ਕਮੇਟੀ ਤੇ ਮੇਰੀ ਬੇਨਤੀ ਇੱਕ ਸਾਈਡ ਤੇ ਜਾਣਾ ਜਿਹੜੇ ਆਪਣੇ ਸਾਡੇ ਵੀਰ ਖੜੇ ਨੇ ਇੱਕ ਸਾਈਡ ਤੇ ਜਾਣਾ ਬੀਬੀਆਂ ਨੂੰ ਖੜਨ ਦੇ ਦਿਓ ਜਗ੍ਹਾ ਦੇ ਦਿਓ ਬਹੁਤ ਮਿਹਰਬਾਨੀ ਧੰਨਵਾਦ ਹੈਲੋ ਮੇਰੀ ਬੇਨਤੀ ਚੜਕ ਦੀ ਟੀਮ ਕਿਉਂ ਨਹੀਂ ਆ ਰਹੀ ਅੱਧੇ ਮਿੰਟ ਦਾ ਸਮਾਂ ਜੀ ਚੜਕ ਦੀ ਟੀਮ ਨੂੰ ਹੈ ਅਸੀਂ ਰਾਵਲੀ ਦੀ ਟੀਮ ਨੂੰ ਵਾਕਓਵਰ ਦੇਣ ਜਾ ਰਹੇ ਹਾਂ ਬੇਨਤੀ ਹੈ ਪ੍ਰਬੰਧਕਾਂ ਦੀ ਨਾਲ ਹੀ ਝੰਡਿਆਣਾ ਤੇ ਕਾਲੇਕਿਆਂ ਦੀ ਟੀਮ ਪੁੱਜੇ ਅੱਧੇ ਮਿੰਟ ਦਾ ਸਮਾਂ ਦੋਨੋਂ ਟੀਮਾਂ ਨੂੰ ਹੈ ਕਬੱਡੀ ਸਦਰ ਕੋਲੋਂ ਭਾਰ ਦਾ ਸੈਕਿੰਡ ਰਾਊਂਡ ਦਾ ਪਹਿਲਾ ਮੁਕਾਬਲਾ ਸੱਦਾ ਦਿੱਤਾ ਜਾ ਰਿਹਾ ਦੋਨੋਂ ਟੀਮਾਂ ਕਿਉਂ ਨਹੀਂ ਆ ਰਹੀਆਂ ਝੰਡਿਆਣਾ ਤੇ ਕਾਲੇਕੇ ਅੱਧੇ ਮਿੰਟ ਦਾ ਸਮਾਂ ਚੜਕ ਦੀ ਟੀਮ ਨੂੰ ਜੇਕਰ ਨਹੀਂ ਆਉਂਦੀ ਰਾਵਲੀ ਦੀ ਟੀਮ ਨੂੰ ਵਾਕਓਵਰ ਦੇਣ ਜਾ ਰਹੇ ਅਸੀਂ ਇਹ ਫੈਸਲਾ ਸਾਡੀ ਪ੍ਰਬੰਧਕੀ ਕਮੇਟੀ ਦਾ ਨਾਲ ਹੀ ਆਗੜ ਤੇ ਰਾਬੂਵਾਲਾ ਸੇਖਾ ਬਰਨਾਲਾ ਤੇ ਖੋਸਾ ਕੋਟਲਾ ਤਲਵੰਡੀ ਮਾਲੀਆ ਤੇ ਮੋਗਾ ਅਕਾਲਸਰ ਸ਼ਕੂਰ ਤੇ ਮਹਿਰੋ ਜਿੰਨੇ ਵੀ ਮੁਕਾਬਲੇ ਅਨਾਊਂਸ ਕੀਤੇ ਗਏ ਸਾਰੀਆਂ ਟੀਮਾਂ ਆਪਣੇ ਮੈਚਾਂ ਦੇ ਅਨੁਸਾਰ ਜਿਵੇਂ ਜਿਵੇਂ ਸੱਦਾ ਦਿੱਤਾ ਜਾ ਰਿਹਾ ਹੈ ਖੇਡ ਕਬੱਡੀ ਮੈਦਾਨ ਦੇ ਲਾਗੇ ਪੁੱਜਣ ਕਿਸੇ ਟੀਮ ਦਾ ਜ਼ਿਆਦਾ ਸਮਾਂ ਇੰਤਜ਼ਾਰ ਨਹੀਂ ਹੋਣਾ ਕਿਸੇ ਟੀਮ ਦੀ ਵੇਟ ਨਹੀਂ ਕੀਤੀ ਜਾਣੀ ਤੁਸੀਂ ਆਪ ਹੀ ਸਿਆਣੇ ਹੋ ਚੜਕ ਦੀ ਟੀਮ ਅੱਧੇ ਮਿੰਟ ਦਾ ਸਮਾਂ ਖੇਡ ਮੈਦਾਨ ਦੇ ਲਾਗੇ ਪੁੱਜੇ ਰਾਵਲੀ ਦੀ ਟੀਮ ਆ ਗਈ ਹੈ ਨਾਲ ਹੀ ਮੇਰੀ ਬੇਨਤੀ ਝੰਡਿਆਣਾ ਤੇ ਕਾਲੇ ਕੇ ਆਗੜ ਤੇ ਰਾਮੂਵਾਲਾ ਸੇਖਾ ਬਰਨਾਲਾ ਤੇ ਖੋਸਾ ਕੋਟਲਾ ਤਲਵੰਡੀ ਮਾਲੀਆ ਤੇ ਮੋਗਾ ਅਕਾਲਸਰ ਸ਼ਕੂਰ ਤੇ ਮਹਿਰੋ ਦੀਆਂ ਟੀਮਾਂ ਵੀ ਕਬੱਡੀ ਦੇ ਮੈਦਾਨ ਦੇ ਲਾਗੇ ਪੁੱਜਣ ਲੈ ਚਲੇ ਜਾਵੇ ਮੇਰੀ ਬੇਨਤੀ ਆ ਜਿਹਨੇ ਸਾਡੇ ਸੇਵਾਦਾਰ ਲੱਗੇ ਨੇ ਕੁਰਸੀਆਂ ਪਹੁੰਚੀਆਂ ਕਰ ਦਿਓ ਸਾਡੀਆਂ ਬੀਬੀਆਂ ਤੁਸੀਂ ਬਹੁਤ ਧੰਨਵਾਦ ਜੀ ਹੈ ਸਾਡੇ ਮੇਲੇ ਦੀ ਰੌਣਕ ਲਾਉਂਦਾ ਆਏ ਹੋਰ ਵੀ ਸਾਡੇ ਦਰਸ਼ਕ ਵੀ ਜਿੰਨੇ ਵੀ ਇਸ ਕਬੱਡੀ ਨੂੰ ਦੇਖ ਰਹੇ ਨੇ ਸਾਡੇ ਮਾਪਿਆਂ ਸਮਾਨ ਬਜ਼ੁਰਗ ਬੈਠੇ ਨੇ
ਹਾਣੀ ਦੋਸਤ ਮਿੱਤਰ ਬੱਚੇ ਜਿੰਨੇ ਵੀ ਪੁੱਜੇ ਨੇ ਸਾਰਿਆਂ ਦਾ ਅਕਾਲਸਰ ਯੂਥ ਕਲੱਬ ਵੱਲੋਂ ਜੀ ਆਇਆਂ ਅੱਖਰਾਂ ਧੰਨਵਾਦ ਕੀਤਾ ਜਾਂਦਾ ਜੀ। ਜਿੰਨੀਆਂ ਵੀ ਸਤਿਕਾਰਯੋਗ ਸ਼ਖਸੀਅਤਾਂ ਸਟੇਜ 'ਤੇ ਬਿਰਾਜਮਾਨ ਨੇ, ਵੀ ਆਈ ਪੀ ਸਟੇਜ 'ਤੇ ਜਿੰਨੀਆਂ ਵੀ ਸਤਿਕਾਰਯੋਗ ਨਗਰ ਦੀਆਂ ਸ਼ਹਿਰ ਦੀਆਂ ਸ਼ਖਸੀਅਤਾਂ ਬੈਠੀਆਂ ਨੇ, ਸਾਰਿਆਂ ਨੂੰ ਸਤਿਕਾਰ ਆਖਿਆ ਜਾਂਦਾ ਜੀ। ਮਾਫੀ ਚਾਹਾਂਗੇ। ਰਾਉਲੀ ਦੀ ਟੀਮ ਨੂੰ ਜਿਹੜਾ ਵਾਕਓਵਰ ਹੈ ਜੀ, ਨੋਟ ਕਰੋ ਜੀ। ਸਾਡੀ ਪ੍ਰਬੰਧਕੀ ਕਮੇਟੀ ਚੱਲਦੇ ਮੁਕਾਬਲੇ ਦੇ ਵਿੱਚੋਂ ਰਾਉਲੀ ਦੀ ਟੀਮ ਜਿਹੜੀ ਵਿਨਰ ਹੈ। ਝੰਡੇ ਵਾਲਾ ਤੇ ਕਾਲੇ ਕੀ ਦੋਨੋਂ ਟੀਮਾਂ ਕਿੱਥੇ ਨੇ? ਅੱਧੇ ਮਿੰਟ ਦਾ ਸਮਾਂ ਦੋਨੋਂ ਟੀਮਾਂ ਨੂੰ ਹੈ। ਕਬੱਡੀ ਸੱਤਰ ਕੋਲੋਂ ਭਾਰ ਦਾ ਸੈਕੰਡ ਰਾਊਂਡ ਦਾ ਪਹਿਲਾ ਮੁਕਾਬਲਾ, ਪਹਿਲਾ ਸੱਦਾ ਝੰਡੇ ਵਾਲਾ ਤੇ ਕਾਲੇ ਕੀ ਦੀ ਟੀਮ ਨੂੰ ਦਿੱਤਾ ਜਾ ਰਿਹਾ। ਦੋਨੋਂ ਟੀਮਾਂ ਜਿਹੜੀਆਂ ਕਬੱਡੀ ਦੇ ਮੈਦਾਨ ਦੇ ਲਾਗੇ ਪੁੱਜਣ ਵਾਲੀ। ਮੇਰੀ ਬੇਨਤੀ, ਆਗੁੜ ਤੇ ਰਾਮੂ ਵਾਲਾ, ਸੇਖਾ ਬਰਨਾਲਾ ਤੇ ਖੋਸਾ ਕੋਟਲਾ, ਝੰਡਿਆਣੇ ਦੀ ਟੀਮ ਆ ਗਈ ਤੇ ਕਾਲੇ ਕਿਆਂ ਦੀ ਟੀਮ ਪੁੱਜੇ। ਕਾਲੇ ਕਿਆਂ ਦੀ ਟੀਮ ਨੂੰ ਮੇਰੀ ਬੇਨਤੀ ਹੈ, ਝੰਡਿਆਣੇ ਦੀ ਟੀਮ ਆ ਗਈ ਹੈ ਤੇ ਕਾਲੇ ਕਿਆਂ ਦੀ ਟੀਮ ਦਾ ਇੰਤਜ਼ਾਰ ਕੀਤਾ ਜਾ ਰਿਹਾ। ਆਗੁੜ ਤੇ ਰਾਮੂ ਵਾਲਾ, ਬਾਲੀ ਸੇਖਾ ਬਰਨਾਲਾ ਤੇ ਖੋਸਾ ਕੋਟਲਾ, ਸਾਰੀਆਂ ਟੀਮਾਂ ਕਬੱਡੀ ਦੇ ਮੈਦਾਨ ਦੇ ਲਾਗੇ ਪੁੱਜਣ। ਬਹੁਤ ਬਹੁਤ ਧੰਨਵਾਦ। ਪੁੱਜੇ ਖਿਡਾਰੀਆਂ ਦਾ ਵੱਡੀਆਂ ਰੌਣਕਾਂ ਨੇ ਅੱਜ ਬਾਅਦ ਖੇਡ ਕਬੱਡੀ ਦੇ ਇਸ ਮੈਦਾਨ ਦੇ ਵਿੱਚ ਚਾਰ ਚੰਨ ਲੱਗੇ ਨੇ। ਸ਼ੁਰੂਆਤ ਤੋਂ ਲੈ ਕੇ ਆਪਾਂ ਬਹੁਤ ਤਕੜੇ ਮੈਚ ਦੇਖੇ। ਸਾਰੀ ਹੀ ਅਕਾਲਸਰ ਯੂਥ ਕਲੱਬ ਦੇ ਆਰਗਨਾਈਜ਼ਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਆਏ ਸਾਲ ਦੀ ਤਰ੍ਹਾਂ ਵੱਡੇ ਯਤਨ ਕੀਤੇ, ਵੱਡੇ ਉਪਰਾਲੇ ਕੀਤੇ। ਬੜੀ ਤਪੱਸਿਆ ਕਰਨੀ ਪੈਂਦੀ ਮੇਰੇ ਵੀਰੋ, ਟੂਰਨਾਮੈਂਟ ਕਰਾਉਣੇ ਜਿਹੜੇ ਸੌਖੇ ਨਹੀਂ। ਸਾਰੇ ਵੀਰਾਂ ਨੇ ਬੜੇ ਪਿਆਰ ਦੇ ਨਾਲ ਆਪਣੇ ਮੋਢੇ ਦੇ ਨਾਲ ਮੋਢਾ ਲਾ ਕੇ ਵੱਡਾ ਸਹਿਯੋਗ ਦਿੱਤਾ। ਅੱਜ ਆਪਾਂ ਤੱਕ ਰਹੇ ਹਾਂ। ਅੱਧੇ ਮਿੰਟ ਦਾ ਸਮਾਂ ਝੰਡਿਆਣੇ ਦੀ ਟੀਮ ਨੂੰ ਕਿਉਂ ਨਹੀਂ ਆ ਰਹੀ ਬਈ? ਕਾਲੇ ਕਿਆਂ ਦੀ ਟੀਮ ਕਿਉਂ ਨਹੀਂ ਆ ਰਹੀ? ਮੈਚ ਖੇਡਣਾ ਜਾਂ ਨਹੀਂ ਖੇਡਣਾ ਸਾਨੂੰ ਦੱਸ ਦਿੱਤਾ ਜਾਵੇ। ਝੰਡਿਆਣੇ ਦੀ ਟੀਮ ਆ ਗਈ ਤੇ ਕਾਲੇ ਕਿਆਂ ਦੀ ਟੀਮ ਨੂੰ ਜਿਹੜਾ ਸੱਦਾ ਦਿੱਤਾ ਜਾ ਰਿਹਾ। ਨਾਲ ਹੀ ਮੇਰੀ ਬੇਨਤੀ, ਆਗੜ ਤੇ ਰਾਬੂ ਵਾਲਾ, ਸੇਖਾ ਬਰਨਾਲਾ ਤੇ ਖੋਸਾ ਕੋਟਲਾ, ਤਲਵੰਡੀ ਮਾਲੀਆਂ ਤੇ ਮੋਗਾ ਅਕਾਲਸਰ। ਬੂਟਾ ਜੀ 2 ਮਿੰਟ ਦਿਓ ਟੀਮ ਨੂੰ, ਘੜੀ ਤੇ ਲਾਓ ਗੁਰਜੀਤ ਸਿੰਘ ਖਾਲਸਾ ਟਾਈਮ ਜੀ। ਜੇ ਨਹੀਂ ਆਉਂਦੀ ਆਪਾਂ ਵਿਰੋਧੀ ਟੀਮ ਨੂੰ ਜੇਤੂ ਕਰ ਦੇਵਾਂਗੇ। ਸਕਰੈਚ ਕਰਨ ਲਈ ਮਜਬੂਰ ਹਾਂ ਕਿਉਂਕਿ ਸਮਾਂ ਬਹੁਤ ਘੱਟ ਆ, ਟੀਮਾਂ ਆਪਣੇ ਕੋਲ ਕਾਫੀ ਮੈਚ ਪਏ ਨੇ। ਖਿਡਾਰੀ ਵੀਰਾਂ ਨੂੰ ਬੇਨਤੀ, ਸਮੇਂ ਨੂੰ ਧਿਆਨ ਚ ਰੱਖ ਕੇ ਜਲਦੀ ਗਰਾਊਂਡ ਪਹੁੰਚਿਆ ਕਰੋ, ਘੰਟਾ ਘੰਟਾ ਹਾਕਾ ਮਾਰੀ ਜਾਂਦੇ ਆ। ਚਲੋ ਜੇ ਟੀਮ ਨਹੀਂ ਪਹੁੰਚਦੀ ਤਾਂ ਸਕਰੈਚ ਕੀਤੀ ਜਾਊਗੀ। ਅੱਗੇ ਤੋਂ ਸਾਡਾ ਇਹ ਹੁਕਮ ਹੈ ਕਮੇਟੀ ਦਾ ਵੀ ਜੇ ਚੱਲਦੇ ਮੈਚ ਟੀਮ ਪਹੁੰਚ ਗਈ ਠੀਕ ਆ, ਜੇ ਉਹਨੂੰ ਸਕਰੈਚ ਜਿਹੜੀ ਟੀਮ ਪਹੁੰਚ ਗਈ ਉਹਨੂੰ ਜੇਤੂ ਘਰ ਦੇਖ ਕੇ ਗਰਾਊਂਡ ਦੇ ਚਾਲੀ ਦਾ ਕਹਾਂਗੇ। ਅੱਜ ਕਿਸੇ ਟੀਮ ਦਾ ਕੋਈ ਇੰਤਜ਼ਾਰ ਨਹੀਂ ਕੀਤਾ ਜਾਵੇਗਾ, ਸਮਾਂ ਘੱਟ ਹੈ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਕਾਲਜਾਂ ਦੀ ਟੀਮ ਨੂੰ ਅੱਧੇ ਮਿੰਟ ਦਾ ਸਮਾਂ ਜੀ, ਨੋਟ ਕਰੋ। ਜੇਕਰ ਨਹੀਂ ਆਉਂਦੀ ਅੱਧੇ ਮਿੰਟ ਤੋਂ ਪਹਿਲਾਂ ਤਾਂ ਅਸੀਂ ਝੰਡਿਆਣੇ ਦੀ ਟੀਮ ਨੂੰ ਵਾਕਓਵਰ ਦੇ ਦੇਣਾ। ਇਹ ਡਿਸੀਜਨ ਪ੍ਰਬੰਧਕੀ ਕਮੇਟੀ ਦਾ ਹੈ। ਝੰਡਿਆਣੇ ਪਿੰਡ ਦੀ ਟੀਮ ਆ ਗਈ ਤੇ ਕਾਲੇ ਕਿਆਂ ਦੀ ਟੀਮ ਪੁੱਜੇ। ਨਾਲ ਹੀ ਆਗੜ ਤੇ ਰਾਮੂ ਵਾਲਾ, ਸੇਖਾ ਬਰਨਾਲਾ ਤੇ ਖੋਸਾ ਕੋਟਲਾ, ਤਲਵੰਡੀ ਮਾਲੀਆਂ ਤੇ ਮੋਗਾ ਅਕਾਲਸਰ, ਜਿੰਨੇ ਵੀ ਮੁਕਾਬਲੇ ਅਨਾਊਂਸ ਕੀਤੇ ਨੇ ਸਾਰੀਆਂ ਟੀਮਾਂ ਆਪਣੇ ਮੈਚਾਂ ਦੇ ਅਨੁਸਾਰ ਕਬੱਡੀ ਦੇ ਮੈਦਾਨ ਦੇ ਲਾਗੇ ਪੁੱਜਣ। ਅੱਧੇ ਮਿੰਟ ਦਾ ਸਮਾਂ ਕਾਲੇ ਕਿਆਂ ਦੀ ਟੀਮ ਨੂੰ ਹੈ। ਅੱਧੇ ਮਿੰਟ ਦਾ ਸਮਾਂ, ਕਾਲੇ ਕਿਆਂ ਦੀ ਟੀਮ ਪੁੱਜੇ। ਨਾਲ ਹੀ ਆਗੜ ਤੇ ਰਾਮੂ ਵਾਲਾ, ਸੇਖਾ ਬਰਨਾਲਾ ਤੇ ਖੋਸਾ ਕੋਟਲਾ, ਤਲਵੰਡੀ ਮਾਲੀਆਂ ਤੇ ਮੋਗਾ ਅਕਾਲਸਰ, ਸਕੂਰ ਤੇ ਮਾਰੋ, ਸਾਰੀਆਂ ਟੀਮਾਂ ਪੁੱਜਣ। ਮੇਰੀ ਬੇਨਤੀ ਹੈ, ਅਸੀਂ ਵਾਕਓਵਰ ਦੇਣ ਜਾ ਰਹੇ ਹਾਂ ਝੰਡਿਆਣੇ ਦੀ ਟੀਮ ਨੂੰ।
ਮੇਰੀ ਬੇਨਤੀ ਕਾਲੇਕਿਆਂ ਦੀ ਟੀਮ ਕਿਉਂ ਨਹੀਂ ਆ ਰਹੀ? ਅਸੀਂ ਕਿਸੇ ਵੀ ਟੀਮ ਨੂੰ ਜ਼ਿਆਦਾ ਆਵਾਜ਼ਾਂ ਨਹੀਂ ਮਾਰਨੀਆਂ, ਕਿਸੇ ਟੀਮ ਦੀ ਵੇਟ ਨਹੀਂ ਕੀਤੀ ਜਾਣੀ। ਇਹ ਪ੍ਰਬੰਧਕੀ ਕਮੇਟੀ ਦਾ ਜਿਹੜਾ ਫੈਸਲਾ ਹੈ, ਸੋ ਕਿਰਪਾ ਕਰਕੇ ਕਾਲੇਕਿਆਂ ਦੀ ਟੀਮ ਪੁੱਜੇ ਨਾਲ ਹੀ ਆਕੜ ਤੇ ਰਾਮੂ ਵਾਲਾ। ਖਿਡਾਰੀ ਵੀਰ ਧਿਆਨ ਦੇਣ ਵੀ ਚੱਲਦੇ ਮੈਚ ਦੇ ਵਿੱਚ ਟੀਮਾਂ ਜਿਹੜੀਆਂ ਪੁੱਜਣੀਆਂ ਜ਼ਰੂਰੀ ਨੇ। ਚੱਲਦੇ ਮੈਚ ਦੇ ਵਿੱਚ ਅਗਲੇ ਮੈਚਾਂ ਦੀਆਂ ਟੀਮਾਂ ਆਕੜ ਤੇ ਰਾਮੂ ਵਾਲਾ, ਦੋਨੋਂ ਟੀਮਾਂ ਨੂੰ ਮੇਰੀ ਬੇਨਤੀ ਆ ਵੀ ਖੇਡ ਮੈਦਾਨ ਦੇ ਵੇਟਿੰਗ ਰੂਮ ਦੇ ਵਿੱਚ ਬੈਠ ਜਾਣ, ਆ ਕੇ ਆਕੜ ਤੇ ਰਾਮੂ ਵਾਲਾ, ਸੇਖਾ ਬਰਨਾਲਾ ਤੇ ਖੋਸਾ ਕੋਟਲਾ ਤਲਵੰਡੀ ਮੱਲੀ ਅਤੇ ਮੋਗਾ ਅਕਾਲਸਰ ਦੀ ਟੀਮ ਨੂੰ ਜੋ ਅਗਲੇਰੇ ਮੈਚਾਂ ਲਈ ਸੱਦੇ ਦਿੱਤੇ ਜਾ ਰਹੇ ਨੇ। ਅਗਲਾ ਮੈਚ ਆਕੜ ਤੇ ਰਾਮੂ ਵਾਲੇ ਦੀ ਟੀਮ ਦਾ ਖੇਡਿਆ ਜਾਣਾ ਹੈ। ਆਕੜ ਤੇ ਰਾਮੂ ਵਾਲਾ ਦੋਨੋਂ ਟੀਮਾਂ ਜਿਹੜੀਆਂ ਅਗਲੇ ਮੈਚ ਦੀਆਂ, ਕਿਰਪਾ ਕਰਕੇ ਵੇਟਿੰਗ ਰੂਮ ਦੇ ਲਾ ਕੇ ਪੁੱਜਣ। ਝਾਂਡਿਆਣਾ ਤੇ ਕਾਲੇ ਕੀ ਦੋਨੋਂ ਟੀਮਾਂ ਆ ਗਈਆਂ ਨੇ। ਅਜਮੇਰ ਸਿੰਘ ਜੀ ਮਾਰੋ ਜੀ ਵਿਸਲਾ, ਆਪਾਂ ਮੈਚ ਜਿਹੜਾ ਸ਼ੁਰੂ ਕਰਵਾ ਦਈਏ। ਬਹੁਤ ਹੀ ਤਕੜਾ ਮੈਚ, ਕਬੱਡੀ 70 ਕਿਲੋ ਭਾਰ ਜਾਣੀ ਕਿ 155 ਪਾਉਂਡ ਦਾ ਖੇਡਿਆ ਜਾ ਰਿਹਾ ਹੈ। ਸਟੇਜ ਵਾਲੇ ਪਾਸੇ ਟੀਮ ਜਿਹੜੀ ਕਾਲੇਕੇ ਪਿੰਡ ਦੀ ਹੈ, ਔਰ ਉਧਰਲੇ ਪਾਸੇ ਟੀਮ ਜਿਹੜੀ ਝਾਂਡਿਆਣੇ ਪਿੰਡ ਦੀ। ਮੈਚ ਬਹੁਤ ਹੀ ਤਕੜਾ ਕਿ ਆ ਗਏ ਨੇ ਖਿਡਾਰੀ, ਦੇਖੋ ਖਿੱਚ ਕੇ ਤਿਆਰੀਆਂ ਮਿਹਨਤਾਂ ਦੇ ਨਾਲ ਕਿਵੇਂ ਵਾਢੀਆਂ ਸ਼ਿੰਗਾਰੀਆਂ। ਲਾਗੂਗਾ ਮੈਦਾਨ ਵਿੱਚ ਜ਼ੋਰ, ਚੋਟੀ ਆਡੀ ਦਾ ਕਾਡੀ ਤੋਂ ਹੀਰਾ ਬਣਦੇ ਜਿਹਨੂੰ ਲੱਗਦੇ ਇਸ਼ਕ ਕਬੱਡੀ ਦਾ, ਕਾਡੀ ਤੋਂ ਹੀਰਾ ਬਣਦੇ ਜਿਹਨੂੰ ਲੱਗਦੇ ਇਸ਼ਕ ਕਬੱਡੀ ਦਾ। ਪਹਿਲੀ ਕਬੱਡੀ ਕਿਸ ਖਿਡਾਰੀ ਦੇ ਹਿੱਸੇ ਆਈ, ਲਓ ਪੂਰੀ ਤਿਆਰੀ ਕਰਦਾ ਹੋਇਆ ਨੌਜਵਾਨ ਅਮਰਜੀਤ ਸਿੰਘ ਝਾਂਡਿਆਣੇ ਪਿੰਡ ਦਾ, ਵਧਿਆ ਕਬੱਡੀ ਪਾਉਣ ਦੇ ਲਈ। ਤਿੰਨ ਜਾਫੀ ਕਾਲੇ ਕੇ ਪਿੰਡ ਦੇ, ਲਓ ਵੇਖੋ ਸਾਹਮਣੇ ਪਹਿਲੀ ਚੋਰੀ ਤੇ ਪਹਿਲਾ ਫਾਹਾ, ਕਬੱਗੀ ਤਿੱਤਰੀ ਕਮਾਦੋ ਨਿਕਲੀ, ਉੜਦੀ ਨੂੰ ਬਾਅਦ ਪੈ ਗਿਆ। ਕਾਲੇ ਕੇ ਪਿੰਡ ਦਾ ਨੌਜਵਾਨ ਗੱਭਰੂ ਪਹਿਲਾ ਡੇਢ ਅੰਕ ਆਪਣੀ ਟੀਮ ਦੇ ਹਿੱਸੇ ਜੋੜਦਾ। ਚੱਲ ਵੀ ਗੱਭਰੂਆ ਪਾ ਵੀ ਕਬੱਡੀ ਨੌਜਵਾਨ। ਹੈਲੋ ਬਾਰਦ ਸਪਰੇ ਜਿਹੜੀ ਪਹੁੰਚਾ ਦਿੱਤੀ ਜਾਵੇ, ਬੇਨਤੀ ਹੈ ਸਾਡੇ ਪ੍ਰਬੰਧਕਾਂ ਨੂੰ। ਮੈਦਾਨ ਦੇ ਵਿੱਚ ਅਗਲਾ ਮੈਚ ਜਿਹੜਾ ਆਕੜ ਤੇ ਰਾਮੂ ਵਾਲੇ ਦੀ ਟੀਮ ਦਾ, ਜਲਦ ਹੀ ਇਧਰਲੇ ਪਾਸੇ ਪਹਿਲੀ ਕਬੱਡੀ। ਮੇਰੇ ਵੀਰੇ ਜੱਦੀ ਪਿੰਡ ਮਾੜੀ ਹੈ ਦਾਰਾ ਨਾਮ ਹੈ ਇਸ ਖਿਡਾਰੀ ਦਾ, ਤੇਜਾ ਸਿੰਘ ਦਾ ਪੁੱਤਰ ਕਬੱਡੀ ਪਾ ਰਿਹਾ ਖੇਡ ਕਬੱਡੀ ਮੈਦਾਨ ਦੇ ਵਿੱਚ ਦਾਰਾ ਮਾੜੀ ਦੀ ਧਰਤੀ ਦਾ। ਲਾਓ ਦੂਸਰੇ ਪਾਸੇ ਜਾਫੀ ਦੇ ਨਾਲ ਕਰ ਮੁਕਾਬਲਾ, ਦਾਰਾ ਮਾੜੀ ਪਿੰਡ ਦਾ ਲੱਖਾ ਜਿਹਾ ਅੰਕ ਜੋੜਦਾ। ਅਗਲਾ ਮੈਚ ਜਿਹੜਾ ਆਗੜ ਤੇ ਰਾਮੂ ਵਾਲੇ ਦੀ ਟੀਮ ਦਾ, ਦੋਨੋਂ ਟੀਮਾਂ ਕਬੱਡੀ ਦੇ ਮੈਦਾਨ ਦੇ ਲਾਗੇ ਪੁੱਜਣ, ਨਾਲ ਹੀ ਸੇਖਾ ਬਰਨਾਲਾ ਤੇ ਖੋਸਾ ਕੋਟਲਾ। ਲਾਓ ਸਾਹਮਣੇ ਪਾਈ ਹੋਈ ਕਬੱਡੀ ਨੌਜਵਾਨ ਭਾਵੀ ਗੱਭਰੂ ਦੀ। ਤਿੰਨ ਜਾਫੀ ਨੇ ਕਾਲੇ ਕੇ ਪਿੰਡ ਦੇ, ਕਿ ਨੰਗੇ ਪਿੰਡੇ ਤੇ ਜਵਾਨੀ ਚਮਕਦੀ ਹੈ ਜੈਸੇ ਚਮਕਦਾ ਸੋਨਾ ਸੁਨਿਆਰਦਾ ਜੀ, ਅੱਜ ਵਿੱਚ ਮੈਦਾਨ ਦੇ ਹੈ ਪਤਾ ਲੱਗੂ ਕਿਹੜਾ ਜਿੱਤਦਾ ਤੇ ਕਿਹੜਾ ਹਾਰਦਾ ਜੀ। ਸੀਰਾ ਕਾਲੇ ਕੇ ਪਿੰਡ ਦਾ ਦੁਨੀਆ ਭਰ ਦਾ ਪ੍ਰਸਿੱਧ ਜਾਫੀ ਹੈ। ਲਾਓ ਫੜਿਆ ਗੁੱਟ, ਘੇਰਨ ਦੀ ਪੂਰੀ ਕੋਸ਼ਿਸ਼ ਕੀਤੀ, ਵੇਖੋ ਸਾਹਮਣੇ ਨੌਜਵਾਨ ਗੱਭਰੂ ਅਮਰਜੀਤ ਸਿੰਘ ਝਾਂਡਿਆਣੇ ਪਿੰਡ ਦਾ ਲੱਖਾ ਵਰਗਾ ਅੰਕ ਐਡਜਸਟ ਕਰਦਾ ਆਪਣੀ ਟੀਮ ਦੇ ਲਈ। ਵੱਡੀਆਂ ਰੌਣਕਾਂ ਨੇ, 70 ਫੁੱਟ ਦੇ ਗੋਲ ਜਿਹੇ ਦਾਰੇ ਲਾ ਕੇ ਬੈਠੇ ਸਾਡੇ ਸਤਿਕਾਰਯੋਗ ਵੀਰ ਇਹਨਾਂ ਮੈਚਾਂ ਦਾ ਆਨੰਦ ਮਾ ਰਹੇ ਨੇ।
ਇਧਰਲੇ ਪਾਸੇ ਹੁਸਨ ਸਿੰਘ ਕਾਲੇ ਕੇ ਪਿੰਡ ਦਾ ਥੋੜਾ ਝੁਕਿਆ, ਮਨ ਦੇ ਵਿੱਚ ਸੋਚ ਤੇ ਵਿਚਾਰ ਕੀਤੀ ਕਿ ਸਜਾਫੀ ਨੂੰ ਟੱਚ ਕਰਾਂ, ਕਦੇ ਸੱਜੀ ਕੰਨੀ ਚੜਦਾ ਕਦੇ ਖੱਬੀ ਕੰਨੀ। ਇਧਰ ਵੇਖੋ ਸਾਹਮਣੇ ਹੁਸਨ ਸਿੰਘ ਕਾਲੇ ਕੇ ਪਿੰਡ ਦਾ ਗੱਭਰੂ ਪੁਆਇੰਟ ਜੋੜਦਾ ਆਪਣੀ ਟੀਮ ਦੇ ਲਈ। ਆਗੜ ਤੇ ਰਾਮੂਵਾਲ ਦੀ ਟੀਮ ਨੂੰ ਮੇਰੀ ਬੇਨਤੀ ਹੈ, ਦੋਨੋਂ ਟੀਮਾਂ ਜਿਹੜੀਆਂ ਕਬੱਡੀ ਦੇ ਮੈਦਾਨ ਦੇ ਲਾਗੇ ਪੁੱਜਣ, ਇਸੇ ਦੇ ਨਾਲ ਹੀ ਸੇਖਾ ਬਰਨਾਲਾ ਤੇ ਖੋਸਾ ਕੋਟਲਾ ਅੱਜ ਦੇ ਦਿਨ ਦਾ ਇਹ ਖੇਡ ਮੇਲਾ ਜਿਹੜਾ ਪੂਰੇ ਵਰਲਡ ਦੇ ਵਿੱਚ ਲਾਈਵ ਟੈਲੀਕਾਸਟ ਕੀਤਾ ਜਾ ਰਿਹਾ, ਪੰਜਾਬ ਲਾਈਵ ਵਰਲਡ .com ਦੇ ਜ਼ਰੀਏ ਪੂਰੇ ਵਰਲਡ ਦੇ ਵਿੱਚ ਦੇਖਿਆ ਜਾ ਰਿਹਾ। ਲਓ ਇਧਰਲੇ ਪਾਸੇ ਬਾਰਾ ਮਾੜੀ ਪਿੰਡ ਦਾ ਸਰਦਾਰ ਤੇਜਾ ਸਿੰਘ ਦਾ ਪੁੱਤਰ ਨੂੰ ਮਾਣ ਹੈ ਆਪਣੇ ਪੁੱਤਰ ਤੇ। ਲਓ ਬਾਰਾ ਮਾੜੀ ਦੀ ਧਰਤੀ ਦਾ ਚਾਰ ਜਾਫੀ ਬੁਰਜੀਆਂ ਵਰਗੇ ਝਾਂਡੇ ਵਾਲੇ ਪਿੰਡ ਦੇ ਕਾਲ ਗਿੱਟਾ ਫੜਦਾ ਕਾਲ ਲੱਤੀ ਲੱਗਦਾ, ਵੇਖੋ ਸਾਹਮਣੇ ਇੱਕ ਜ਼ੋਰ ਦੇ ਨਾਲ ਬਾਰਾ ਮਾੜੀ ਪਿੰਡ ਦਾ ਵੈਟ ਜੋੜਦਾ ਨਾਊਨ ਗੱਭਰੂ ਆਪਣੀ ਟੀਮ ਦੇ ਲਈ। ਇਹ ਸੀ ਗੱਭਰੂ ਮਾੜੀ ਪਿੰਡ ਵਾਲਾ ਦਾਰਾ। ਔਰ ਦਾਰਾ ਜੀਤਾ ਜਦੋਂ ਵੀ ਪਾਉਂਦੇ ਨੇ ਕਬੱਡੀਆਂ, ਲੋਕਾਂ ਦੀਆਂ ਜਾਣ ਯਾਰੋ ਅੱਖਾਂ ਗੱਡੀਆਂ, ਪਾਉਂਦੇ ਯਾਰੋ ਹੱਸ ਹੱਸ ਦਾਰਾ ਗੋਰਾ, ਜਦੋਂ ਵੀ ਕਬੱਡੀਆਂ ਲੋਕਾਂ ਦੀਆਂ ਜਾਣ ਉਦੋਂ ਅੱਖਾਂ ਅੱਡੀਆਂ, ਮਾਰਦੇ ਕਬੱਡੀ ਵਿੱਚ ਮੱਲਾਂ ਵੱਡੀਆਂ, ਮਿਹਨਤ ਖਿਡਾਰੀਆਂ ਨੂੰ ਅਲਟੇ ਸਪਾਰੀਆਂ ਬੁਲਟੇ ਗੱਡੀਆਂ। ਮਤਲਬ ਮਾੜੀ ਵਾਲਾ ਦਾਰਾ ਜਦੋਂ ਪਾਉਂਦਾ ਇੱਕ ਵੱਡੀਆਂ, ਲੋਕਾਂ ਦੀਆਂ ਜਾਣ ਉਦੋਂ ਅੱਖਾਂ ਅੱਡੀਆਂ। ਜਿੱਥੋਂ ਦਾ ਸਿਕੰਦਰ ਮਸ਼ਹੂਰ ਹੈ, ਗੁਰਜੀਤ ਸਿੰਘ ਮਸ਼ਹੂਰ ਹੈ, ਕੱਲ ਮਾੜੀ ਦੀ ਧਰਤੀ ਤੇ ਪਰਸੋਂ ਬਹੁਤ ਵੱਡਾ ਕਬੱਡੀ ਕੱਪ ਹੋਇਆ ਜੀ, ਔਰ ਬੜੇ ਵਧੀਆ ਮੈਚ ਹੋਏ, ਜਿੱਥੇ ਆਲਮਈਏ ਬੂਟੇ ਦਾ ਵਿਸ਼ੇਸ਼ ਸਨਮਾਨ ਹੋਇਆ ਜੀ, ਉੱਥੇ ਦੱਸਦੇ ਵੱਡੇ ਮਾਣ ਕੀਤੇ ਗਏ ਨੇ। ਔਰ ਦੱਸਦੇ ਅਗਲੀ ਕਬੱਡੀ ਕਾਲੇ ਕੇ ਪਿੰਡ ਵਾਲਾ ਹੁਸਨ ਸਿੰਘ ਖਾਲਸਾ ਮੁੰਡੇ ਨੇ ਸਿੱਖੀ ਵੀ ਸਾਂਭੀ ਹੈ ਤੇ ਕਬੱਡੀ ਵੀ ਸਾਂਭੀ, ਅੱਗੇ ਵੱਧ ਕੇ ਕਬੱਡੀ ਪਾ ਰਹੇ ਕਾਲੇ ਕੇ ਪਿੰਡ। ਔਰ ਸਾਹਮਣੇ ਦੇਖਦਾ ਵੀ ਚਾਰ ਵੀਰਾਂ ਤੇ ਬੋਲਦਾ ਦਾ ਤਾਵਾ, ਮੁੰਡੇ ਨੇ ਸਿੱਖੀ ਸਾਂਭੀ ਪਰ ਅਜਮੇਰ ਸਰ ਨਹੀਂ ਮੰਨਦਾ, ਕਹਿੰਦਾ ਵੀ ਅੰਕ ਧਾਵੀ ਦੇ ਸੇ ਅੰਕ ਕਾਲੇ ਕਾਲਾ, ਹੁਸਨ ਸਿੰਘ ਖਾਲਸਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ। ਆਗੜ ਤੇ ਰਾਮੂਵਾਲਾ ਦੋਨੋਂ ਟੀਮਾਂ ਜਿਹੜੀਆਂ ਵੇਟਿੰਗ ਰੂਮ ਦੇ ਲਾ ਕੇ ਪੁੱਜਣ ਅਗਲੇ ਮੈਚ ਦੀਆਂ। ਆਗੜ ਤੇ ਰਾਮੂਵਾਲਾ, ਸੇਖਾ ਬਰਨਾਲਾ ਤੇ ਖੋਸਾ ਕੋਟਲਾ ਚੱਲਦੇ ਮੈਚ ਦੇ ਵਿੱਚ ਦੋਨੋਂ ਟੀਮਾਂ ਅਗਲੇ ਮੈਚ ਦੀਆਂ ਪੁੱਜਣੀਆਂ ਜ਼ਰੂਰੀ ਨੇ। ਆਗੜ ਤੇ ਰਾਮੂਵਾਲ ਦੀ ਟੀਮ ਨੂੰ ਮੇਰੀ ਬੇਨਤੀ ਅਗਲੇ ਮੁਕਾਬਲੇ ਦੀਆਂ। ਇਸੇ ਦੇ ਨਾਲ ਹੀ ਸੇਖਾ ਬਰਨਾਲਾ ਤੇ ਖੋਸਾ ਕੋਟਲਾ ਅਗਲੇ ਜਿਹੜੇ ਮੁਕਾਬਲੇ ਖੇਡੇ ਜਾਣਗੇ। ਗੱਬਰ ਸਾਹਿਬ ਸਰਬੱਤ ਸਿਰ ਸਿੱਟ ਕਰਦੇ ਆਵਾਜ਼ ਜਿਹੜੀ ਖੋਲਦੇ ਮੇਰੇ ਵੀਰ, ਬਹੁਤ ਬਹੁਤ ਧੰਨਵਾਦ ਹੈ ਗੱਬਰ ਸਾਹਿਬ ਸਰਬੱਤ ਸੁਪਰੀਆ ਵਾਲਾ। ਇਧਰਲੇ ਪਾਸੇ ਬਾਰਾ ਸਿੰਘ ਮਾੜੀ ਪਿੰਡ ਦਾ ਕਬੱਡੀ ਪਾੜ ਦੇ ਲਈ ਵਧਿਆ ਚਾਰ ਜਾਫੀ ਤੇ ਆਖੇ ਮਾੜੀ ਵਾਲਾ ਭੱਟੀ, ਚੰਗੀ ਹੁੰਦੀ ਹੈ ਚੁਪਵੱਟੀ, ਗੱਲ ਦਾ ਖੇੜਾ ਛੱਡੀ ਦਾ ਬਾ ਜਿੰਨੇ ਸਤਿਕਾਰ ਕਰੋ ਇਸ ਖੇਡ ਕਬੱਡੀ ਦਾ, ਬਾ ਜਿੰਨਾ ਸਤਿਕਾਰ ਕਰੋ ਇਸ ਖੇਡ ਕਬੱਡੀ ਦਾ। ਖੇਡ ਕਬੱਡੀ ਮੈਦਾਨ ਦੇ ਵਿੱਚ ਬਹੁਤ ਤਕੜਾ ਪੁਆਇੰਟ ਜੋੜਦਾ ਦਾਰਾ ਮਾੜੀ ਦੀ ਧਰਤੀ ਦਾ। ਇਧਰਲੇ ਪਾਸੇ ਝਾਂਡਿਆਂ ਦੇ ਪਿੰਡ ਦੇ ਅਮਰਜੀਤ ਸਿੰਘ ਦੀ ਕਬੱਡੀ ਦੇ ਨਾਲ ਆਪਾਂ ਫਿਰ ਜੁੜਦੇ ਹਾਂ। ਇਹਨਾਂ ਜਾਫੀਆਂ ਦੇ ਉੱਪਰ ਧਾਵਾ ਬੋਲਿਆ, ਧਾਵੇ ਨੂੰ ਕਾਂਗ ਠੱਲ ਪਾਉਣ ਦੀ ਕੋਸ਼ਿਸ਼ ਕਰਦਾ, ਸਮਾਂ ਦੱਸੇਗਾ ਸਮੇਂ ਦੀਆਂ ਬਾਤਾਂ ਨੇ। ਵੇਖੋ ਸਾਹਮਣੇ ਤਿੰਨ ਜਾਫੀ ਕਾਲੇ ਕੇ ਪਿੰਡ ਦੇ, ਕਾਂਗ ਵੱਧ ਕੇ ਮਾਰਦਾ ਹੈ ਜੱਫਾ, ਇਹ ਸਮੇਂ ਦੀਆਂ ਬਾਤਾਂ ਨੇ। ਕਬੱਡੀ ਦੀ ਅਗਰ ਸੱਜਣਾ ਦੀ ਕੁਝ ਪਲ ਬੀਤੇ, ਵੇਖੋ ਸਾਹਮਣੇ ਕਾਲੇ ਕੇ ਪਿੰਡ ਦਾ ਗੱਭਰੂ ਪੂਰੀ ਕੋਸ਼ਿਸ਼ ਕਰਦਾ, ਬਾਜੀ ਧਾਲ ਉਖੜੇ ਪੈਰ, ਵੇਖੋ ਸਾਹਮਣੇ ਉੜਦੀ ਮਾਮਟੀ ਦੀ ਟੀਮ ਦੇ ਵਿੱਚ ਆਹ ਤਾਂ ਪਟਾਕੇ ਵੇਖ ਲਾ ਬੂਟਾ ਸਵਾਏ ਪੈਂਦੇ ਜਿਵੇਂ ਛੜਾਂ ਦੇ ਘਰੇ ਨਾ ਪੈਂਦਾ।
ਸਾਰੇ ਦੁੱਖ ਭੁੱਲ ਜਾਣਗੇ, ਨਹੀਂ ਉਹ ਭੁੱਲਣਾ ਚਪੇੜਾ ਮੈਨੂੰ ਤੇਰਾ, ਸਾਰੇ ਦੁੱਖ ਭੁੱਲ ਜਾਣਗੇ। ਖੜਕਾ ਬਹੁਤ ਪਿਆ ਨਾ, ਜੇ ਮੇਰੇ ਵਰਗੇ ਮਾੜੇ ਬੰਦੇ ਦੇ ਵੱਜਦਾ ਨਾ ਸਾਨੂੰ ਡਿੱਗ ਪੈਣਾ ਸੀ ਦੌਰਾ ਪੈ ਕੇ, ਸਾਨੂੰ 108 ਨੰਬਰ ਡਾਇਲ ਕਰਨਾ ਪੈਣਾ ਸੀਗਾ, ਕਿਉਂਕਿ ਸਰਕਾਰ ਨੇ ਸਹੂਲਤ ਅਸੀਂ ਮੌਕੇ ਦਿੱਤੀ ਹੈ। ਸਮੇਂ ਦੀ ਗੱਲ ਆ, ਇਹ ਸੀ ਮੁੰਡਾ ਪੰਮਾ ਕਾਲੇ ਕੇ ਪਿੰਡ ਵਾਲਾ, ਜਿਹਨੇ ਜੱਫਾ ਲਾ ਕੇ ਅੰਕ ਆਪਣੀ ਟੀਮ ਦੇ ਹਿੱਸੇ ਜੁੜਾਏ। ਆਹ ਬੱਬੀ ਜੀ ਮੁੰਡਾ ਹੁਸਨ ਸਿੰਘ ਹੈ ਜਿਹੜਾ ਕਬੱਡੀ ਪਾ ਰਿਹਾ ਹੈ, ਕਾਲੇ ਕੇ ਪਿੰਡ ਵਾਲਾ, ਬਹੁਤ ਹੀ ਤੇਜ਼ ਤਰਾਕ ਹੈ, ਚੁਸਤੀ ਫੁਰਤੀ ਦਾ ਮਾਲਕ ਹੈ। ਵੈਸੇ ਕਬੱਡੀ ਚੁਸਤੀ ਫੁਰਤੀ ਦੀ ਹੈ, ਫੁਰਤੀ ਦਾ ਕੰਮ ਖੇਡ ਕਬੱਡੀ, ਭਿਰਲਾ ਝੋਟੇ ਦਾ ਸੀਧਾਰੇ ਦੀ ਕੁਸ਼ਤੀ, ਪੱਕਾ ਸਾਧ ਲੰਗੋਟੇ ਦਾ, ਤੰਦਰੁਸਤੀ ਦਾ ਮੇਲਾ, ਮੇਲਾ ਨਹੀਂ ਦੀਵਾਰਾਂ ਦਾ, ਤੂੰ ਮੇਲੀ ਬਣ ਕੇ ਵੇਖ ਸੋਹਣਿਆ ਮੇਲਾ ਯਾਰਾਂ ਦਾ। ਕਹਿੰਦੇ ਤੰਦਰੁਸਤ ਨੂੰ ਮੇਲਾ ਚੰਗਾ ਲੱਗਦਾ, ਕਲੇਰ ਸਾਹਿਬ ਮਾਰੇ ਬੰਦੇ ਬਿਮਾਰ ਬੰਦੇ ਨੂੰ ਮੇਲਾ ਚੰਗਾ ਨਹੀਂ ਲੱਗਦਾ, ਤੰਦਰੁਸਤ ਨੂੰ ਨਹੀਂ ਹਮਦਰਦੀ ਰੋਗੀ ਨਾ, ਤੇ ਗੱਲ ਮਖੌਲ ਚ ਆ ਕੇ ਕਰਦਾ ਕੋਰ ਬਿਮਾਰਾਂ, ਲੰਘੇ ਆਣੀਆਂ ਛਿੰਦਿਆ ਸਾਹਾਂ ਨਾਲ ਸਕੀਰੀਆਂ, ਉਹ ਜਦਸਾ ਮੁੱਗੇ ਤਾਂ ਡੋਲੀ ਲੈਣੀ ਚੱਕ ਹਾਰਾਂ, ਜਦਸਾ ਮੁੱਗੇ ਤਾਂ ਡੋਲੀ ਲੈਣੀ ਚੱਕ ਹਾਰਾਂ, ਸਾਹਾਂ ਨਾਲ ਮੇਲੇ ਸਾਹਾਂ ਨਾਲ ਸਕੀਰੀਆਂ। ਇਹ ਮੁੰਡਾ ਬੱਬੂ ਸੀਗਾ ਜਿਹਨੇ ਕਾਲੇ ਕੇ ਪਿੰਡ ਵਾਲੇ ਨੇ ਜਫਾ ਲਾ ਕੇ ਅੰਕ ਆਪਣੀ ਟੀਮ ਦੇ ਹਿੱਸੇ ਜੁੜਾਏ। ਅਗਲੀ ਗੱਲ ਮੈਂ ਤਬੂਤਾ ਜੀ, ਆਗੁਰ ਤੇ ਰਾਮੂਵਾਲ ਦੀ ਟੀਮ ਖੇਡ ਕਬੱਡੀ ਮੈਦਾਨ ਦੇ ਵੇਟਿੰਗ ਰੂਮ ਦੇ ਲਾਗੇ ਪੁੱਜਣ। ਅਗਲਾ ਜਿਹੜਾ ਮੈਚ ਖੇਡਿਆ ਜਾਣਾ ਹੈ, ਸ਼ੇਖਾ ਬਰਨਾਲਾ ਤੇ ਫਿਰੋਜ਼ਸ਼ਾਹ ਕੋਟਲੇ ਦੀ ਟੀਮ ਪੁੱਜੇ, ਜਿਹਨੇ ਵੀ ਮੁਕਾਬਲੇ ਅਨਾਊਂਸ ਕੀਤੇ, ਸਾਰੀਆਂ ਟੀਮਾਂ ਆਪਣੇ ਮੈਚਾਂ ਦੇ ਅਨੁਸਾਰ ਖੇਡ ਕਬੱਡੀ ਮੈਦਾਨ ਦੇ ਲਾਗੇ ਪੁੱਜਣ। ਇਧਰਲੇ ਪਾਸੇ ਠੰਡੇ ਠਾਰ ਪਾਣੀ ਦੀ ਭਰੀ ਹੋਈ ਕੁੱਟ, ਵਾਧੇ ਕਬੱਡੀ ਪਾਵ ਦੇ ਲਈ ਕਿ ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ, ਮੁੰਡਾ ਪਿੰਡ ਦਾ ਸੀ ਸ਼ਹਿਰ ਜਾ ਕੇ ਸ਼ਹਿਰੀ ਹੋ ਗਿਆ। ਯਾਦ ਰੱਖਦਾ ਵਿਸਾਖੀ, ਉਹਨੇ ਵੇਖਿਆ ਹੁੰਦਾ ਦੇ ਰੰਗ ਕਣਕਾਂ ਦਾ, ਹਰੇ ਤੇ ਸੁਨਹਿਰੀ ਹੋ ਗਿਆ, ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ। ਇਧਰਲੇ ਪਾਸੇ ਜਾਫੀ ਕਾਲੇ ਕੇ ਪਿੰਡ ਦਾ ਬਾਰੋ ਤਾੜੀਆਂ ਨਹੀਂ ਉਹ ਰਿੱਸਾ, ਕਿ ਆਓ ਜਾਫੀ ਨੇ ਭਾਵੀ ਨੂੰ ਬਾਹਾਂ ਵਿੱਚ ਜਕੜ ਲਿਆ, ਜਿਵੇਂ ਸ਼ੇਰ ਨੇ ਚੁੰਗੀ ਆ ਭਾਰਤੀ ਮਿਰਗ ਨੂੰ ਪਕੜ ਲਿਆ। ਹੋ ਕੇ ਦੇਖੋ ਦਰਸ਼ਕ, ਬਾਬਾ ਭਾਰ ਕਬੱਡੀ ਨੂੰ ਜੋਗਾ ਜੁਗਾ ਤੋਂ ਕਰਨ ਪੰਜਾਬੀ, ਪਿਆਰ ਕਬੱਡੀ ਨੂੰ ਜੋਗਾ ਜੁਗਾ ਤੋਂ ਕਰਨ ਪੰਜਾਬੀ, ਪਿਆਰ ਕਬੱਡੀ ਨੂੰ ਪੰਜਾਬੀਆਂ ਦੇ ਨਾਲ ਨਾ ਪਿਆਰ ਇਹਨਾਂ ਸਾਡੇ ਸਤਿਕਾਰ ਦੇ ਵੀਰਾਂ ਦਾ। ਇਧਰਲੇ ਪਾਸੇ ਚਾਰਜੀ ਜੀ ਵਰੇਸ ਦਾ ਮੁਸ਼ਫਟ ਗੱਭਰੂ, ਵੀਹ ਕੁ ਸਾਲਾਂ ਦੀ ਉਮਰ ਹੈ, ਆਪਾਂ ਅੰਦਾਜ਼ਾ ਲਗਾਈਏ ਕਾਲੇ ਕੇ ਪਿੰਡ ਦਾ ਹੁਸਨ ਸਿੰਘ। ਵੇਖੋ ਸਾਹਮਣੇ ਜਾਫੀ ਨੇ ਪੂਰੀ ਕੋਸ਼ਿਸ਼ ਕੀਤੀ, ਫੜੇ ਗੁੱਟ ਛੱਡੀ ਕੈਂਚੀ, ਵੇਖੋ ਸਾਹਮਣੇ ਨੌਜਵਾਨ ਗੱਭਰੂ ਹੁਸਨ ਸਿੰਘ ਕਾਲੇ ਕੇ ਪਿੰਡ ਦਾ, ਬਹੁਤ ਤਗੜਾ ਪੁਆੜ ਜੋੜਦਾ ਆਪਣੀ ਟੀਮ ਦੇ ਲਈ। ਇਧਰਲੇ ਪਾਸੇ ਝੰਡਿਆਣੇ ਪਿੰਡ ਦਾ ਅਮਰਜੀਤ ਸਿੰਘ ਵਾਧੇ ਹੈ ਕਬੱਡੀ ਪਾਉਣ ਦੇ ਲਈ। ਆਗੜ ਤੇ ਰਾਮੂਵਾਲਾ ਦੋਨੋਂ ਟੀਮਾਂ ਪੁੱਜਣ ਅਗਲੇ ਮੁਕਾਬਲੇ ਦੀ ਆ। ਨਾਲ ਹੀ ਮੇਰੀ ਬੇਨਤੀ ਸੇਖਾ ਬਰਨਾਲਾ ਤੇ ਕੋਸਾ ਕੋਟਲਾ, ਸੀਰਾ ਕਾਲੇ ਕੇ ਪਿੰਡ ਦਾ ਫੜਿਆ ਗੁੱਟ ਛੱਡੀ ਕੈਂਚੀ, ਨਾਲੇ ਰੀਸਾ ਮਾਰ ਦੋ ਤਾੜੀਆਂ ਦਰਸ਼ੀਰ। ਪਰ ਇਧਰਲੇ ਪਾਸੇ ਅਮਰਜੀਤ ਸਿੰਘ ਚੁੰਗੀ ਆ ਭਰਦਾ ਸਿੱਧ ਦੀ ਘੋੜੀ ਵਰਗਾ ਗੱਭਰੂ, ਝਾਂਡੇਵਾਲੇ ਪਿੰਡ ਦਾ ਲੱਖਾ ਵਰਗਾ ਅੰਗ ਐਡਜਸਟ ਕਰਦਾ ਆਪਣੀ ਟੀਮ ਦੇ ਲਈ। ਹਾਂਜੀ ਲਓ ਅਗਲੀ ਕਬੱਡੀ, ਫਿਰ ਮਾੜੀ ਪਿੰਡ ਵਾਲਾ ਗੱਭਰੂ, ਜੱਦੀ ਪਿੰਡ ਮਾੜੀ ਆ ਪਰ ਅੱਜ ਕਾਲੇ ਕੇ ਪਿੰਡ ਦੇ ਲਈ ਕਬੱਡੀ ਖੇਡ ਰਿਹਾ ਏ। ਕਈ ਵਾਰੀ ਸੋਚਦੇ ਭੁਲੇਖਾ ਪੈਂਦਾ ਵੀ ਟੀਮ ਕਾਲੇ ਕਿਆ ਦੀ ਮਾੜੀ ਮਾੜੀ ਕਰੀ ਜਾਂਦੇ ਆ, ਦੋ ਬੰਦੇ ਬਾਹਰੋਂ ਖੇਡਦੇ ਆ ਔਰ ਇੱਕ ਇੱਕ ਪਿੰਡ ਕਾਲੇ ਕਿਆ ਪਿੰਡ ਦੀ ਟੀਮ ਲਈ ਖੇਡਦਾ ਏ। ਜੱਦੀ ਪਿੰਡ ਭਾਵੇਂ ਮੁੰਡੇ ਦਾ ਮਾੜੀ ਆ, ਔਰ ਕਹਿੰਦੇ ਤੂਤਾ ਦੇ ਗੁਰਜੀਤ ਤੇ ਸਹਿਦੋਕਾਂ ਦੇ ਮੱਖਣ ਨੂੰ ਕੁੱਲ ਦੁਨੀਆਂ ਜਾਣਦੀ, ਯਾਰੋ ਤੁਰ ਜੋ ਭਾਵੇਂ ਉੱਤਰ ਤੇ ਦੱਖਣ ਨੂੰ, ਆ ਡਰੋਲੀ ਪਾਈ ਦਾ ਨੀਨਾ ਤੇ ਸਿਕੰਦਰ ਮਾੜੀ ਦਾ, ਕਾਲਵਾਂ ਦਾ ਪ੍ਰਵਾਨ ਤੇ ਕਾਕਾ ਕਾਰੀ ਸਾਰੀ ਦਾ, ਇਹਨੇ ਮਿੱਤਰੋ ਹੀਰੇ ਪੁੱਤ ਪੰਜਾਬ ਦੇ, ਤੱਤੀ ਵਾਣਾ ਲੱਗੇ ਬੰਤ ਬਲਾੜਾ ਖਿੜੇ ਰਹਿਣੇ ਫੁੱਲ ਗੁਲਾਬ ਦੇ, ਤੱਤੀ ਵਾਣਾ ਲੱਗੇ ਤੇ ਖਿੜੇ ਰਹਿਣੇ ਫੁੱਲ ਗੁਲਾਬ ਦੇ। ਪੰਜਾਬ ਦੀ ਜਵਾਨੀ
ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਇਹਨਾਂ ਖਿਡਾਰੀਆਂ ਨੂੰ, ਪੱਤੀ ਵਾਰ ਨਾ ਲੱਗੇ। ਔਰ ਇੱਕ ਬੇਨਤੀ ਵੀ, ਨਸ਼ਿਆਂ ਤੋਂ ਬਚਣ ਦੀ ਲੋੜ ਹੈ, ਜਵਾਨੀ ਨੂੰ ਸਾਂਭਣ ਦੀ ਲੋੜ ਹੈ। ਰੱਖ ਸਾਂਭ ਕੇ ਜਵਾਨੀ ਤੇਰੇ ਕੰਮ ਆਊਗੀ, ਚਿੱਠੀ ਖੰਨੇ ਚ ਦਵਿੰਦਰ ਆਪ ਰੰਗ ਆਊਗੀ। ਰੱਖ ਸਾਂਭ ਕੇ ਜਵਾਨੀ ਤੇਰੇ ਕੰਮ ਆਊਗੀ, ਸਾਂਭੀ ਹੋਈ ਜਵਾਨੀ ਨੇ ਕੰਮ ਦੇਣਾ ਹੈ, ਕੀਤੀ ਹੋਈ ਖੁਰਾਕ ਖਾਧੀ ਹੋਈ ਖੁਰਾਕ ਨੇ ਕੰਮ ਦੇਣਾ ਹੈ। ਆਇਆ ਸਖਤ ਮੁੰਡਾ ਸ਼ੀਰਾ, ਚਾਹੇ ਸੀਰੇ ਦੀ ਗੱਲ ਕਰਾਂ ਵੀ ਸੀਰੇ ਨਾਂ ਨੂੰ ਬਹੁਤ ਪ੍ਰਸਿੱਧੀ ਮਿਲੀ ਹੈ ਕਬੱਡੀ ਖੇਤਰ ਚ। ਪਹਿਲਾਂ ਕੀਤੀ ਕੀਤ ਨੇ ਗੱਲ ਵੀ ਐਤਕੀ ਵੇਲੇ ਪਿੱਛੋਂ ਵਾਲੇ ਸ਼ੀਰੇ ਨੇ ਮੋਟਰਸਾਈਕਲ ਜਿੱਤ ਕੇ ਰਿਕਾਰਡ ਕਾਇਮ ਕਰਤਾ ਹੈ। ਔਰ ਸ਼ੀਰੇ ਪਿੰਡਰਾਂ ਵਾਲੇ ਦਾ ਕਬੱਡੀ ਵਿੱਚ ਨਾਂ ਵੱਡਾ ਹੈ। ਸ਼ੀਰੇ ਕਹਿੰਦੇ ਬੁਗੀਪੁਰੀਆ ਦੀ ਗੱਲ ਆ, ਸੀਰੇ ਟੂਰ ਦੀ ਗੱਲ ਹੋਵੇ, ਔਰ ਸੀਰੇ ਨਾਂ ਦੇ ਕਬੱਡੀ ਖੇਤਰ ਨੂੰ ਬੜੀ ਪ੍ਰਸਿੱਧੀ ਮਿਲੀ ਆ। ਇਹ ਕਾਲੇ ਕੇ ਪਿੰਡ ਵਾਲਾ ਸੀਰਾ ਜੱਫਾ ਲਾ ਕੇ ਅੰਕ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਹੁਸਨ ਸਿੰਘ ਕਾਲੇ ਕੇ ਪਿੰਡ ਦਾ ਵਧੀਆ ਕਬੱਡੀ ਪਾਉਣ ਦੇ ਲਈ ਚਾਰ ਜਾਫੀ ਝਾਂਡੇ ਵਾਲੇ ਪਿੰਡ ਦੇ, ਕਿਹੜਾ ਗੱਭਰੂ ਵੱਧ ਕੇ ਮਾਰਦਾ ਜੱਫਾ, ਦੇਖੋ ਸਾਹਮਣੇ ਕਿ ਛੱਡਣੀ ਹੋਵੇ ਕਬੱਡੀ ਜੋ ਤੋਂ ਡਰ ਇਹ ਨਹੀਂ ਪਾਈ ਦਾ ਤੇ ਬਾਗ ਵੀ ਛੱਡਣਾ ਪੈਂਦਾ ਯਾਰ, ਉਹ ਨਿਗਰ ਜਾਈ ਦਾ ਜੇਠ ਹਾੜਦੀਆਂ ਧੁੱਪਾਂ ਦੀ ਸਹਿਣੀ ਪੈਂਦੀ ਹੈ ਸਰੀਰ ਉੱਤੇ ਮਾਰ ਮਿੱਤਰੋ, ਬੜਾ ਔਖਾ ਹੁੰਦਾ ਬਾਨਾ ਕਬੱਡੀ ਦਾ ਸਟਾਰ ਮਿੱਤਰੋ, ਬੜੀ ਘਾਲਣਾ ਘਾਲਣੀ ਪੈਂਦੀ, ਬੜੀ ਤਪੱਸਿਆ ਕਰਨੀ ਪੈਂਦੀ, ਲਹਿਰ ਦੀਆਂ ਪਲੜੀਆਂ ਤੇ ਭੱਜਣਾ ਪੈਂਦਾ, ਮਿਹਨਤ ਕਰਨੀਆਂ ਪੈਂਦੀ ਹੈ, ਕੋਚਾਂ ਦੀਆਂ ਮਾਰਾਂ ਸਹਿਣੀਆਂ ਪੈਂਦੀਆਂ ਤਾਂ ਕਿਤੇ ਜਾ ਕੇ ਕਬੱਡੀ ਦਾ ਸਟਾਰ ਬਣਿਆ ਜਾਂਦਾ। ਪਰ ਇਧਰਲੇ ਪਾਸੇ ਝਾੜਿਆਂ ਨੇ ਪਿੰਡ ਦਾ ਆਯੋਜਨ ਗਬਰੂ ਬਾਅਦ ਵਿੱਚ ਕਬੱਡੀ ਪਾਉਣ ਤੋਂ ਵੀ ਤਿੰਨ ਜਾਫੀ ਬੁਰਜੀਆਂ ਵਰਗੇ ਵੀ ਇਕੱਲੇ ਇਕੱਲੇ ਮੁੰਡੇ ਤੇ ਜਵਾਨੀ ਪੂਰੀ ਹੈ, ਇਕੱਲੇ ਇਕੱਲੇ ਇੱਕ ਚੁੰਗੀ ਬੁਰੀ ਹੈ, ਸਰੋਂ ਜਿਹੇ ਕੱਦ ਜਿਸੇ ਵੇ ਫਲਾ ਤੇ ਪਾੜ ਪਗੜੇ ਤੇ ਖੇਡਣ ਕਬੱਡੀ ਛੋੜੇ ਗਬਰੂ ਪੰਜਾਬ ਦੇ ਪਾਮਾ ਕਾਲੇ ਕੇ ਪਿੰਡ ਦਾ ਲਾ ਕੇ ਤਗੜਾ ਜਾਫਾ, ਇੱਕ ਅੰਕ ਦਾ ਵਾਅਦਾ ਕਰਦਾ ਆਪਣੀ ਟੀਮ ਦੇ ਲਈ। ਇਧਰਲੇ ਪਾਸੇ ਤਾਰਾ ਮਾੜੀ ਦੀ ਧਰਤੀ ਦਾ ਜਿਸ ਪਿੰਡ ਦਾ ਸ਼ਿਕੰਦਰ, ਜਿਸ ਪਿੰਡ ਦਾ ਗੁਰਜੀਤ ਸਿੰਘ ਦੁਨੀਆ ਦੇ ਪ੍ਰਸਿੱਧ ਖਿਡਾਰੀ ਨੇ, ਉਸੇ ਪਿੰਡ ਦਾ ਆਮ ਆਯੋਜਨ ਗਬਰੂ ਦਾਰਾ ਮਾੜੀ ਦੀ ਧਰਤੀ ਦਾ ਵਧੀਆ ਕਬੱਡੀ ਪਾਉਣ ਦੇ ਲਈ। ਹਾਂਜੀ ਲਓ ਸਾਹਮਣੇ ਦਾਰਾ, ਮੁੜਕੋ ਮੁੜਕੀ ਹੋਈ ਜਵਾਨੀ, ਜੱਦੀ ਪਿੰਡ ਮਾੜੀ ਆ, ਪਰ ਅੱਜ ਕਾਲੇ ਕਹਿੰਦੇ ਟੀਮ ਦੇ ਲਈ ਕਬੱਡੀ ਖੇਡ ਜਾਏ। ਕਹਿੰਦੇ ਸ਼ੀਸ਼ੇ ਮੂਹਰੇ ਛਾਤੀ ਤਾਂ ਹਰੇਕ ਤਨ ਦਾ, ਕਹਿੰਦੇ ਸ਼ੀਸ਼ੇ ਮੂਹਰੇ ਛਾਤੀ ਤਾਂ ਹਰੇਕ ਤਨ ਦਾ ਤੇ ਦਾਰਾ ਸਿੰਘ ਘਰ ਚ ਹਰੇਕ ਬਣਦਾ, ਪਰ ਲੱਗਦਾ ਹੈ ਪਤਾ ਜਦੋਂ ਪੈਂਦਾ ਹੈ ਗਰਾਊਂਡਾਂ ਵਿੱਚ ਵਾਹ ਯੋਧਿਆ ਤੇ ਲੈਂਦੇ ਆ ਬਗਾਨੇ ਪੁੱਤ ਢਾ ਯੋਧਿਆ, ਜਦੋਂ ਪੈਂਦਾ ਹੈ ਬਗਾਨਿਆਂ ਦਾ ਵਾਹ ਯੋਧਿਆ ਤੇ ਲੈਂਦੇ ਆ ਬਗਾਨੇ ਪੁੱਤ ਢਾ ਯੋਧਿਆ। ਔਰ ਦੇਖਦੇ ਜਦੋਂ ਵਾਹ ਪੈਂਦਾ ਬਗਾਨਿਆਂ ਦਾ ਗਰਾਊਂਡ ਵਿੱਚ, ਇਹ ਗੱਭਰੂ ਸਾਹਮਣੇ ਵੇਖਦਾ ਹੈ ਇਸ ਵਕਤ ਸੀਰਾ ਆ ਮਾੜੀ ਵਾਲੇ ਦਾਰੇ ਲਈ। ਲਓ ਇਧਰਲੇ ਪਾਸੇ ਮੇਰੇ ਵੀਰੋ ਜਗਸੀਰ ਸਿੰਘ ਸੀਰਾ ਕਾਲੇ ਕੇ ਪਿੰਡਾਂ ਲਾ ਕੇ ਤਗੜਾ ਜਾਫਾ ਅੰਕ ਜੋੜਦਾ ਆਪਣੀ ਟੀਮ ਦੇ ਲਈ। ਅਗਲਾ ਮੈਚ ਆਗੜ ਤੇ ਰਾਮੋਵਾਲ ਦੀ ਟੀਮ ਦਾ। ਹਾਂਜੀ ਮੈਂ ਕਵਰ ਟੂ ਸਟੇ ਸਰਦਾਰ ਰੂਪ ਸਿੰਘ ਜੀ ਮਹਿਮਿਆਂ ਨੇ ਨਗਰ ਵਾਲੇ ਵੱਡਾ ਮਾਨ ਦੇ ਰਹੇ ਦਾਰੇ ਮਾੜੀ ਵਾਲੀ 100 ਰੁਪਇਆ, ਬਹੁਤ ਬਹੁਤ ਧੰਨਵਾਦ ਜੀ ਰੂਪ ਸਿੰਘ ਜੀ, ਮਹਿਮਿਆਂ ਨੇ ਨਗਰ ਵਾਲੇ ਵੱਡਾ ਮਾਨ ਦੇ ਰਹੇ ਖਿਡਾਰੀਆਂ ਨੂੰ, ਮਿਹਰਬਾਨੀ ਸ਼ੁਕਰੀਆ। ਔਰ ਨਾਲ ਹੀ ਸਾਡੇ ਨਛੱਤਰ ਸਿੰਘ ਜੀ ਪਾਪੀ ਬੈਠੇ ਨੇ, ਇਹਨਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਹੈ। ਔਰ ਨਾਲ ਹੀ ਮਾੜੀ ਵਾਲੇ ਦਾਰੇ ਲਈ 100 ਰੁਪਇਆ ਨਛੱਤਰ ਸਿੰਘ ਜੀ ਪੱਪੀ ਕਾਰ ਬਾਜ਼ਾਰ ਵਾਲੇ ਵੱਡਾ ਮਾਨ ਦੇ ਰਹੇ ਨੇ, ਉਹ ਵੀ 100 ਰੁਪਇਆ ਦੇ ਰਹੇ ਦਾਰੇ ਲਈ। ਬਹੁਤ ਸੋਹਣਾ ਵਧੀਆ ਖਿਡਾਰੀ ਦਾਰਾ ਸਰਦਾਰ ਤੇਜਾਸਾ ਦੇ ਪੁੱਤਰ ਨੇ ਵਧੀਆ ਪ੍ਰਸਿੱਧੀ ਖੇਡੀ ਹੈ। ਔਰ ਵੱਧੋ ਬੱਸੋਵਾਲ ਅਕੈਡਮੀ ਦੇ ਲਈ ਪਿਛਲੇ ਬਾਰੇ ਬਹੁਤ ਸੋਹਣੇ ਮੈਚ ਖੇਡੇ ਤੇ ਹੁਣ ਦੇਖਦੇ ਵੀ ਅੱਜ ਕੱਲ੍ਹ ਪਿੰਡ ਵਾਰ 70 ਕਿਲੋ ਵੱਜਦੇ ਸੋਹਣੇ ਮੈਚਾਂ ਚ। ਲਓ ਪੰਮਾ ਕਾਲੇ ਕੇ ਪਿੰਡ ਵਾਲਾ ਅੱਗੇ ਹੋ ਕੇ ਘੇਰਦਾ ਸਾਹਮਣੇ, ਨਹੀਂ ਰੀਸਾ ਗੱਲ ਨਹੀਂ ਬਣੀ ਵੀ ਤੇਰੀ ਮੇਰੀ ਗੱਲ ਨਾ ਬਣੇ, ਐਵੇਂ ਮਾਰਦਾ ਬਸ਼ਰਮਾ ਗੇੜੇ ਤੇ ਤੇਰੀ ਮੇਰੀ ਗੱਲ ਨਾ ਬਣੇ। ਕੋਈ ਗੱਲ ਨੀ ਗੱਲ ਬਣ ਜੂਗੀ, 30 ਸਕਿੰਟ ਦੀ ਕਬੱਡੀ ਆ,
ਇਹਨਾਂ ਕੁੰਭ ਦਾ ਮੇਲਾ ਬੜਾ ਸਾਲਾ ਬੜਾ ਤਿਆਰੀ ਖਿੱਚ ਲਾ ਜਵਾਨਾ ਪਾਦੇ ਨੂੰ ਫੜ ਲਾ ਆਪਾਂ ਧਾਰੀ ਨੂੰ ਢੌਣਾ ਹਿੱਕ ਦੇ ਜ਼ੋਰ ਤੇ ਕਬੱਡੀ ਖੇਡੀ ਜਾਂਦੀ ਹੈ ਜੇ ਹਿੱਕ ਵਿੱਚ ਜ਼ੋਰ ਹੋਵੇ ਤਾਂ ਦੁਨੀਆ ਤਾਂ ਪੁੱਛਦੀ ਸਰਨਾਵਾ ਆ ਹਰਜੀਤ ਬਰਾੜ ਜਹੇ ਵਿਰਲੇ ਪੁੱਤ ਜੰਮਦੀਆਂ ਮਾਵਾਂ ਹਰਜੀਤ ਬਰਾੜ ਜਹੇ ਦਾਰੇ ਦੀ ਫਿਰ ਕਬੱਡੀ ਪੈ ਗਈ ਆ ਜ਼ਖਮੀ ਸ਼ੇਰ ਮੋਢੇ ਤੇ ਲੱਗਿਆ ਪੱਟਾ ਤੂੰ ਸੁਣੀ ਦਹਾੜਾ ਖੜਕੇ ਜ਼ਖਮੀ ਸ਼ੇਰ ਦੀਆਂ ਤੂੰ ਸੁਣੀ ਦਹਾੜਾ ਖੜਕੇ ਕਹਿੰਦੇ ਜਦੋਂ ਸ਼ੇਰ ਜ਼ਖਮੀ ਹੁੰਦਾ ਨਾ ਤਾਂ ਹੋਰ ਵੀ ਖੂਨਖਾਰ ਹੋ ਜਾਂਦਾ ਏ ਗੁੱਸੇ ਵਿੱਚ ਆ ਜਾਂਦਾ ਏ ਅਗਲੀ ਮੈਚ ਤੇ ਗੱਲ ਬੋਤਾ ਜੀ ਆਗੁਰ ਤੇ ਰਾਮੂਵਾਲਾ ਦੋਨੋਂ ਟੀਮਾਂ ਜਿਹੜੀਆਂ ਪੁੱਜਣ ਅਗਲੇ ਮੈਚ ਦੀਆਂ ਵੇਟਿੰਗ ਰੂਮ ਦੇ ਵਿੱਚ ਪੁੱਜਣ ਆਗੁਰ ਤੇ ਰਾਮੂਵਾਲਾ ਸੇਖਾ ਬਰਨਾਲਾ ਤੇ ਖੋਸਾ ਕੋਟਲਾ ਨਾਲ ਹੀ ਮੇਰੀ ਬੇਨਤੀ ਤਲਵੰਡੀ ਮਾਲੀਆ ਤੇ ਮੋਗਾ ਅਕਾਲਸਰ ਦੀਆਂ ਟੀਮਾਂ ਸ਼ਕੂਰ ਤੇ ਮਾਰੋ ਦੀ ਟੀਮ ਨੂੰ ਵੀ ਸੱਦਾ ਦਿੱਤਾ ਜਾ ਰਿਹਾ ਜਿੰਨੇ ਵੀ ਮੁਕਾਬਲੇ ਅਨਾਊਂਸ ਕੀਤੇ ਜਾ ਰਹੇ ਨੇ ਨਾਲ ਇਧਰਲੇ ਪਾਸੇ ਅਮਰਜੀਤ ਸਿੰਘ ਝਾੜਿਆਂ ਨੇ ਪਿੰਡ ਦਾ ਲੱਖਾ ਵਰਗਾ ਅੰਕ ਜੋੜਦਾ ਆਪਣੀ ਟੀਮ ਦੇ ਲਈ ਚੱਲ ਵੀ ਹੁਸਨ ਦੱਸਿਆ ਪਾ ਫਿਰ ਕਬੱਡੀ ਨਾਲ ਉਹਦਾ ਦਿਖਾ ਕੋਈ ਯੁਰਕਾ ਚਾਰ ਜਾਫੀ ਝਾਂਡਿਆਂ ਨੇ ਪਿੰਡ ਦੇ ਤੇਰੀ ਉਡੀਕ ਕਰ ਰਹੇ ਨੇ ਖੇਡ ਕਬੱਡੀ ਮੈਦਾਨ ਦੇ ਵਿੱਚ ਚਾਰ ਜਾਫੀ ਕਿਹਨੇ ਕਿਹਨੇ ਡੰਡ ਮਾਰੇ ਕਿਹਨੇ ਕਿਹਨੇ ਬੈਠਕਾ ਕਿਹਨੇ ਕਿਹਨੇ ਖਾਧੀਆਂ ਨੇ ਘਿਓ ਦੀਆਂ ਚੂਰੀਆਂ ਕਿਹਦੀਆਂ ਪੱਟਾਂ ਦੇ ਉੱਤੇ ਮੋਰ ਪਹਿਲਾਂ ਪਾਓ ਯਾਰੋ ਡਾਲਿਆਂ ਦੇ ਉੱਤੇ ਵੱਟੂ ਸ਼ੇਰ ਕਿਹਦੇ ਘੂਰੀਆਂ ਵਧੀਆ ਖਿਡਾਰੀ ਦਾ ਖਿਤਾਬ ਕਿਹਦੇ ਹਿੱਸੇ ਆਉਣਾ ਆਸਾ ਕਿਸ ਕਿਸ ਦੀਆਂ ਹੋਣੀਆਂ ਨੇ ਪੂਰੀਆਂ ਖੈਰਿਆਂ ਦਾ ਜਿੰਦੂ ਆਖੇ ਅੱਜ ਪਤਾ ਲੱਗਣਾ ਏ ਚੁੰਗਦਾਰੇ ਆਏ ਕਿਹੜਾ ਕਿਹੜਾ ਮਾਝਾ ਬੋਰੀਆ ਚੁੰਗਦਾਰੇ ਆਏ ਕਿਹੜਾ ਕਿਹੜਾ ਮਾਝਾ ਬੋਰੀਆ ਖੇਡ ਕਬੱਡੀ ਮੈਦਾਨ ਦੇ ਵਿੱਚ ਅਮਰਜੀਤ ਸਿੰਘ ਝਾਂਡਿਆਂ ਨੇ ਪਿੰਡ ਦਾ ਵਧੀਆ ਕਬੱਡੀ ਪਾੜ ਦੇ ਲਈ ਹਾਂਜੀ ਹੁਸਨ ਸਿੰਘ ਦੇ ਲਈ ਪਿਆ ਤੇ ਪਹੁੰਚੇ ਨੇ ਕਾਲੇ ਕਾਲਾ ਰੂਪ ਸਿੰਘ ਜੀ ਰੂਪ ਸਿੰਘ ਸਰਪੰਚ ਮਹਿਮੇ ਵਾਲਾ ਆ ਜਿੱਥੇ ਵੱਡੀਆਂ ਜ਼ਿੰਮੇਵਾਰੀਆਂ ਵੀ ਚੰਡੀਗੜ੍ਹ ਦੇ ਮੇਨ ਰੋਡ ਤੇ ਮਿੱਤਰਾ ਕੋਠੀ ਪਾਵਾਂਗੇ ਹੁਣ ਲੈਲਾ ਤੇ ਸਰਪੰਚੀ ਵੀ ਆਪਾਂ ਸਾਂਝੇ ਕੰਮ ਕਰਾਵਾਂਗੇ ਉਹ ਨੀ ਗੱਲ ਕਹਿੰਦਾ ਜੀ ਹਾਂ ਲੈਲਾ ਤੇ ਸਰਪੰਚ ਵੀ ਆਪਾਂ ਸਾਂਝੇ ਕੰਮ ਕਰਾਵਾਂਗੇ ਸਾਂਝੇ ਕੰਮਾਂ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਸਰਪੰਚ ਦੀ ਆ ਤੇ ਵੱਡੀਆਂ ਜ਼ਿੰਮੇਵਾਰੀਆਂ ਸਾਹਮਣੇ ਨੇ ਉੱਥੇ ਖਿਡਾਰੀਆਂ ਦਾ ਮਾਣ ਕਰਦੇ ਆ ਬਹੁਤ ਮਿਹਰਬਾਨੀ ਜੀ ਆ ਜੀ ਰੂਪ ਸਿੰਘ ਸਰਪੰਚ ਸਾਹਿਬ ਇੱਥੋਂ ਬਣ ਜੇ ਸਰਪੰਚ ਕੜਾਹੀ ਸੁੱਖੀ ਬਾਬੇ ਦੀ ਕਹਿੰਦਾ ਖਾਓ ਪੀਓ ਐਸ਼ ਡਾਓ ਸਾਰਿਆਂ ਨੂੰ ਖੁੱਲ ਕਰ ਦੇਣੀ ਸਰਪੰਚ ਤੇ ਗੱਲ ਆ ਗਈ ਖਾਓ ਪੀਓ ਐਸ਼ ਡਾਓ ਸਾਰਿਆਂ ਨੂੰ ਖੁੱਲ ਕਰ ਦੇਣੀ ਜੇ ਕੋਈ ਬੋਲਿਆ ਉੱਚਾ ਨੀਵਾਂ ਕਹਿੰਦਾ ਫੁੱਲ ਗਰੰਟੀ ਭਰ ਦੇਣੀ ਪਰ ਸਰਪੰਚ ਨੇ ਕਹਿੰਦੀ ਐ ਨੀ ਕਰਨੀ ਬਾਲੀ ਖੁੱਲਣਾ ਦੇ ਜੋ ਕੰਮ ਜ਼ਿਆਦਾ ਵਿਗੜ ਜਾਂਦਾ ਕਹਿੰਦੀ ਨਾ ਇੱਦਾਂ ਨਾ ਕਰਿਓ ਵੱਧ ਜੂ ਹੱਥ ਖਰਾਬੇ ਦੀ ਜੇ ਤੂੰ ਬਣ ਜੇ ਸਰਪੰਚ ਕੜਾਹੀ ਸੁੱਖੀ ਬਾਬੇ ਦੀ ਜੇ ਤੂੰ ਬਣ ਜੇ ਸਰਪੰਚ ਕੜਾਹੀ ਸੁੱਖੀ ਬਾਬੇ ਦੀ ਸਰਪੰਚ ਸਾਹਿਬ ਨੂੰ ਵੱਡਾ ਮਾਣ ਆਏ ਮਿਹਰਬਾਨੀ ਸ਼ੁਕਰੀਆ ਧੰਨਵਾਦ ਜੀ ਕਾਲੇਕਿਆਂ ਦੀ ਟੀਮ ਜਿਹੜੀ ਚੱਲਦੇ ਮੁਕਾਬਲੇ ਦੀ ਵਿਨਰ ਹੈ ਇਸ ਟੀਮ ਦਾ ਮੈਚ ਜਿਹੜਾ ਮਾਰੇਵਾਲੇ ਦੀ ਟੀਮ ਦੇ ਨਾਲ ਖੇਡਿਆ ਜਾਣਾ ਹੈ ਤੇ ਜਿਹੜੀ ਟੀਮ ਸੀਗੇ ਨੋਟ ਕਰ ਲਾ ਵੀ ਨਾਜ਼ਰ ਨਾਲ ਅਗਲੇ ਸੈਕਿੰਡ ਰਾਊਂਡ ਦਾ ਜਿਹੜਾ ਮੁਕਾਬਲਾ ਤੁਹਾਡਾ ਮਾਰੇਵਾਲੇ ਦੀ ਟੀਮ ਦੇ ਨਾਲ ਹੈ